ਰਾਮ ਸਰੂਪ ਪੰਖੀ ਦਾ ਨੋਵਲ ਸਲਫਾਸ ਦਾ ਪੰਜਵਾਂ ਅੰਗ। ਖਾੜਕੂ ਲਹਿਰ ਖਤਮ ਹੋਣ ਪਿੱਛੋਂ ਥੰਮਣ ਵਾਲਾ ਪਿੰਡ 'ਚ ਕਾਫੀ ਕੁਝ ਬਦਲ ਗਿਆ ਸੀ। ਪੰਚਾਇਤ ਚੋਣਾਂ ਬੜੀ ਅਮਨ ਸ਼ਾਂਤੀ ਨਾਲ ਹੋਈਆਂ ਸੀ। ਪਿੰਡ ਵਿੱਚ ਨੌਜਵਾਨ ਲਹਿਰ ਸਿਰ ਚੁੱਕ ਰਹੀ ਸੀ। ਇਹ ਮੁੰਡੇ ਖੁੱਲ੍ਹੇਆਮ ਗੁਰਦੁਆਰੇ 'ਚ ਜਾਂ ਦੁੱਲੇ ਦੀ ਢਾਬ ਜਾ ਕੇ ਮੀਟਿੰਗ ਕਰਦੇ ਅਤੇ ਪਿੰਡ ਦੇ ਭਲੇ ਬਾਰੇ ਸੋਚਦੇ। ਉਹ ਮੀਟਿੰਗ ਵਿੱਚ ਸ਼ਹੀਦ ਭਗਤ ਸਿੰਘ ਦੇ ਜੀਵਨ ਦੀਆਂ ਮਿਸਾਲਾਂ ਦਿੰਦੇ। ਉਹ ਚਾਹੁੰਦੇ ਸੀ ਕਿ ਪਿੰਡ ਦੇ ਸਾਰੇ ਨੌਜਵਾਨ ਮੁੰਡੇ ਭਗਤ ਸਿੰਘ ਅਤੇ ਉਹਦੇ ਸਾਥੀਆਂ ਦੇ ਪਾਏ ਪੂਰਨਿਆਂ ਉੱਤੇ ਤੁਰ ਪੈਣ। ਅੱਜ ਦੇ ਨੌਜਵਾਨ ਦੇਸ਼ 'ਚ ਸਭ ਪਾਸੇ ਆਰਥਿਕ ਆਜ਼ਾਦੀ ਚਾਹੁੰਦੇ ਸਨ। ਪਿਛਲੇ ਦਿਨਾਂ ਵਿੱਚ ਮਾਹੌਲ ਅਜਿਹਾ ਬੀਤ ਚੁੱਕਿਆ ਸੀ ਕਿ ਪਿੰਡਾਂ ਦੇ ਕੰਮਾਂ 'ਚ ਕੋਈ ਅੱਗੇ ਲੱਗਣ ਨੂੰ ਤਿਆਰ ਨਹੀਂ ਸੀ। ਲੋਕਾਂ ਦੇ ਮਨਾਂ ਉੱਤੇ ਅਜੇ ਤੱਕ ਵੀ ਇੱਕ ਮਾਰੂ ਸਹਿਮ ਦਾ ਪਰਛਾਵਾਂ ਸੀ। ਉਹਨਾਂ ਨੇ ਆਪਣੇ ਪਿੰਡ ਦੇ ਅਛਰਾ ਦਾਂਦੂ ਅਤੇ ਕਾਮਰੇਡ ਤਰਸੇਮ ਸਿੰਘ ਜਿਹੇ ਬੰਦਿਆਂ ਦਾ ਅੰਤ ਦੇਖਿਆ ਸੀ। ਉਹ ਸੱਚ ਦੇ ਰਾਹ 'ਤੇ ਤੁਰੇ ਸਨ, ਪਰ ਅਗਲਿਆਂ ਨੇ ਉਹਨਾਂ ਦਾ ਨਾਂ ਨਿਸ਼ਾਨ ਹੀ ਮਿਟਾ ਦਿੱਤਾ। ਉਹਨਾਂ ਦੇ ਨੌਜਵਾਨ ਮੁੰਡੇ ਹਿੱਕ ਥਾਪੜ ਕੇ ਮੈਦਾਨ 'ਚ ਕੁੱਦੇ ਸਨ। ਉਹਨਾਂ ਦੀ ਇੰਨੀ ਸੂਰਮਗਤੀ ਬਹੁਤ ਵੱਡੀ ਦਲੇਰੀ ਸੀ ਕਿ ਉਹ ਚੰਦਰੇ ਵਕਤ ਦੇ ਖਿਲਾਫ਼ ਬੇਧੜਕ ਬੋਲਣ ਲੱਗੇ। ਇਹਨਾਂ ਨੌਜਵਾਨ ਮੁੰਡਿਆਂ ਨੇ ਕਾਲੇ ਬੱਦਲਾਂ ਦੀ ਚਿੱਟੀ ਕੰਨੀ ਦਿਖਾਈ ਸੀ। ਅਛਰੇ ਦਾਂਦੂ ਦਾ ਬੁੱਤ ਲਾਉਣ ਵੇਲੇ ਜਿਹੜੀ ਨੌਜਵਾਨ ਸਭਾ ਪਿੰਡ 'ਚ ਬਣੀ ਸੀ, ਉਹਦਾ ਉਦੋਂ ਪ੍ਰਧਾਨ ਕਾਮਰੇਡ ਤਰਸੇਮ ਸਿੰਘ ਦਾ ਮੁੰਡਾ ਨਵਚੇਤਨ ਸਿੰਘ ਬਣਾਇਆ ਗਿਆ ਸੀ। ਉਹ ਪੜ੍ਹਿਆ ਲਿਖਿਆ ਮੁੰਡਾ ਸੀ, ਬਰਨਾਲੇ ਸਕੂਲ 'ਚ ਪੜ੍ਹਨ ਜਾਂਦਾ ਸੀ, ਬੀਏ ਕਰ ਗਿਆ। ਬੀਏ ਕਰਕੇ ਉਹਨੇ ਕਿਸੇ ਸਰਕਾਰੀ ਨੌਕਰੀ ਦੀ ਤਲਾਸ਼ ਨਹੀਂ ਕੀਤੀ। ਉਹਨੂੰ ਪਤਾ ਸੀ ਚਾਰ ਚੁਫੇਰੇ ਰਾਜਨੀਤਿਕ ਗੰਦ ਫੈਲਿਆ ਹੋਇਆ, ਲੱਖਾਂ ਰੁਪਏ ਦੀ ਥੈਲੀ ਚੌਂਕੇ ਬਗੈਰ ਉਹਨੂੰ ਕਿਧਰੇ ਵੀ ਨੌਕਰੀ ਨਹੀਂ ਮਿਲੇਗੀ। ਲੱਖਾਂ ਰੁਪਏ ਉਹ ਕਿੱਥੋਂ ਲੈ ਕੇ ਆਉਂਦਾ? ਉਹ ਆਪਣੀ ਥੋੜ੍ਹੀ ਜਿਹੀ ਜ਼ਮੀਨ 'ਤੇ ਜੂਨ ਗੁਜ਼ਾਰਾ ਮਸਾਂ ਕਰਦਾ ਸੀ। ਉਹ ਤੋਂ ਵੱਡਾ ਤਾਂ 12 ਜਮਾਤਾਂ ਪਾਸ ਕਰਕੇ ਫੌਜ ਵਿੱਚ ਭਰਤੀ ਹੀ ਹੋ ਗਿਆ। ਉਹਦਾ ਵਿਆਹ ਵੀ ਹੋ ਚੁੱਕਿਆ ਸੀ। ਵੱਡੇ ਤੋਂ ਛੋਟੀ ਭੈਣ ਸੀ, ਉਹ ਵੀ ਪਲੱਸ 2 ਕਰਕੇ ਅਧਿਆਪਕਾ ਦਾ ਕੋਰਸ ਕਰ ਗਈ ਸੀ, ਪਰ ਹਾਲੇ ਤੱਕ ਸਰਕਾਰੀ ਨੌਕਰੀ ਨਹੀਂ ਮਿਲੀ ਸੀ। ਵਿਆਹ ਹੋ ਗਿਆ ਸੀ, ਪੁਰਾਣਾ ਮਾਸਟਰ ਸੀ, ਉਹ ਸਹੁਰਿਆਂ ਦੇ ਸ਼ਹਿਰੀ ਇੱਕ ਪ੍ਰਾਈਵੇਟ ਸਕੂਲ 'ਚ ਇੱਕ ਕੱਚੀ ਜਿਹੀ ਨੌਕਰੀ ਕਰਦੀ। ਪੁਰਾਣਾ ਉੱਥੇ ਦੂਜੇ ਸਕੂਲ 'ਚ ਮਾਸਟਰ ਸੀ, ਹੁਣ ਘਰ 'ਚ ਨਵਚੇਤਨ ਸੀ ਜਾਂ ਬਸ ਉਹਦੀ ਬੁੱਢੀ ਮਾਂ। ਵੱਡਾ ਮੁੰਡਾ ਬਹੂ ਨੂੰ ਫੌਜ ਵਿੱਚ ਨਾਲ ਹੀ ਰੱਖਦਾ ਸੀ, ਕਦੇ ਕਿਸੇ ਸਾਲ ਉਹ ਮਹੀਨਾ 20 ਦਿਨ ਥੰਮਣ ਵਾਲੇ ਵੀ ਲਾ ਜਾਂਦੇ। ਹੁਣ ਜਦੋਂ ਪੰਚਾਇਤ ਚੋਣਾਂ ਹੋਈਆਂ ਤਾਂ ਪਹਿਲਾਂ ਪਿੰਡ ਦੇ ਸਾਰੇ ਨੌਜਵਾਨ ਮੁੰਡਿਆਂ ਨੇ ਇਕੱਠ ਕੀਤਾ। ਇਕੱਠ 'ਚ ਸਿਆਣੇ ਬੰਦੇ ਵੀ ਸੱਦੇ ਗਏ। ਉਹ ਸਾਰੇ ਬੰਦੇ ਇਕੱਠ 'ਚ ਸ਼ਾਮਲ ਹੋਏ ਜਿਹੜੇ ਬੰਦੇ ਪੰਚਾਇਤ ਮੈਂਬਰ ਰਹੇ ਸਨ। ਸਾਰੇ ਇਕੱਠ ਨੇ ਇਹੀ ਫੈਸਲਾ ਕੀਤਾ ਕਿ ਸਰਪੰਚ ਨਵਚੇਤਨ ਨੂੰ ਸਰਬਸੰਮਤੀ ਨਾਲ ਬਣਾ ਲਿਆ ਜਾਏ, ਪੰਚਾਇਤ ਮੈਂਬਰਾਂ ਲਈ ਵੋਟਾਂ ਪਾਈਆਂ ਜਾਣ। ਵੋਟਾਂ ਜਦੋਂ ਪਾਈਆਂ ਤਾਂ ਅੱਧੇ ਤੋਂ ਵੱਧ ਪੰਚਾਇਤ ਮੈਂਬਰ ਨੌਜਵਾਨ ਸਭਾ ਵਾਲੇ ਮੁੰਡੇ ਹੀ ਚੁਣੇ ਗਏ। ਬਾਕੀ ਜਿਹੜੇ ਚੁਣੇ ਗਏ ਉਹ ਉਮਰ 'ਚ ਚਾਹੇ ਵੱਡੇ ਸੀ, ਪਰ ਉਹ ਨੌਜਵਾਨਾਂ ਦੇ ਸਮਰਥਕ ਸੀ। ਮੁੜ ਕੇ ਕਦੇ ਨਗਰ ਪੰਚਾਇਤ ਦੀ ਚੋਣ ਨਹੀਂ ਹੋਈ। ਪੰਜਾਬ ਸਰਕਾਰ ਦੇ ਹੋਰ ਉਲਝੇਵੇਂ ਇੰਨੀ ਮੁੱਕਦੇ, ਪੰਚਾਇਤ ਚੋਣਾਂ ਵੱਲ ਉਹਨਾਂ ਦਾ ਕਦੇ ਧਿਆਨ ਹੀ ਨਹੀਂ ਗਿਆ ਸੀ। ਕਿੰਨੇ ਹੀ ਵਰ੍ਹਿਆਂ ਤੋਂ ਉਹੀ ਨਗਰ ਪੰਚਾਇਤ ਤੁਰੀ ਆ ਰਹੀ ਸੀ। ਨੌਜਵਾਨ ਸਭਾ ਦਾ ਪ੍ਰਧਾਨ ਨਵਚੇਤਨ 4-5 ਸਾਲ ਤਾਂ ਰਿਹਾ, ਪਰ ਜਦੋਂ ਸਰਪੰਚ ਬਣ ਗਿਆ ਤਾਂ ਮੁੰਡਿਆਂ ਨੇ ਸਭਾ ਦਾ ਪ੍ਰਧਾਨ ਕੋਈ ਹੋਰ ਮੁੰਡਾ ਬਣਾ ਲਿਆ। ਸਰਪੰਚ ਨੂੰ ਅੰਦਰ ਬਾਹਰ ਦੇ ਕੰਮ ਬਹੁਤ ਰਹਿੰਦੇ ਸੀ। ਉਹਨੇ ਆਪ ਹੀ ਆਖ ਦਿੱਤਾ ਕਿ ਭਾਈ ਪ੍ਰਧਾਨ, ਹੁਣ ਤੁਸੀਂ ਕੋਈ ਹੋਰ ਬਣਾਓ, ਮੈਥੋਂ ਤਾਂ ਇਹ ਕੰਮ ਇੱਕ ਕੰਮ ਹੋਊ, ਜਾਂ ਸਰਪੰਚ ਹੀ ਜਾਂ ਪ੍ਰਧਾਨ ਗੇ। ਜਾਂ ਤਾਂ ਸਰਪੰਚ ਨਾ ਬਣਾਉਂਦੇ ਮੈਨੂੰ, ਫਿਰ ਤਾਂ ਨੌਜਵਾਨ ਸਭਾ ਦਾ ਪ੍ਰਧਾਨ ਉਹ ਹਰ ਸਾਲ ਹੀ ਬਦਲ ਲੈਂਦੇ। ਇੱਕ ਸਾਲ ਰੌਣਕੀ ਬਾਣੀਏ ਦਾ ਮੁੰਡਾ ਹੇਮ ਸਭਾ ਦਾ ਪ੍ਰਧਾਨ ਸੀ, ਇਹ ਉਹਨਾਂ ਦਾ ਛੋਟਾ ਮੁੰਡਾ ਸੀ। ਉਹ ਸਿਰਫ ਪੰਜਾਬੀ ਅੱਖਰਾਂ ਦਾ ਸਿਆਣੂ ਸੀ, ਅੱਖਰ ਜੋੜ ਜੋੜ ਕੇ ਅਖਬਾਰ ਦੀਆਂ ਸੁਰਖੀਆਂ ਪੜ੍ਹ ਲੈਂਦਾ, ਬਾਣੀਆਂ ਪੁੱਤ ਸੀ, ਹਿਸਾਬ ਕਿਤਾਬ ਗੁਜ਼ਾਰੇ ਜੋਗਾ ਆਉਂਦਾ ਸੀ।
ਜੱਟਾਂ ਦੇ ਮੁੰਡਿਆਂ 'ਚ ਰਹਿ ਕੇ ਉਹਦੀਆਂ ਜੱਟਾਂ ਵਾਲੀਆਂ ਆਦਤਾਂ ਸੀ। ਮੀਟ ਦਾਰੂ ਵੀ ਖਾ ਪੀ ਲੈਂਦਾ। ਫਿਰ 1 ਸਾਲ ਦਲਿਤਾਂ ਦਾ ਮੁੰਡਾ ਪ੍ਰਧਾਨ ਬਣਿਆ। ਇਹ ਮੁੰਡਾ ਨੇਕ ਸੀ, ਜਿਹੜਾ ਕਦੇ ਜੱਸੀ ਸਰਪੰਚ ਦਾ ਪਾਲੀ ਹੁੰਦਾ ਸੀ। ਇਸ ਵੇਲੇ ਉਹਦੀ ਉਮਰ 30 ਸਾਲਾਂ ਤੋਂ ਉੱਤੇ ਸੀ। ਪਾਲੀ ਦਾ ਕੰਮ ਛੱਡ ਕੇ ਉਹ ਫਿਰ ਜੱਟਾਂ ਦੇ ਸੀਰੀ ਨਹੀਂ ਰਲਿਆ। ਉਹਦੇ ਨਾਨਕੇ ਸ਼ੇਰਪੁਰ ਸੀ, ਉੱਥੇ ਉਹਦੇ ਮਾਮੇ ਦੇ ਪੁੱਤ ਦੀ ਜੁੱਤੀਆਂ ਦੀ ਦੁਕਾਨ ਸੀ। ਨੇਕ ਸ਼ੇਰਪੁਰ ਚਲਾ ਗਿਆ। 4 ਸਾਲ ਸ਼ੇਰਪੁਰ ਹੀ ਬੈਠਾ ਰਿਹਾ ਅਤੇ ਦੁਖੱਲੀ ਜੁੱਤੀ ਬਣਾਉਣ ਦਾ ਪੂਰਾ ਕਾਰੀਗਰ ਬਣ ਕੇ ਆਇਆ। ਹੁਣ ਪਿੰਡ ਰਹਿ ਕੇ ਉਹ ਜੁੱਤੀਆਂ ਸਿਉਣ ਦਾ ਕੰਮ ਕਰਦਾ। ਜੱਟਾਂ ਦੇ ਮੁੰਡਿਆਂ 'ਚ ਬਹਿੰਦਾ ਉੱਠਦਾ। ਨੌਜਵਾਨ ਸਭਾ ਦੇ ਸਭ ਮੁੰਡੇ ਨੇਕ ਤੋਂ ਹੀ ਜੁੱਤੀਆਂ ਬਣਵਾਉਂਦੇ। ਉਹ ਦੂਜੇ ਦਲਿਤਾਂ ਨਾਲੋਂ ਘੱਟ ਪੈਸੇ ਲੈਂਦਾ ਅਤੇ ਜੁੱਤੀਆਂ ਵਧੀਆ ਬਣਾ ਕੇ ਦਿੰਦਾ। ਨੌਜਵਾਨ ਸਭਾ ਦੇ ਮੁੰਡਿਆਂ 'ਚ ਜਾਤ ਬਰਾਦਰੀ ਦਾ ਕੋਈ ਫਰਕ ਨਹੀਂ ਰੱਖਿਆ ਜਾਂਦਾ ਸੀ। ਸਾਰੀਆਂ ਜਾਤਾਂ ਦੇ ਮੁੰਡੇ ਇੱਕ ਸਮਾਨ ਸਨ। ਉਹ ਤਾਂ ਇੱਕੋ ਭਾਂਡੇ 'ਚ ਖਾ ਪੀ ਲੈਂਦੇ, ਇੱਕ ਦੂਜੇ ਦੇ ਬਦਲ ਬਦਲ ਕੇ ਕੱਪੜੇ ਪਹਿਨਦੇ। ਜਦੋਂ ਕਦੇ ਉਹ ਦੁੱਲੇ ਦੀ ਢਾਬ ਜਾ ਕੇ ਮੀਟਿੰਗ ਕਰਦੇ ਤਾਂ ਬਾਬਾ ਰਾਮਦਾਸ ਦਾ ਮੁੱਖ ਸੇਵਕ ਬਚਿੱਤਰ ਦਾਸ ਉਹਨਾਂ ਦੀ ਪੂਰੀ ਸੇਵਾ ਕਰਦਾ। ਪ੍ਰਧਾਨ ਨੂੰ ਪੁੱਛ ਕੇ ਉਸੇ ਵੇਲੇ ਚਾਹ ਧਰ ਦਿੰਦਾ, ਵਧੀਆ ਚਾਹ ਬਣਾਉਂਦਾ, ਵਿੱਚ ਲੌਂਗ ਇਲਾਇਚੀਆਂ ਕੁੱਟ ਕੇ ਪਾਉਂਦਾ, ਦੁੱਧ ਉੱਤੋਂ ਦੀ ਹੁੰਦਾ। ਦਿੰਦਾ ਤਾਂ ਚਾਹ ਅੱਧਾ ਅੱਧਾ ਗਲਾਸ ਹੀ, ਪਰ ਚਾਹ ਦੁੱਖ ਤੋੜਦੀ ਤੁਰੀ ਜਾਂਦੀ। ਮੁੰਡੇ ਮਖੌਲ ਕਰਦੇ, ਬਚਿੱਤਰਾ ਕਿਹੜੀ ਮੀਟਿੰਗ ਹੋਏ, ਅਸੀਂ ਤਾਂ ਤੇਰੀ ਚਾਹ ਪੀਣ ਆਉਂਦੇ ਹਾਂ। ਡੇਰੇ 'ਚ ਖੋਏ ਦੀਆਂ ਪਿੰਨੀਆਂ, ਬਰਫੀ, ਗੁਲਾਬ ਜਾਮਣਾਂ, ਲੱਡੂਆਂ ਦੇ ਡੱਬੇ ਆਮ ਹੀ ਪਏ ਰਹਿੰਦੇ ਸੀ। ਬਾਬਾ ਰਾਮਦਾਸ ਨੂੰ ਮਿਲਣ ਗਿਲਣ ਆਏ ਸੇਵਕ ਇਹ ਡੱਬੇ ਦੇ ਜਾਂਦੇ। ਬਚਿੱਤਰ ਉਹਨਾਂ ਨੂੰ ਫਰਿੱਜ 'ਚ ਸਾਂਭ ਦਿੰਦਾ। ਫਰਿੱਜ 'ਚ ਤਾਂ 4-5 ਦਿਨ ਉਂਝੀ ਚੀਜ਼ ਤਾਜ਼ਾ ਪਈ ਰਹਿੰਦੀ ਹੈ। ਮੀਟਿੰਗ ਜਦੋਂ ਖਤਮ ਹੋਣ ਵਾਲੀ ਹੁੰਦੀ, ਬਚਿੱਤਰ ਉੱਧਰ ਗੈਸ ਦੇ ਵੱਡੇ ਤੁਕਸ ਵਿੱਚ ਦੁੱਧ ਕੱਢ ਰਿਹਾ ਹੁੰਦਾ। ਦੁੱਧ 'ਚ ਛੋਟੀ ਇਲਾਇਚੀ ਪਾਉਂਦਾ, ਪਿਸਤਾ ਬਦਾਮ ਦੀਆਂ ਗਿਰੀਆਂ ਅਤੇ ਟੁਕੜੇ ਵੀ, ਮਠਿਆਈ ਦੇ ਡੱਬੇ ਅਤੇ ਦੁੱਧ ਦਾ ਅੱਧਾ ਅੱਧਾ ਗਲਾਸ। ਜਦੋਂ ਬਚਿੱਤਰ ਲੈ ਕੇ ਆਉਂਦਾ, ਮੁੰਡੇ ਆਪਣੇ ਫੈਸਲੇ ਕਰ ਚੁੱਕੇ ਹੁੰਦੇ। ਬਚਿੱਤਰ ਦਾਸ ਵੀ ਉਹਨਾਂ ਦੀ ਨੌਜਵਾਨ ਸਭਾ ਦਾ ਮੈਂਬਰ ਸੀ। ਜਦੋਂ ਸਿਆਲਾਂ 'ਚ ਕਬੱਡੀ ਦਾ ਖੇਡ ਮੇਲਾ ਹੁੰਦਾ ਤਾਂ ਲੰਗਰ ਪਾਣੀ ਦੀ ਸਾਰੀ ਜ਼ਿੰਮੇਵਾਰੀ ਬਚਿੱਤਰ ਦਾਸ ਹੱਥ ਹੁੰਦੀ। ਇਹ ਨਿਸ਼ਚਿਤ ਸੀ ਕਿ ਖੇਡ ਮੇਲਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਵਾਲੇ ਦਿਨ ਕੀਤਾ ਜਾਂਦਾ। ਗੁਰਪੁਰਬ ਤੋਂ 1 ਦਿਨ ਪਹਿਲਾਂ ਸਵੇਰੇ 10 ਵਜੇ ਮੈਚ ਸ਼ੁਰੂ ਹੋ ਜਾਂਦਾ। ਦਿਨ ਛਿਪਦੇ ਤੱਕ ਮੈਚ ਚੱਲਦੇ ਰਹਿੰਦੇ। ਬਹੁਤੀਆਂ ਟੀਮਾਂ ਹੁੰਦੀਆਂ ਤਾਂ 2 ਮੈਚ ਇਕੱਠੇ ਹੀ ਸ਼ੁਰੂ ਕਰ ਦਿੰਦੇ। ਬੋਰਡ ਵਾਲੇ ਖੂਹ ਸਾਹਮਣੇ ਗੁਰਦੁਆਰੇ ਤੱਕ ਬਥੇਰਾ ਚੌੜਾ ਮੈਦਾਨ ਸੀ। 2 ਕੀ 3 ਮੈਚ ਵੀ ਉੱਥੇ ਖੇਡੇ ਜਾ ਸਕਦੇ ਸੀ। ਗੁਰਪੁਰਬ ਵਾਲੇ ਦਿਨ ਆਖਰੀ ਮੈਚ ਖੇਡਿਆ ਜਾਂਦਾ। ਅਖੰਡ ਪਾਠ ਦੇ ਭੋਗ ਤੋਂ ਬਾਅਦ ਟੀਮਾਂ ਨੂੰ ਇਨਾਮ ਦਿੱਤੇ ਜਾਂਦੇ। ਕੁਝ ਸਾਲਾਂ ਤੋਂ ਹੁਣ ਇਨਾਮ 1, 2, 3 ਜੇਤੂ ਟੀਮ ਨੂੰ 10,000, 7,000 ਅਤੇ 5,000 ਰੁਪਏ ਸੀ। ਇਹ ਭਾਰੀ ਇਨਾਮ ਜਿੱਤਣ ਲਈ 20-20 ਮੀਲ ਦੂਰ ਦੇ ਪਿੰਡਾਂ ਦੇ ਕਬੱਡੀ ਦੀਆਂ ਟੀਮਾਂ ਬੜੇ ਜੋਸ਼ 'ਚ ਆਉਂਦੀਆਂ। ਜੱਸੀ ਭਾਵੇਂ ਹਾਲੇ ਇੰਨਾ ਬੁੜਾ ਨਹੀਂ ਹੋਇਆ ਸੀ, ਪਰ ਸਾਰਾ ਕਾਰੋਬਾਰ ਉਹਦੇ ਮੁੰਡੇ ਅਲਬੇਲ ਨੇ ਸੰਭਾਲ ਲਿਆ। ਕੰਮਾਂ ਕਾਰਾਂ ਵੱਲੋਂ ਵਿਹਲਾ ਹੋ ਕੇ ਜੱਸੀ ਘਰ ਹੀ ਬੈਠ ਗਿਆ। ਉਹਨੇ ਪੰਚਾਇਤ ਚੋਣਾਂ ਵਿੱਚ ਵੀ ਕੋਈ ਦਿਲਚਸਪੀ ਨਹੀਂ ਲਈ ਸੀ। ਉਹਨੇ ਸਿਆਣਪ ਕੀਤੀ ਅਤੇ ਸਮਝ ਗਿਆ ਕਿ ਜ਼ਮਾਨਾ ਨੌਜਵਾਨ ਮੁੰਡਿਆਂ ਦਾ ਹੈ। ਹੁਣ ਤੱਕ ਜਿੰਨੀ ਸਰਦਾਰੀ ਭੋਗ ਲਈ ਬਹੁਤ ਹੈ, ਹੁਣ ਪਿੰਡ 'ਚ ਉਹਦੀ ਦਾਲ ਨਹੀਂ ਗਲਣੀ। ਪਿੰਡ ਦੇ ਇਕੱਠਾਂ 'ਚ ਜੱਸੀ ਨੂੰ ਕੋਈ ਕਿਧਰੇ ਨਹੀਂ ਬੁਲਾਉਂਦਾ ਸੀ। ਨੌਜਵਾਨ ਸਭਾ ਦੇ ਕੰਮਾਂ ਵਿੱਚ ਮੁੰਡੇ ਅਲਬੇਲ ਨੂੰ ਵੀ ਨਹੀਂ ਸਿਆਣਦੇ ਸੀ। ਜਦੋਂ ਕਦੇ ਉਹ ਪਿੰਡ ਗੇੜਾ ਮਾਰਦਾ, ਮੁੰਡੇ ਉਹਦੇ ਨਾਲ ਰਸਮੀ ਜੀ ਗੱਲ ਕਰਦੇ। ਖੇਡ ਮੇਲੇ ਵੇਲੇ ਅਲਬੇਲ ਆਪ ਹੀ ਪਿੰਡ ਆ ਜਾਂਦਾ। ਇਨਾਮ ਵੰਡ ਸਮਾਗਮ 'ਚੋਂ ਕਦੇ 1,000, ਕਦੇ 500 ਰੁਪਇਆ ਖੇਡ ਮੇਲੇ ਨੂੰ ਸਹਾਇਤਾ ਦਿੰਦਾ। ਮੁੰਡੇ ਸਹਾਇਤਾ ਹੱਸ ਕੇ ਫੜ ਲੈਂਦੇ, ਸਟੇਜ ਤੋਂ ਉਹਦਾ ਨਾਂ ਵੀ ਬੋਲ ਦਿੰਦੇ, ਧੰਨਵਾਦ ਵੀ ਕਰਦੇ। ਬਸ ਇਹ ਤੋਂ ਵੱਧ ਕੁਛ ਨਹੀਂ। ਅਲਬੇਲ ਅਤੇ ਜੱਸੀ ਪ੍ਰਸੰਨਤਾ ਮਹਿਸੂਸ ਕਰਦੇ ਕਿ ਉਹਨਾਂ ਦੇ ਟੱਬਰ ਦੀ ਵੀ ਹਾਜ਼ਰੀ ਲੱਗ ਰਹੀ ਹੈ। ਬਾਬਾ ਰਾਮਦਾਸ ਪੁੱਜ ਕੇ ਬੁੜਾ ਹੋ ਚੁੱਕਿਆ ਸੀ।
ਆਪਣੀ ਕੁਟੀਆ 'ਚ ਹੀ ਪਿਆ ਬੈਠਾ ਰਹਿੰਦਾ। ਬਸ ਉਹਦੀ ਇੰਨੀ ਹਿੰਮਤ ਬਹੁਤ ਸੀ ਕਿ ਆਪ ਤੁਰ ਕੇ ਨੇੜੇ ਦੇ ਖੇਤਾਂ 'ਚ ਜੰਗਲ ਪਾਣੀ ਜਾ ਆਉਂਦਾ, ਆਪਣਾ ਭਾਂਡਾ ਆਪ ਮਾਂਜਦਾ ਧੋਂਦਾ। ਦਵਾਈ ਬੂਟੀ ਦਾ ਸਾਰਾ ਕੰਮ ਉਹਨੇ ਬਚਿੱਤਰ ਦਾਸ ਨੂੰ ਸੰਭਾਲ ਰੱਖਿਆ ਸੀ। ਕੋਈ ਖਾਸ ਕੇਸ ਹੁੰਦਾ ਤਾਂ ਬਚਿੱਤਰ ਦਾਸ ਸਲਾਹ ਲੈ ਲੈਂਦਾ ਕਿ ਕਿਹੜੀ ਦਵਾਈ ਦਿੱਤੀ ਜਾਵੇ। ਬਚਿੱਤਰ ਦਾਸ ਸਕੂਲ ਦੀਆਂ 7 ਜਮਾਤਾਂ ਪਾਸ ਸੀ। ਉਹ ਅਖਬਾਰ ਪੜ੍ਹ ਲੈਂਦਾ, ਬਾਬਾ ਰਾਮਦਾਸ ਨੂੰ ਪੁੱਛ ਕੇ ਦਵਾਈਆਂ ਲਿਖ ਲੈਂਦਾ, ਬਰਨਾਲਿਓਂ ਲੈ ਆਉਂਦਾ, ਜਿਹੀਆਂ ਦਵਾਈਆਂ ਆਯੁਰਵੈਦ ਦੀਆਂ ਬਹੁਤ ਸੀ। ਦਵਾਈਆਂ ਦੁਕਾਨ ਤੋਂ ਹੀ ਮਿਲ ਜਾਂਦੀਆਂ, ਸ਼ੁਰੂ ਤੋਂ ਹੀ ਬਣੀ ਆਈ ਸੀ। ਇਹਨਾਂ ਦਵਾਈਆਂ ਨੂੰ ਪੱਥਰ ਦੀ ਕਾਲੀ ਕੁੰਡੀ 'ਚ ਕੁੱਟ ਕੇ ਦਿੰਦੇ। ਬਾਬਾ ਰਾਮਦਾਸ ਵੇਲੇ ਤੋਂ ਹੀ ਉਹ ਅੰਗਰੇਜ਼ੀ ਦਵਾਈਆਂ ਵੀ ਵਰਤਦੇ, ਇਹ ਵੀ ਪੱਥਰ ਦੀ ਕਾਲੀ ਕੁੰਡੀ 'ਚ ਕੁੱਟ ਕੇ ਦਿੰਦੇ। ਕਈ ਦਵਾਈਆਂ ਜਾਂ ਭਸਮ ਅਜਿਹੇ ਸੀ ਜਿਹੜੇ ਡੇਰੇ 'ਚ ਆਪ ਤਿਆਰ ਕਰਨੇ ਪੈਂਦੇ। ਉਹਨਾਂ ਦੇ ਸੇਵਕ ਸਾਰਾ ਸਾਰਾ ਦਿਨ ਕੁੰਡਿਆਂ 'ਚ ਦਵਾਈਆਂ ਕੁੱਟਦੇ ਰਹਿੰਦੇ। ਚੌਥੇ ਪੰਜਵੇਂ ਦਿਨ ਹੀ ਪਾਥੀਆਂ ਦੀਆਂ ਧੂਣੀਆਂ ਤਪਾਈਆਂ ਜਾਂਦੀਆਂ ਅਤੇ ਦਵਾਈਆਂ ਤਿਆਰ ਹੁੰਦੀਆਂ। ਇਸ ਪ੍ਰਕਾਰ ਦਵਾਈ ਬੂਟੀ ਦਾ ਪੂਰਾ ਹੱਥ ਥੋ ਬਚਿੱਤਰ ਸਿੰਘ ਨੂੰ ਆ ਗਿਆ। ਦੂਰ ਦੂਰ ਤੋਂ ਮਰੀਜ਼ ਆਉਂਦੇ। ਬਚਿੱਤਰ ਸਿੰਘ ਦਾਸ ਦੇ ਹੱਥਾਂ ਦੀਆਂ ਬੰਨੀਆਂ ਪੁੜੀਆਂ 'ਚ ਲੋਕਾਂ ਨੂੰ ਹੁਣ ਉਹਨਾਂ ਵਿਸ਼ਵਾਸ 'ਤੇ ਨਿਸ਼ਚਾ ਸੀ ਜਿੰਨਾ ਵਿਸ਼ਵਾਸ 'ਤੇ ਨਿਸ਼ਚਾ ਕਦੇ ਬਾਬਾ ਰਾਮਦਾਸ ਦਾ ਹੁੰਦਾ। ਵੱਡੇ ਬਾਬੇ ਵਾਂਗ ਹੀ ਬਚਿੱਤਰ ਦਾਸ ਨੇ ਆਪਣੇ ਭਗਵੇਂ ਚੋਗੇ ਨੂੰ ਦੋ ਖੀਸੇ ਲਗਵਾਏ। ਮਰੀਜ਼ਾਂ ਤੋਂ ਲਏ ਖੱਬੇ ਹੱਥ ਨਾਲ ਉਹ ਸੱਜੇ ਹੱਥ ਹੀ ਖੀਸੇ 'ਚ ਪਾਈ ਜਾਂਦਾ, ਸੱਜੇ ਨਾਲ ਲਏ ਖੱਬੇ 'ਚ ਪਾਈ ਜਾਂਦਾ। ਇੰਝ ਬਚਿੱਤਰ ਦਾਸ ਨੂੰ ਦਵਾਈ ਬੂਟੀ ਦੀ ਆਮਦਨ ਬਹੁਤ ਸੀ। ਇਹ ਪੈਸੇ ਉਹ ਆਪਣੇ ਕੋਲ ਨਹੀਂ ਰੱਖਦਾ ਸੀ, ਆਥਣ ਤੱਕ ਜਿੰਨੇ ਨੋਟ ਇਕੱਠੇ ਹੁੰਦੇ ਗਿਣ ਕੇ ਵੱਡੇ ਬਾਬਿਆਂ ਦੇ ਪੈਰਾਂ 'ਚ ਰੱਖ ਦਿੰਦਾ। ਇਹ ਵੱਖਰੀ ਗੱਲ ਸੀ ਕਿ ਬਾਬਾ ਰਾਮਦਾਸ ਮੁੜ ਕੇ ਇਹੀ ਆਖਦਾ, ਬਚਿੱਤਰ ਇਹ ਨੋਟ ਸਾਂਭ ਦੇ ਭਾਈ ਕਿਸੇ ਪਾਸੇ। ਗੂੜਾ ਸਿਆਲ ਸੀ, ਕਈ ਦਿਨਾਂ ਤੋਂ ਸੰਘਣੀ ਧੁੰਦ ਛਾਈ ਹੋਈ ਸੀ। ਸਵੇਰੇ ਸੂਰਜ 10-11 ਵਜੇ ਜਾ ਕੇ ਕਿਤੇ ਦਿਸਣ ਲੱਗਦਾ, ਆਥਣ ਨੂੰ ਫੇਰ ਸਦਿਆਂ ਹੀ ਧੁੰਦ ਉਤਰਨ ਲੱਗਦੀ। ਸੂਰਜ ਖੜਾ ਖੜਾ ਗੁੰਮ ਹੋ ਜਾਂਦਾ, ਪਤਾ ਨਹੀਂ ਲੱਗਦਾ ਸੀ ਕਿ ਸੂਰਜ ਛਿਪ ਗਿਆ ਹੈ ਜਾਂ ਨਹੀਂ। ਦਿਨ ਦੇ ਚਾਨਣ ਤੋਂ ਹੀ ਪਤਾ ਲੱਗਦਾ ਕਿ ਰਾਤ ਹਾਲੇ ਪਈ ਨਹੀਂ, ਜਾਂ ਫਿਰ ਘੜੀਆਂ ਦੇਖ ਕੇ ਸੂਰਜ ਛਿਪਣ ਦਾ ਅੰਦਾਜ਼ਾ ਲਾਇਆ ਜਾਂਦਾ। ਇੰਨੀ ਸਖਤ ਠੰਡ ਬੋਧੇ ਹੱਡਾਂ 'ਚ ਜਾਨ ਕੱਢ ਲੈਂਦੀ। ਬੁੜੇ ਸਾਰਾ ਸਾਰਾ ਦਿਨ ਹੀ ਰਜਾਈਆਂ 'ਚ ਵੜੇ ਰਹਿੰਦੇ। ਬਾਬਾ ਰਾਮਦਾਸ ਦਾ ਬੁਰਾ ਹਾਲ ਸੀ, ਉਹ ਕੁਟੀਆ ਦਾ ਬਾਰ ਹਮੇਸ਼ਾ ਬੰਦ ਰੱਖਦਾ, ਅੰਦਰ ਬਿਜਲੀ ਦਾ ਬਲੋਰ 24 ਘੰਟੇ ਚੱਲਦਾ ਰਹਿੰਦਾ। ਪਰ ਬਿਜਲੀ 24 ਘੰਟੇ ਨਹੀਂ ਆਉਂਦੀ ਸੀ। ਥੰਮਣ ਵਾਲਾ ਅਤੇ ਟਿੱਬਾ 24 ਘੰਟੇ ਬਿਜਲੀ ਦੀ ਸਕੀਮ 'ਚ ਆਏ ਹੋਏ ਸੀ। ਦੁੱਲੇ ਦੀ ਢਾਬ ਦਾ ਕੁਨੈਕਸ਼ਨ ਟਿੱਬੇ ਦੇ ਟਰਾਂਸਫਾਰਮਰ ਨਾਲ ਸੀ। ਇਸ ਟਰਾਂਸਫਾਰਮਰ ਦਾ ਕਦੇ ਕੁਝ ਵਿਗੜਿਆ ਰਹਿੰਦਾ, ਕਦੇ ਕੁਝ, ਸੋ 24 ਘੰਟੇ ਵਾਲੀ ਸਕੀਮ ਫੇਲ। ਹਾਂ, ਥੰਮਣ ਵਾਲੀ ਸਕੀਮ ਕਾਮਯਾਬ ਸੀ। ਕਾਰਨ ਸੀ ਉੱਥੋਂ ਦੀ ਨੌਜਵਾਨ ਸਭਾ। ਨੌਜਵਾਨ ਸਭਾ ਵਾਲੇ ਮੁੰਡੇ ਬਿਜਲੀ ਵਾਲਿਆਂ ਦੇ ਗਲ 'ਚ ਗੂਠਾ ਦੇ ਹੀ ਰੱਖਦੇ। ਟਿੱਬੇ 'ਚ ਐਸੀ ਕੋਈ ਸੰਸਥਾ ਨਹੀਂ ਸੀ। ਟਿੱਬੇ ਵਾਲੇ ਲੋਕ ਤਾਂ ਰੱਬ ਦੀਆਂ ਦਿੱਤੀਆਂ ਖਾਣ ਵਾਲੇ ਸੀ। ਬਿਜਲੀ ਚੱਲਦੀ ਹੈ ਤਾਂ ਭਲੀ, ਨਹੀਂ ਚੱਲਦੀ ਤਾਂ ਭਲੀ। ਇਹਨਾਂ ਦਿਨਾਂ 'ਚ ਬਾਬਾ ਰਾਮਦਾਸ 8 ਪਹਿਰੀ ਰੋਟੀ ਖਾਂਦਾ, ਸਵੇਰੇ ਸ਼ਾਮ ਕੁਛ ਨਹੀਂ ਖਾਂਦਾ ਸੀ। ਦੁਪਹਿਰੇ ਮੂੰਗੀ ਦੀ ਦਾਲ ਨਾਲ ਬਸ ਇੱਕ ਫੁਲਕਾ ਖਾ ਲੈਂਦਾ, ਭੁੰਨੀ ਕਣਕ ਦਾ ਦਲੀਆ ਖਾਂਦਾ, ਕਦੇ ਮਿੱਠਾ ਕਦੇ ਲੂਣ ਵਾਲਾ, ਕਦੇ ਕਦੇ ਚੌਲਾਂ ਮੂੰਗੀ ਦੀ ਖਿਚੜੀ ਵੀ। ਦੇਸੀ ਘਿਓ ਨਹੀਂ ਖਾਂਦਾ ਸੀ। ਸਵੇਰੇ ਸਵੇਰੇ ਨਿੰਬੂ ਪਾਣੀ ਪੀਂਦਾ ਅਤੇ ਫਿਰ ਜੰਗਲ ਪਾਣੀ ਜਾ ਕੇ ਫਿੱਕੀ ਚਾਹ। ਰਾਤ ਵੇਲੇ ਸਿਰਫ ਫਿੱਕਾ ਦੁੱਧ ਪੀਂਦਾ, 1.25 ਗਲਾਸ, ਬਸ ਇਹੀ ਉਹਦੀ ਖੁਰਾਕ ਸੀ। ਕਿੰਨੇ ਹੀ ਮਹੀਨਿਆਂ ਤੋਂ ਹੁਣ ਕਦੇ ਥੰਮਣ ਵਾਲੇ ਨਹੀਂ ਗਿਆ ਸੀ, ਨਾ ਹੀ ਕਦੇ ਹਮੀਰਗੜ੍ਹ ਦਾ ਗੇੜਾ ਮਾਰਿਆ। ਜੱਸੀ ਉਹਨੂੰ 3ਜੇ 4ਥੇ ਦਿਨ ਹੀ ਆ ਕੇ ਮਿਲ ਜਾਂਦਾ। ਉਹ ਕੋਈ ਖਾਸ ਗੱਲਾਂ ਨਹੀਂ ਕਰਦੇ ਸੀ। ਰਾਮਦਾਸ ਅਲਬੇਲ ਦੇ ਕਾਰੋਬਾਰ ਦੀਆਂ ਥੋੜ੍ਹੀਆਂ ਮੋਟੀਆਂ ਗੱਲਾਂ ਕਰਦਾ ਅਤੇ ਆਸ਼ੀਰਵਾਦ ਦਿੰਦਾ। ਆਖਦਾ, ਜਸਵੰਤ ਸਿੰਘ ਲੜਕਾ ਤੇਰਾ ਲਾਇਕ ਨਿਕਲਿਆ ਬਈ।
ਅਮੀਰਗੜ੍ਹ ਵਾਲੇ 4-5 ਮਹੀਨੇ ਪਹਿਲਾਂ ਆਏ ਸੀ। ਰਾਮਦਾਸ ਦੀ ਸੁੱਖ ਸਾਂਦ ਦਾ ਪਤਾ ਲੈ ਗਏ ਸੀ। ਮੱਗੋ, ਸੁਖਦਿਆਲ ਅਤੇ ਸੁਰਜੀਤ ਨੇ ਕਾਰ ਲੈ ਕੇ ਆਏ। ਬੱਚਿਆਂ ਨੂੰ ਅਮੀਰਗੜ੍ਹ ਛੱਡ ਆਏ ਸੀ। ਉਹ ਸਵੇਰੇ ਸਵੇਰੇ ਆਏ। ਸਵੇਰੇ ਸਵੇਰੇ ਤੋਂ ਮਤਲਬ ਉਦੋਂ ਉੱਥੋਂ ਤੁਰੇ ਸੀ ਜਦੋਂ ਸੜਕਾਂ ਚੱਲਣ ਲੱਗ ਪਈਆਂ। ਸੂਰਜ ਉਹਨਾਂ ਨੂੰ ਦੁੱਲੇ ਦੀ ਢਾਬ ਆ ਕੇ ਦਿਸਣ ਲੱਗਿਆ। ਪਹਿਲਾਂ ਤਾਂ ਚਾਹ ਪਾਣੀ ਪੀਤਾ, ਫਿਰ ਰਜਾਈ 'ਚ ਬੈਠ ਕੇ ਸੁਖਦਿਆਲ ਬਾਬਾ ਰਾਮਦਾਸ ਦੀਆਂ ਲੱਤਾਂ ਘੁੱਟਣ ਲੱਗਿਆ। ਮੱਗੋ ਬਾਬਿਆਂ ਦਾ ਸਿਰ ਦੱਬ ਰਹੀ ਸੀ। ਸੁਰਜੀਤ ਦਾ ਹੱਥ ਰਾਮਦਾਸ ਦੇ ਆਪਣੇ ਪਿੰਡੇ ਨੂੰ ਨਹੀਂ ਲਵਾਇਆ। ਸੂਰਜ ਕੁਛ ਹੋਰ ਚਮਕਣ ਲੱਗਿਆ ਤਾਂ ਮੱਗੋ ਨੇ ਬਚਿੱਤਰ ਦਾਸ ਨੂੰ ਕਹਿ ਕੇ ਪਾਣੀ ਗਰਮ ਕਰਵਾ ਲਿਆ। ਹਵਾ ਲੱਗਣ ਦੇ ਡਰੋਂ ਸੁੱਖ ਅਤੇ ਮੱਗੋ ਨੇ ਕੁਟੀਆ ਵਿੱਚ ਹੀ ਰਾਮਦਾਸ ਨੂੰ ਮਲ ਮਲ ਕੇ ਨਵਾਇਆ। ਸਾਰੇ ਪਿੰਡੇ ਨੂੰ ਸਰੋਂ ਦਾ ਤੇਲ ਲਾਤਾ। ਸਿਰ ਦੇ ਵਾਲ ਥੋੜ੍ਹੇ ਥੋੜ੍ਹੇ ਸੀ, ਐਵੇਂ ਬਸ ਜਟੂਰੀਆਂ ਜਿਹੀਆਂ, ਦਾੜ੍ਹੀ ਮੁੱਛਾਂ ਨਾ ਮਾਤਰ ਸੀ। ਨਹਾ ਕੇ ਰਾਮਦਾਸ ਹੌਲਾ ਫੁੱਲ ਹੋ ਗਿਆ। ਨਵੇਂ ਧੋਤੇ ਕੱਪੜੇ ਪਾ ਕੇ ਰਜਾਈ 'ਚ ਹੀ ਫੇਰ ਵੜ ਗਿਆ। ਉਹ ਕਈ ਦਿਨਾਂ ਪਿੱਛੋਂ ਨਹਾਤਾ ਸੀ, ਜਦੋਂ ਕਦੇ ਨਵਾਉਂਦਾ ਬਚਿੱਤਰ ਦਾਸ ਹੀ ਨਵਾਉਂਦਾ। ਰਾਮਦਾਸ ਨੇ ਰੱਬ ਦਾ ਸ਼ੁਕਰ ਮਨਾਇਆ। ਉਹਨੂੰ ਇਹ ਗੱਲ ਦੀ ਬਹੁਤ ਖੁਸ਼ੀ ਸੀ ਕਿ ਉਹਦੇ ਆਪਣੇ ਘਰ ਦੇ, ਉਹਦੀ ਸਕੀ ਭਰਜਾਈ ਅਤੇ ਭਤੀਜਾ ਭਤੀਜ ਨੂੰ ਉਹਦੀ ਕਿੰਨੀ ਸੇਵਾ ਕਰਦੇ ਫਿਰਦੇ। ਅਚਾਨਕ ਹੀ ਉਹਦੀ ਕੋਈ ਗੱਲ ਯਾਦ ਆਈ ਤਾਂ ਉੱਠ ਕੇ ਬੈਠ ਗਿਆ। ਸੁਖਦਿਆਲ ਨੂੰ ਕਹਿ ਕੇ ਲੰਗਰ 'ਚੋਂ ਬਚਿੱਤਰ ਦਾਸ ਨੂੰ ਬੁਲਾਇਆ। ਬਚਿੱਤਰ ਉਹਨਾਂ ਲਈ ਰੋਟੀ ਟੁੱਕ ਦਾ ਆਹਰ ਕਰਦਾ ਫਿਰਦਾ ਸੀ। ਕਹਿਣ ਲੱਗਿਆ, ਬਚਿੱਤਰ ਭਾਈ, ਰੋਟੀ ਤਾਂ ਕੁੜੀਆਂ ਆਪ ਬਣਾ ਲੈਣਗੀਆਂ, ਤੂੰ ਇਹਨਾਂ ਨੂੰ ਕੁਛ ਸਮਾਨ ਦੇ ਦੇ। ਤੂੰ ਐਂ ਕਰ, ਕਾਰ ਲੈ ਕੇ ਮੰਡੀ ਨੂੰ ਜਾ। ਮੱਗੇ ਅਤੇ ਸੁਰਜੀਤ ਵਾਸਤੇ ਦੋ ਸੂਟ ਮਹਿੰਗੇ ਪਾ ਦੇ ਹੋਣ, ਸੁੱਖੇ ਵਾਸਤੇ ਕੁੜਤਾ ਪਜਾਮਾ ਅਤੇ ਪੱਗ ਲੈ ਆ। ਇੰਨੇ ਚਿਰ ਪਿੱਛੋਂ ਆਏ ਨੇ, ਖਾਲੀ ਨਹੀਂ ਮੋੜਨਾ ਆਪਾਂ। ਬਚਿੱਤਰ ਲਈ ਇਸ਼ਾਰਾ ਹੀ ਕਾਫੀ ਸੀ। ਮੱਗੇ ਨੂੰ ਸਭ ਦਿਖਾ ਕੇ ਤੁਰੰਤ ਪੈਰ ਕਾਰ ਚਲਾ ਕੇ ਉਹ ਮੰਡੀ ਨੂੰ ਤੁਰ ਪਿਆ। ਉਹਦੀ ਜੇਬ 'ਚ ਪੈਸਿਆਂ ਦੀ ਕੋਈ ਕਮੀ ਨਹੀਂ ਸੀ। ਮੱਗੋ ਅਤੇ ਸੁਰਜੀਤ ਲੰਗਰ 'ਚ ਸੀ। ਰਾਮਦਾਸ ਨੇ ਸੁਖਦਿਆਲ ਨੂੰ ਕਿਹਾ ਕਿ ਉਹ ਕੁਟੀਆ ਦਾ ਅੰਦਰਲਾ ਕੁੰਡਾ ਲਾ ਲਵੇ, ਟਿਊਬ ਜਗਾ ਕੇ ਉਹਦੀ ਗੱਲ ਸੁਣੇ। ਇਕੱਲੇ ਬੱਲਬ ਦੀ ਰੋਸ਼ਨੀ ਥੋੜ੍ਹੀ ਸੀ। ਰਾਮਦਾਸ ਹੌਲੀ ਹੌਲੀ ਰਜਾਈ 'ਚ ਉੱਠਿਆ, ਕੁੰਜੀ ਲੱਭ ਕੇ ਇੱਕ ਅਲਮਾਰੀ ਦਾ ਜੰਦਾ ਖੋਲ੍ਹਿਆ। ਤਿੰਨਾਂ ਖਾਨਿਆਂ 'ਚ ਇੱਧਰ ਉੱਧਰ ਖਾਸੇ ਕਾਗਜ਼ ਸੀ। ਐਨਕ ਲਾ ਕੇ ਉਹਨਾਂ ਕਾਗਜ਼ਾਂ ਨੂੰ ਛੇਤੀ ਛੇਤੀ ਦੇਖ ਰਿਹਾ ਸੀ। ਕੰਮ ਦੇ ਕਾਗਜ਼ਾਂ ਨੂੰ ਕੱਢ ਕੇ ਇੱਕ ਪਾਸੇ ਰੱਖੇ ਜਾਂਦਾ। ਇਹਨਾਂ 'ਚ 7 ਐਡੀਆਂ ਸਨ ਜਿਨ੍ਹਾਂ ਦਾ ਭੁਗਤਾਨ ਬੁਢਲਾਡੇ ਦੀਆਂ FDਆਂ ਸਨ, ਜਿਨ੍ਹਾਂ ਦਾ ਭੁਗਤਾਨ ਬੁਢਲਾਡੇ ਦੀਆਂ ਬੈਂਕਾਂ 'ਚੋਂ ਹੋਣਾ ਸੀ। ਰਾਮਦਾਸ ਦੇ ਮਰਨ ਤੋਂ ਬਾਅਦ ਇਹ ਸਾਰਾ ਪੈਸਾ ਸੁਖਦਿਆਲ ਸਿੰਘ ਪੁੱਤਰ ਸ਼ਿਆਮ ਸਿੰਘ ਪਿੰਡ ਹਮੀਰਗੜ੍ਹ ਨੂੰ ਮਿਲ ਜਾਣਾ ਸੀ। ਇੱਕ ਵਸੀਅਤ ਸੀ ਜਿਸ ਅਨੁਸਾਰ ਰਾਮਦਾਸ ਦੇ ਮਰਨ ਉਪਰੰਤ ਮੰਡੀ ਰੋਡੂ ਸ਼ਾਹ ਵਾਲੀ ਕੋਠੀ ਵੀ ਸੁਖਦਿਆਲ ਦੇ ਨਾਂ ਲੱਗ ਜਾਣੀ ਸੀ। 3 FDਆਂ ਹੋਰ ਸੀ ਜਿਹੜੀਆਂ ਰਾਮਦਾਸ ਚੇਲਾ ਬਾਬਾ ਦੁੱਲਾ ਸਿੰਘ ਡੇਰਾ ਦੁੱਲੇ ਦੀ ਢਾਬ ਪਿੰਡ ਥੰਮਣ ਵਾਲਾ ਦੇ ਨਾਂ ਸੀ। ਇਹਨਾਂ ਦਾ ਰੁਪਿਆ ਉਸ ਚੇਲੇ ਨੂੰ ਮਿਲਣਾ ਸੀ ਜਿਹੜਾ ਬਾਬਾ ਰਾਮਦਾਸ ਦੇ ਮਰਨ ਉਪਰੰਤ ਬਣਦਾ। ਇਹ ਸਾਰੀਆਂ FDਆਂ 7 ਬੁੱਢਲਾਡੇ ਵਾਲੀਆਂ ਅਤੇ 3 ਦੁੱਲੇ ਦੀ ਢਾਬ ਵਾਲੀਆਂ 3-3 ਸਾਲਾਂ ਲਈ ਸੀ। ਇਹ ਸਾਰੀਆਂ 1-2 ਸਾਲ ਪਹਿਲਾਂ ਹੀ ਬਾਬਾ ਰਾਮਦਾਸ ਨੇ ਕਰਾਈਆਂ ਸੀ। ਬੁੱਢਲਾਡੇ ਵਾਲੀਆਂ 7 FDਆਂ ਅਤੇ ਰੋਡੂ ਸ਼ਾਹ ਮੰਡੀ ਦੀ ਕੋਠੀ ਵਾਲੀ ਵਸੀਅਤ ਸੁਖਦਿਆਲ ਨੂੰ ਫੜਾ ਕੇ ਬਾਕੀ 3 FDਆਂ ਰਾਮਦਾਸ ਨੇ ਅਲਮਾਰੀ 'ਚ ਹੀ ਧਰਤੀਆਂ ਅਤੇ ਪਹਿਲਾਂ ਵਾਂਗ ਹੀ ਜਿੰਦਾ ਲਾ ਕੇ ਕੁੰਜੀ ਸੰਭਾਲਤੀ। ਏਸੀ ਅਲਮਾਰੀ 'ਚ ਹੀ ਬਾਬਿਆਂ ਦਾ ਕੁੱਲ ਪੈਸਾ ਟਕਾ ਪਿਆ ਰਹਿੰਦਾ ਸੀ। ਰਜਾਈ ਵੱਲ ਕਾਹਲ ਨਾਲ ਆ ਰਿਹਾ ਰਾਮਦਾਸ ਬੋਲਿਆ, ਸੁਖਦਿਆਲ ਬੱਚੂ, ਇਹ ਸਾਰੇ ਕਾਗਜ਼ ਹੁਣ ਸੰਭਾਲ ਲੈ ਕਿਧਰੇ ਸਵਾਰ ਕੇ, ਉਹ ਸਾਰੀ ਚੀਜ਼ ਤੇਰੀ ਹੈ। ਸੁਖਦਿਆਲ ਸਿਆਣਾ ਸੀ, ਸਾਰੀ ਗੱਲ ਸਮਝ ਗਿਆ। ਉਹਨੂੰ ਲੱਗਿਆ ਜਿਵੇਂ ਇਹੀ ਕੁਝ ਕਰਨ ਦੁੱਲੇ ਦੀ ਢਾਬ ਉਸ ਦਿਨ ਆਏ ਸੀ। ਇੰਨੇ ਨੂੰ ਸੱਸ ਨੂੰ ਰੋਟੀ ਟੁੱਕ ਦਾ ਸਾਰਾ ਸਮਾਨ ਚੁੱਕੀ ਕੁਟੀਆ ਦੇ ਬਾਹਰ ਖੜੀਆਂ ਤਖਤਿਆਂ ਦਾ ਕੁੰਡਾ ਖੜਕਾ ਰਹੀਆਂ ਸੀ। ਉਹਨਾਂ ਨੇ ਦੁੱਧ 'ਚ ਸੇਵੀਆਂ ਉਬਾਲੀਆਂ, ਸਾਬਤ ਮੂੰਗੀ ਦੀ ਦਾਲ ਸੀ, ਰੋਟੀਆਂ ਸੀ।
ਸਿਆਲਾਂ ਦੇ ਦਿਨ ਕੀ ਹੁੰਦੇ ਨੇ, ਉਹਨਾਂ ਨੂੰ ਗੱਲਾਂ ਬਾਤਾਂ ਕਰਦਿਆਂ ਨੂੰ ਆਥਣ ਦੀ ਚਾਹ ਦਾ ਵੇਲਾ ਹੋ ਗਿਆ। ਸੁਖਦਿਆਲ ਪਹਿਲਾਂ ਤਾਂ ਮਾਂ ਨੂੰ ਟਿੱਬੇ ਛੱਡ ਆਇਆ, ਸੁਰਜੀਤ ਵੀ ਨਾਲ ਗਈ ਸੀ, ਫਿਰ ਉਹ ਦੋਵੇਂ ਥੰਮਣ ਵਾਲੇ ਆ ਗਏ। ਅਗਲੇ ਦਿਨ ਉਹ ਫਿਰ ਸਾਰੇ ਦੁੱਲੇ ਦੀ ਢਾਬ ਇਕੱਠੇ ਹੋਏ, ਲੀੜਾ ਕੱਪੜਾ ਦੂਜੇ ਦਿਨ ਹੀ ਉਹਨਾਂ ਨੂੰ ਦੇ ਦਿੱਤਾ ਗਿਆ। ਇਹ ਲੀੜਾ ਕੱਪੜਾ ਅਤੇ ਪੈਸੇ ਰਾਮਦਾਸ ਨੇ ਉਹਨਾਂ ਨੂੰ ਬਚਿੱਤਰ ਦਾਸ ਦੇ ਹੱਥੋਂ ਦਵਾਏ। ਹਮੇਸ਼ਾ ਵਾਂਗ ਰਾਮਦਾਸ ਰਾਤ ਨੂੰ ਫਿੱਕੇ ਦੁੱਧ ਦਾ ਗਲਾਸ ਪੀ ਕੇ ਪਿਆ। ਉਹ ਹਮੇਸ਼ਾ ਵਾਂਗ ਆਥਣ ਦੀ ਆਰਤੀ 'ਚ ਵੀ ਸ਼ਾਮਿਲ ਹੋਇਆ ਸੀ, ਹਮੇਸ਼ਾ ਵਾਂਗ ਰਾਤ ਨੂੰ ਬਹਿ ਕੇ ਮਾਲਾ ਵੀ ਫੇਰੀ ਸੀ। ਆਪਣੀਆਂ ਸਾਰੀਆਂ ਕਿਰਿਆਵਾਂ ਉਹ ਕੱਲ੍ਹ ਤੱਕ ਕਰਦਾ ਰਿਹਾ ਸੀ। ਅਗਲੇ ਦਿਨ ਸਵੇਰੇ ਬਚਿੱਤਰ ਦਾਸ ਨਿੰਬੂ ਪਾਣੀ ਦਾ ਗਲਾਸ ਲੈ ਕੇ ਗਿਆ। ਬਾਬਾ ਉੱਠਿਆ ਹੀ ਨਹੀਂ, ਬਾਬਾ ਬੋਲਿਆ ਹੀ ਨਹੀਂ, ਜਿਵੇਂ ਉਹਨੂੰ ਬਚਿੱਤਰ ਦੀ ਆਵਾਜ਼ ਸੁਣੀ ਨਾ ਹੋਵੇ। ਬਾਬਾ ਰਾਮਦਾਸ ਦੇ ਪ੍ਰਾਣ ਪੰਖੇਰੂ ਰਾਤ ਨੂੰ ਪਤਾ ਨਹੀਂ ਕਿਹੜੇ ਵੇਲੇ ਦੂਰ ਕਿਧਰੇ ਉਡਾਰੀ ਮਾਰ ਗਏ। ਉਹਦੀ ਦੇਹ ਵੱਡੇ ਹਾਲ 'ਚ ਤਖਤਪੋਸ਼ ਉੱਤੇ ਸੁੰਦਰ ਬਸਤਰਾਂ ਨਾਲ ਢੱਕ ਕੇ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਰੱਖੀ ਗਈ। ਸ਼ਾਮ 4 ਵਜੇ ਤੱਕ ਕੁੱਲ ਦੁਨੀਆ ਆਈ। ਥੰਮਣ ਵਾਲਾ, ਟਿੱਬਾ, ਮੰਡੀ, ਰੋਡੂ ਸ਼ਾਹ ਦੇ ਸਭ ਸ਼ਰਧਾਲੂ ਪਹੁੰਚੇ। ਹਮੀਰਗੜ੍ਹ ਤੋਂ ਉਹਨਾਂ ਦਾ ਸਾਰਾ ਟੱਬਰ ਸੀ। ਜੱਸੀ ਅਤੇ ਉਹਦਾ ਮੁੰਡਾ ਅਲਬੇਲ ਅੱਗੇ ਅੱਗੇ ਫਿਰ ਤੁਰ ਰਹੇ ਸੀ। ਥੰਮਣ ਵਾਲਾ ਵੀ ਦੀ ਨੌਜਵਾਨ ਸਭਾ ਅਤੇ ਨਗਰ ਪੰਚਾਇਤ ਦੀਆਂ ਅਲੱਗ ਸਕੀਮਾਂ ਸੀ। ਬਚਿੱਤਰ ਦਾਸ ਸਭ ਦੀ ਸੁਣਦਾ, ਸਭ ਦੀ ਮੰਨਦਾ, ਜਿਵੇਂ ਕੋਈ ਕਹਿੰਦਾ ਉਹ ਸੱਤ ਬਚਨ ਆ ਛੱਡਦਾ। ਬਾਬੇ ਦੁੱਲੇ ਦੀ ਸਮਾਧ ਦੇ ਕੋਲ ਹੀ ਬਾਬਾ ਰਾਮਦਾਸ ਦੀ ਚਿਤਾ ਨੂੰ ਅੱਗ ਲਾਈ ਗਈ। ਸਵਾ ਮਣ ਪੱਕੀ ਚੰਦਨ ਦੀ ਲੱਕੜ ਫੂਕੀ ਗਈ। ਇਲਾਕੇ ਦਾ ਕੁੱਲ ਸਾਧੂ ਸੰਤ ਆਇਆ। ਅੰਗ 6 ਬਾਬਾ ਰਾਮਦਾਸ ਆਪਣੇ ਮੂੰਹੋਂ ਆਖਦਾ ਹੁੰਦਾ ਕਿ ਉਹ ਪੂਰੇ 100 ਸਾਲ ਦਾ ਹੋ ਗਿਆ। ਬਸ ਇੰਨੀ ਆਰਜ਼ਾ ਹੁੰਦੀ ਬੰਦੇ ਦੀ, ਹੁਣ ਤਾਂ ਉਹ ਚੋਲਾ ਛੱਡਣਗੇ। ਬਾਬਾ 100 ਸਾਲ ਨੂੰ ਅਜੇ ਪਹੁੰਚਿਆ ਤਾਂ ਨਹੀਂ, ਪਰ ਉਹ 90 ਤੋਂ 5-4 ਸਾਲ ਉੱਤੇ ਜ਼ਰੂਰ ਸੀ। ਹੁਣ ਜਦੋਂ ਕਿ ਉਹ ਚੱਲਿਆ ਹੀ ਗਿਆ ਤਾਂ ਹਰ ਕੋਈ ਕਹਿ ਰਿਹਾ ਸੀ ਵੀ ਉਹਨੇ 100 ਸਾਲ ਪੂਰਾ ਕਰਕੇ ਸਰੀਰ ਛੱਡਿਆ। ਬਾਬਾ ਦੁੱਲੇ ਦੀ ਸਮਾਧ ਦੇ ਨਾਲ ਹੀ ਬਾਬਾ ਰਾਮਦਾਸ ਦੀ ਸਮਾਧ ਬਣਾਤੀ ਗਈ। ਬਿਲਕੁਲ ਉਸੇ ਨਮੂਨੇ ਦੀ, ਭੋਰਾ ਭਰ ਵੀ ਫਰਕ ਨਹੀਂ ਸੀ, ਪਰ ਅੰਦਰ ਖਾਤੇ ਦੁਨੀਆ ਜਾਣਦੀ ਸੀ ਕਿ ਬਾਬਾ ਦੁੱਲੇ ਜਿਹਾ ਕੋਈ ਤਿਆਗੀ ਨਹੀਂ ਅਤੇ ਬਾਬਾ ਰਾਮਦਾਸ ਜਿਹਾ ਕੋਈ ਖੁਦਗਰਜ਼ ਨਹੀਂ। ਉਹਨੇ ਸਾਰੀ ਉਮਰ ਆਪਣਾ ਭਤੀਜਾ ਪਾਲਿਆ, ਸਾਰੀ ਉਮਰ ਆਪਣਾ ਹੀ ਘਰ ਬਣਾਇਆ, ਡੇਰੇ ਦਾ ਜੋ ਕੀਤਾ ਉਹ ਐਵੇਂ ਦਿਖਾਵਾ ਸੀ। ਸੁਖਦਿਆਲ ਨੇ ਚੁੱਪ ਗੜੁੱਪ ਵਿੱਚ ਹੀ ਬਾਬਾ ਰਾਮਦਾਸ ਦੀ ਮੌਤ ਦਾ ਸਰਟੀਫਿਕੇਟ ਲਿਜਾ ਕੇ ਬੁਢਲਾਡੇ ਦੀਆਂ ਸਾਰੀਆਂ FDਆਂ ਤੁੜਵਾ ਲਈਆਂ। ਜਿੰਨੇ ਵੀ ਪੈਸੇ ਮਿਲੇ ਬਸ ਜੇਬ 'ਚ ਪਾਉਣ ਦੀ ਕੀਤੀ। ਦੁੱਲੇ ਦੀ ਢਾਬ ਦੇ ਨਾਂ ਕੋਈ ਜ਼ਮੀਨ ਜਾਇਦਾਦ ਨਹੀਂ ਸੀ, ਬਸ ਡੇਰਾ ਹੀ ਡੇਰਾ ਸੀ। ਸ਼ਰਧਾਲੂ ਲੋਕ ਬਾਬੇ ਦੁੱਲੇ ਦੀ ਸਮਾਧ 'ਤੇ ਸੁੱਖ ਦੇ ਪੂਰੀ ਹੋ ਜਾਂਦੀ ਤਾਂ ਚੜਾਵਾ ਚੜਾ ਕੇ ਜਾਂਦੇ। ਕੀ ਪਤਾ ਸੀ ਕਿਸੇ ਦਾ ਕੀ ਸੁੱਖਿਆ ਹੁੰਦਾ, ਜਾਂ ਫਿਰ ਆਮਦਨ ਸੀ ਤਾਂ ਦਵਾਖਾਨੇ ਦੀ ਆਮਦਨ ਸੀ। ਬਾਬਾ ਰਾਮਦਾਸ ਦੇ ਹੱਥ ਜਸ ਸੀ, ਉਹੀ ਹੱਥ ਜਸ ਹੁਣ ਬਚਿੱਤਰ ਦਾਸ ਕੋਲ ਆ ਚੁੱਕਿਆ ਸੀ। ਪਹਿਲਾਂ ਲੋਕ ਬਾਬੇ ਦੁੱਲੇ ਦੀ ਸਮਾਧ ਨੂੰ ਮੱਥਾ ਟੇਕਦੇ, ਹੁਣ ਬਾਬਾ ਰਾਮਦਾਸ ਦੀ ਸਮਾਧ ਨੂੰ ਵੀ ਟੇਕਣ ਲੱਗ ਗਏ। ਸ਼ਰਧਾਲੂ ਲੋਕ ਦੋਵੇਂ ਸਮਾਧਾਂ 'ਤੇ ਸੁੱਖ ਦੇ। ਜੇ ਡੇਰੇ ਦੇ ਨਾਂ ਕੋਈ ਜ਼ਮੀਨ ਹੁੰਦੀ ਤਾਂ ਉਹਦੀ ਮਹੰਤੀ ਖਾਤਰ ਰੌਲਾ ਪੈਣਾ ਸੀ। ਬਾਬਾ ਰਾਮਦਾਸ ਜਿਉਂਦਾ ਜਿਉਂਦਾ ਕਿਸੇ ਦੇ ਨਾਂ ਮਹੰਤੀ ਲਿਖ ਕੇ ਨਹੀਂ ਗਿਆ ਸੀ। ਪਤਾ ਨਹੀਂ ਉਹਦੇ ਚਿੱਤ 'ਚ ਕੀ ਸੀ, ਜਦੋਂ ਕਿ ਕਿੰਨੇ ਵਰੇ ਤੋਂ ਬਚਿੱਤਰ ਦਾਸ ਉਹਦੀ ਸੇਵਾ ਸੰਭਾਲ ਕਰ ਰਿਹਾ ਸੀ। ਸਭ ਕੁਝ ਹੱਥ ਮੱਥੇ ਵੀ ਉਹਦੇ ਸੀ। ਇਹ ਨਿਸ਼ਚਿਤ ਸੀ ਕਿ ਮਹੰਤੀ ਬਚਿੱਤਰ ਦਾਸ ਨੂੰ ਮਿਲੇਗੀ। ਜ਼ਮੀਨ ਹੁੰਦੀ ਤਾਂ ਜੱਸੀ ਦੇ ਲਾਣੇ ਨੇ ਡੇਰੇ ਉੱਤੇ ਕਿਵੇਂ ਨਾ ਕਿਵੇਂ ਕਬਜ਼ਾ ਕਰ ਲੈਣਾ ਸੀ, ਹੋਰ ਨਹੀਂ ਤਾਂ ਰੌਲਾ ਪਾ ਕੇ ਅੱਧ ਪਚੱਧ ਲੈ ਜਾਂਦੇ। ਪਰ ਪਿੰਡ ਦੀ ਨੌਜਵਾਨ ਸਭਾ ਅਤੇ ਨਗਰ ਪੰਚਾਇਤ ਨੇ ਅਜਿਹਾ ਨਹੀਂ ਹੋਣ ਦੇਣਾ ਸੀ। ਬਾਬਾ ਰਾਮਦਾਸ ਪਹਿਲਾਂ ਹੀ ਬਹੁਤ ਤਿੱਖਾ ਸੀ। ਸੱਚ ਕਹਿੰਦੇ ਨੇ, ਕਾਣੇ ਦੀ ਇੱਕ ਰਗ ਵੱਧ ਹੁੰਦੀ ਹੈ, ਉਹਦੇ ਖੱਬੇ ਹੱਥ 'ਚ ਕਾਣ ਸੀ, ਇਸ ਕਰਕੇ ਉਹ ਆਮ ਆਦਮੀ ਨਾਲੋਂ ਵੱਧ ਸੀ।
7 FDAਂ 15-20 ਲੱਖ ਤੋਂ ਘੱਟ ਨਹੀਂ ਹੋਣਗੀਆਂ, ਉਹ ਪਹਿਲਾਂ ਹੀ ਫੜਾਤੀਆਂ। ਡੇਰੇ ਵਾਲੀਆਂ 3 FDAਂ ਵਿੱਚੋਂ 3-4 ਲੱਖ ਰੁਪਇਆ ਮਸਾ ਹੋਏਗਾ। ਬਸ ਉਹੀ ਹੱਥ ਲੱਗਿਆ ਬਚਿੱਤਰ ਦਾਸ ਦੇ, ਸਮਝੋ ਦਿਖਾਵਾ ਕਰ ਦਿੱਤਾ ਕਿ ਬਾਬਾ ਰਾਮਦਾਸ ਆਪਣੇ ਮਗਰ ਇੰਨੀ ਮਾਇਆ ਛੱਡ ਗਿਆ। ਬਾਬਾ ਰਾਮਦਾਸ ਦੇ ਕਥਾ ਵਾਲੇ ਦਿਨ ਦੁੱਲੇ ਦੀ ਢਾਬ ਦੇ ਡੇਰੇ 'ਚ ਤਿਲ ਸੁੱਟਣ ਨੂੰ ਥਾਂ ਨਹੀਂ ਸੀ। ਪਹਿਲਾਂ ਗਰੁੜ ਪੁਰਾਣ ਦੀ ਕਥਾ ਦਾ ਭੋਗ ਪਿਆ, ਫਿਰ ਗੁਰੂ ਗ੍ਰੰਥ ਸਾਹਿਬ ਦੇ ਸਧਾਰਨ ਪਾਠ ਦਾ। ਦੂਰ ਦੂਰ ਤੋਂ ਸਾਧੂ ਮਹਾਤਮਾ ਆਏ ਸੀ, ਨਰਸਿੰਘੇ ਵੱਜ ਰਹੇ ਸੀ, ਲੰਗਰ ਬੜੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਸੀ। ਖੀਰ, ਕੜਾਹਾ, ਸਾਬਤ ਮੂੰਗੀ ਦੀ ਦਾਲ, ਰਾਇਤਾ, ਪੱਚਰੰਗਾ ਅਚਾਰ ਅਤੇ ਤਵੀ ਦੀਆਂ ਰੋਟੀਆਂ ਸੀ। ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪਿਆ ਅਤੇ ਅਗਲੀ ਪਾਲੀ ਪਗੜੀ ਦੀ ਰਸਮ ਹੋਣ ਲੱਗੀ। ਬਚਿੱਤਰ ਦਾਸ ਨੂੰ ਮਹੰਤੀ ਦੇਣ ਦੀ, ਪੱਗ ਦੇਣ ਲਈ ਸਭ ਦੀ ਸਹਿਮਤੀ ਸੀ। ਸਾਰੇ ਸਾਧੂ ਮਹਾਤਮਾ ਉਹਦੇ ਹੱਕ 'ਚ ਸੀ ਅਤੇ ਗੁਣਗਾਣ ਕਰ ਰਹੇ ਸੀ। ਉਹ ਸਭ ਇੱਥੇ ਆਉਂਦੇ ਜਾਂਦੇ ਰਹੇ ਸਨ। ਜਦੋਂ ਵੀ ਕੋਈ ਕਦੇ ਆਇਆ ਸੀ, ਬਚਿੱਤਰ ਨੇ ਉਹਦੀ ਪੂਰੀ ਸੇਵਾ ਕੀਤੀ ਸੀ। ਦੋਵੇਂ ਪਿੰਡਾਂ ਦੀਆਂ ਨਗਰ ਪੰਚਾਇਤਾਂ ਆਈਆਂ ਬੈਠੀਆਂ ਸੀ, ਬਚਿੱਤਰ ਦਾਸ ਨੂੰ ਮਹੰਤ ਬਣਾਏ ਜਾਣ ਦੇ ਹੱਕ ਵਿੱਚ ਸੀ। ਥੰਮਣ ਵਾਲੇ ਦੀ ਨੌਜਵਾਨ ਸਭਾ ਦੇ ਮੁੰਡੇ ਹੱਥ ਵਿੱਚ ਥੁੱਕੀ ਫਿਰਦੇ ਸੀ। ਉਹਨਾਂ ਨੂੰ ਡਰ ਸੀ ਕਿਤੇ ਜੱਸੀ ਦਾ ਲਾਣਾ ਕੋਈ ਕਜੀਆ ਨਾ ਖੜਾ ਕਰਦੇ, ਮਹੰਤੀ ਲਈ ਕੋਈ ਹਮੀਰਗੜੋਂ ਹੀ ਨਾ ਧਮਕੇ। ਪਰ ਕੁਝ ਵੀ ਅਣਸੁਖਾਵਾਂ ਕਿਧਰੇ ਨਹੀਂ ਹੋਇਆ। ਬੜੇ ਆਰਾਮ ਨਾਲ ਬਚਿੱਤਰ ਦਾਸ ਨੂੰ ਡੇਰੇ ਦੀ ਪੱਗ ਦੇ ਦਿੱਤੀ ਗਈ। ਉਹਦੇ ਸਿਰ ਨੂੰ ਕਈ ਪੱਗਾਂ ਵਲੇਟੀਆਂ ਹੋਈਆਂ ਸੀ, ਲਾਲ, ਪੀਲੀਆਂ, ਹਰੀਆਂ, ਚਿੱਟੀਆਂ, ਅਸਮਾਨੀ ਰੰਗ ਦੀਆਂ। ਲਾਊਡ ਸਪੀਕਰ ਵਾਲੇ ਸਟੇਜ ਤੋਂ ਭਾਸ਼ਣ ਦਿੱਤੇ ਜਾ ਰਹੇ ਸਨ। ਹਰ ਕੋਈ ਪਹਿਲਾਂ ਤਾਂ ਬਾਬਾ ਰਾਮਦਾਸ ਨੂੰ ਯਾਦ ਕਰਦਾ, ਉਹਦੀਆਂ ਪ੍ਰਾਪਤੀਆਂ ਦਾ ਵਿਖਿਆਨ ਕਰਕੇ ਉਹਨੂੰ ਸ਼ਰਧਾਂਜਲੀ ਭੇਂਟ ਕਰਦਾ, ਫਿਰ ਬਚਿੱਤਰ ਦਾਸ ਦਾ ਸੇਵਾ ਭਾਵ ਦੱਸਿਆ ਜਾਂਦਾ। ਆਖਿਆ ਜਾਂਦਾ ਕਿ ਆਸ ਹੀ ਨਹੀਂ, ਵਿਸ਼ਵਾਸ ਵੀ ਹੈ ਕਿ ਬਚਿੱਤਰ ਦਾਸ ਬਾਬਾ ਰਾਮਦਾਸ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਡੇਰੇ ਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇਗਾ। ਪਿੰਡ ਥੰਮਣ ਵਾਲੇ ਦਾ ਨੌਜਵਾਨ ਸਰਪੰਚ ਨਵਚੇਤਨ ਸਿੰਘ ਬੋਲਿਆ ਅਤੇ ਦੱਸਿਆ ਕਿ ਬਚਿੱਤਰ ਦਾਸ 'ਚ ਲੋਕ ਸੇਵਾ ਦੀ ਬਹੁਤ ਭਾਵਨਾ ਹੈ। ਦੋਵੇਂ ਪਿੰਡਾਂ ਦੇ ਦੂਜੇ ਬੁਲਾਰੇ 'ਤੇ ਕਈ ਸਾਧੂ ਮਹਾਤਮਾ ਬਚਿੱਤਰ ਦਾਸ ਦੇ ਉੱਚੇ ਆਚਰਨ ਦੀਆਂ ਗੱਲਾਂ ਕਰਦੇ ਗਏ। ਆਖਦੇ ਰਹੇ ਕਿ ਬਾਬਾ ਦੁੱਲਾ ਅਤੇ ਬਾਬਾ ਰਾਮਦਾਸ ਦਾ ਉਹ ਅਸਲੀ ਵਾਰਸ ਹੈ। ਭੋਗ ਤੋਂ ਪਹਿਲਾਂ ਬਚਿੱਤਰ ਦਾਸ ਦਾ ਮੰਡੀ ਰੋਡੂ ਸ਼ਾਹ ਆਉਣ ਜਾਣ ਲਗਭਗ ਨਿੱਤ ਵਾਂਗ ਸੀ। ਕੋਈ ਦਿਨ ਮਸਾ ਹੋਏਗਾ ਜਦੋਂ ਮੰਡੀ ਨਾ ਗਿਆ ਹੋਵੇ। ਮੰਡੀ ਜਾਂਦਾ ਤਾਂ ਡੇਰੇ ਦੀ ਕੋਠੀ ਵੀ ਗੇੜਾ ਵੱਜਦਾ। ਕੋਠੀ 'ਚ ਸਭ ਉਵੇਂ ਜਿਵੇਂ ਸੀ, ਸੇਵਕ ਰਹਿੰਦਾ ਸੀ, ਸਮਾਨ ਸਾਰਾ ਉਵੇਂ ਦਾ ਉਵੇਂ ਪਿਆ ਸੀ। ਡੇਰੇ ਦੇ ਭੋਗ ਲਈ ਬਚਿੱਤਰ ਦਾਸ ਨੇ ਕੁਝ ਇਕੱਠਾ ਸਮਾਨ ਖਰੀਦਿਆ ਸੀ ਅਤੇ ਕੋਠੀ ਦੇ ਇੱਕ ਕਮਰੇ 'ਚ ਰੱਖ ਕੇ ਜਿੰਦਾ ਲਾ ਦਿੱਤਾ। ਭੋਗ ਤੋਂ ਇੱਕ ਦਿਨ ਪਹਿਲਾਂ ਉਹ ਸਮਾਨ ਕੱਢ ਲਿਆਂਦਾ। ਭੋਗ ਵਾਲੀ ਰਾਤ ਬਹੁਤ ਸਾਰੇ ਸਾਧੂ ਮਹਾਤਮਾ ਉੱਥੇ ਹੀ ਠਹਿਰੇ। ਉਹ ਦੂਰੋਂ ਦੂਰੋਂ ਆਏ ਸੀ। ਉਸੇ ਦਿਨ ਦੁੱਲੇ ਦੀ ਢਾਬ ਤੋਂ ਤੁਰ ਕੇ ਉਹਨਾਂ ਨੂੰ ਆਪਣੇ ਟਿਕਾਣੇ ਉੱਤੇ ਪਹੁੰਚਣਾ ਮੁਸ਼ਕਲ ਸੀ। ਡੇਰੇ 'ਚ ਵਿਆਹ ਮੇਲੇ ਜਿਹਾ ਮਾਹੌਲ ਸੀ। ਦਾਲ ਸਬਜ਼ੀ ਅਤੇ ਖੀਰ ਕੜਾਹ ਦੁਪਹਿਰ ਦਾ ਹੀ ਬਹੁਤ ਬਚਿਆ ਪਿਆ ਸੀ। ਸਭ ਕੁਝ ਕੜਾਹੀਆਂ 'ਚ ਗਰਮ ਕਰ ਲਿਆ। ਨਵੀਆਂ ਰੋਟੀਆਂ ਪਕਾਉਣ ਲਈ ਥੰਮਣ ਵਾਲੇ ਅਤੇ ਟਿੱਬੇ ਤੋਂ 10-12 ਬੁੜੀਆਂ ਆ ਗਈਆਂ। ਖਾਸੇ ਹਨੇਰੇ ਤੱਕ ਰੋਟੀਆਂ ਪੱਕਦੀਆਂ ਰਹੀਆਂ। ਅਗਲੇ 2 ਦਿਨ ਸਾਧੂ ਮਹਾਤਮਾਵਾਂ ਨੂੰ ਵਿਦਾ ਕਰਨ ਅਤੇ ਭਾਂਡਾ ਟਿੰਡਾ ਸਾਂਭਣ 'ਤੇ ਬਚਿੱਤਰ ਦਾਸ ਨੂੰ ਸੁਰਤ ਨਹੀਂ ਰਹੀ। ਬਚਿੱਤਰ ਦਾਸ ਥੱਕਿਆ ਟੁੱਟਿਆ ਪਿਆ ਸੀ। ਬਾਬਾ ਰਾਮਦਾਸ ਦੇ ਮਰਨ ਤੋਂ ਲੈ ਕੇ ਉਹਦੇ ਭੋਗ ਤੱਕ ਬਚਿੱਤਰ ਦਾਸ ਦੀ ਅੱਡੀ ਨਹੀਂ ਲੱਗੀ ਸੀ। ਐਡਾ ਵੱਡਾ ਇਕੱਠ ਹੋਣਾ ਸੀ, ਭੋਜਨ ਪਾਣੀ ਉੱਤੇ ਲੱਖਾਂ ਰੁਪਇਆ ਖਰਚ ਹੋਣਾ ਸੀ। ਇੰਨਾ ਪੈਸਾ ਉਹਦੇ ਆਪਣੇ ਕੋਲ ਨਹੀਂ ਸੀ। ਆਵੇਸ਼ 'ਚ ਜਾ ਕੇ ਸਭ ਤੋਂ ਪਹਿਲਾਂ ਉਹ ਜੱਸੀ ਕੋਲ ਗਿਆ। ਉਹਨੇ ਸੋਚਿਆ ਸੀ ਜੱਸੀ ਬਾਬਿਆਂ ਦੇ ਬਹੁਤ ਨੇੜੇ ਰਿਹਾ, ਉਹ ਜ਼ਰੂਰ ਉਹਦੀ ਮਦਦ ਕਰੇਗਾ। ਜੱਸੀ ਦਾ ਬਾਣੀਆਂ ਦਿਮਾਗ ਸੀ। ਗੱਲਾਂ ਗੱਲਾਂ 'ਚ ਹੀ ਕਿਸੇ ਰਾਹ 'ਤੇ ਨਹੀਂ ਆਇਆ। ਸਰਪੰਚ ਸਾਹਿਬ,
ਬਾਬੇ ਤਾਂ ਦੇਖ ਲਓ ਚਲੇ ਗਏ। ਬਚਿੱਤਰ ਨੇ ਜੱਸੀ ਦੇ ਘਰ ਜਾ ਕੇ ਗੱਲ ਤੋਰੀ। ਹਾਂ ਜਾਣਾ ਹੀ ਸੀ ਬਚਿੱਤਰ, ਦੱਸ ਬਹੁਤ ਉਮਰ ਭੋਗੀ ਬਾਬਿਆਂ ਨੇ, ਉਹਨਾਂ ਦਾ ਐਡਾ ਵੱਡਾ ਨਾਂ ਸੀ, ਉਨਾ ਵੱਡਾ ਇਕੱਠ ਕਰਨਾ ਪਊ ਆਪਾਂ ਨੂੰ। ਸਾਧੂ ਮਹਾਤਮਾ ਆਉਣਗੇ, ਉਹਨਾਂ ਦੇ ਹਜ਼ਾਰਾਂ ਸ਼ਰਧਾਲੂ ਨੇ। ਠੀਕ ਹੈ ਭਾਈ, ਕਰ ਫਿਰ, ਤੈਨੂੰ ਹੀ ਕਰਨਾ ਪਊਗਾ। ਮੈਂ ਪੈਸਾ ਇੰਨਾ ਕਿੱਥੋਂ ਲਿਆਵਾਂ ਜੀ, ਮੇਰੇ ਕੋਲ ਤਾਂ 5-10 ਹਜ਼ਾਰ ਤੋਂ ਵੱਧ ਨਹੀਂ ਹੋਣਾ। ਪੈਸਿਆਂ ਦੀ ਬਹੁਤ ਲੋੜ ਹੈ ਨਾ, ਬਾਬੇ ਕੁਛ ਛੱਡ ਕੇ ਗਏ ਆ। ਉਹਨਾਂ ਨੂੰ ਪਤਾ ਸੀ ਭਾਈ ਵੀ ਚਲੇ ਜਾਣਾ, ਉਹ ਆਪ ਜਾਣੀ ਜਾਣ ਸੀ, ਬ੍ਰਹਮ ਗਿਆਨੀ ਸੀ, ਪੈਸਾ ਟਕਾ ਤੈਨੂੰ ਦੇ ਕੇ ਜਾਣਾ ਸੀ। ਫਿਰ ਜੱਸੀ ਨੇ ਪੁੱਛਿਆ, ਤੂੰ ਅਲਮਾਰੀਆਂ ਫਰੋਲ ਲੀਆਂ ਸਾਰੀਆਂ? ਕੁਛ ਤਾਂ ਦੇ ਕੇ ਗਏ ਹੋਣਗੇ, ਕੋਈ ਕਾਗਜ਼ ਪੱਤਰ? ਨਗਦ ਪੈਸਾ ਕੋਈ ਨਹੀਂ ਮਿਲਿਆ, 3 FDs ਨੇ 3-3 ਲੱਖ ਦੀਆਂ। ਬਸ ਫਿਰ ਤਾਂ ਬਣ ਗਿਆ ਤੇਰਾ ਕੰਮ, 3 ਲੱਖ 'ਤੇ ਵਿਆਜ ਵੀ ਲੱਗੂ ਥੋੜ੍ਹਾ ਘਣਾ ਕਢਾਉਣ ਵੇਲੇ। ਸਿਆਪਾ ਤਾਂ ਇਹੀ ਹੈ ਜਸਵੰਤ ਸਿਆ, ਉਹ ਹੁਣ ਨਿਕਲ ਨਹੀਂ ਸਕਦੀਆਂ। ਕਿਉਂ ਬਈ? ਉਹ ਤਾਂ ਜਿਹੜਾ ਡੇਰੇ ਦਾ ਮਹੰਤ ਬਣੂ ਉਹੀ ਕਢਵਾ ਸਕੂਗਾ, ਮੈਂ ਤਾਂ ਹਾਲੇ ਕੁਛ ਵੀ ਨਹੀਂ। ਮਹੰਤ ਬਣਨ ਤੋਂ ਬਾਅਦ ਮੈਂ ਬਾਬਾ ਰਾਮਦਾਸ ਦਾ ਵਾਰਸ ਅਖਵਾ ਸਕਦਾ। ਉਹ ਭਾਈ ਮਹੰਤ ਨੂੰ ਤੂੰ ਬਣ ਹੀ ਜਾਣਾ, ਤੂੰ ਹੀ ਬਣਨਾ, ਹੋਰ ਕੀ ਨਹੀਂ ਬਣਨਾ ਮਹੰਤ? ਮੈਂ ਤਾਂ ਇਹ ਬੇਨਤੀ ਕਰਨ ਆਇਆ ਵੀ ਤੁਸੀਂ ਦੇ ਦਿਓ 1 ਲੱਖ ਰੁਪਈਆ, FDs ਕਢਵਾ ਕੇ ਫਿਰ ਮੈਂ ਮੋੜ ਦੂੰਗਾ, 20 ਦਿਨਾਂ ਦੀ ਗੱਲ ਆ ਸਾਰੀ। ਨਾ ਭਾਈ ਬਚਿੱਤਰ ਦਾਸ, ਪਹਿਲੀ ਗੱਲ ਤਾਂ ਉਹ ਬਈ ਮੇਰੇ ਹੱਥ ਦਾ ਕਬੀਲਦਾਰੀ ਵੀ ਹੈ ਨਹੀਂ। ਹੁਣ ਕਾਰ ਮੁਖਤਿਆਰ ਅਲਬੇਲ ਹੈ, ਅਲਬੇਲ ਦੀ ਆਪਦੀ ਰਿਣੀ ਚਿਣੀ ਲਾਈ ਬੈਠਾ ਹੈ। ਪਿੱਛੇ ਜੇ 1 ਜ਼ਮੀਨ ਦਾ ਸੌਦਾ ਮਾਰ ਲਿਆ ਸੀ। ਇਹ ਤਾਂ ਮੁਬਾਰਕਾਂ ਸਰਪੰਚ ਸਾਹਿਬ, ਮੈਂ ਤਾਂ ਜੀ ਬਸ ਇਹੀ ਕੰਮ ਆਇਆ ਸੀ, ਹੋਰ ਕਿਧਰੇ ਜਾਂਦੇ ਹਾਂ ਜੀ? ਪੁੱਛਦੇ ਹਾਂ ਕਿਸੇ ਨੂੰ, ਖਰਚ ਤਾਂ ਹੈਗਾ ਜੀ, ਕਰਦੇ ਹਾਂ ਕੋਈ ਹੋਰ ਹੀਲਾ। ਬਚਿੱਤਰ ਜਿਵੇਂ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਹੋਵੇ। ਉਹਦੇ ਦਿਮਾਗ 'ਚ ਉਸ ਵਕਤ ਕੀਮਤੀ ਲਾਲ ਘੁੰਮ ਗਿਆ। ਜੱਸੀ ਸਰਪੰਚ ਕੋਲੋਂ ਦੁਪਹਿਰੇ ਜੇ ਗਿਆ ਸੀ, ਡੇਰੇ ਦੀ ਕਾਰ ਸੀ ਉਹਦੇ ਕੋਲ, ਇਕੱਲਾ ਹੀ ਸੀ। ਉਸੇ ਵੇਲੇ ਉਹਨੇ ਕਾਰ ਮੰਡੀ ਰੋਡੂ ਸ਼ਾਹ ਨੂੰ ਸਿੱਧੀ ਕਰ ਲਈ। ਕੀਮਤੀ ਲਾਲ ਦੁਕਾਨ ਉੱਤੇ ਹੀ ਸੀ, ਕੰਬਲ ਦੀ ਬੁੱਕਲ ਮਾਰੀ ਗੱਦੀ 'ਤੇ ਬੈਠੇ ਵੱਡੇ ਸਿਰਾਣੇ ਦੀ ਢੋਹ ਲਾ ਕੇ ਬੈਠਾ ਸੀ। ਬਚਿੱਤਰ ਦਾਸ ਦੀ ਗੱਡੀ ਦੁਕਾਨ ਅੱਗੇ ਆ ਕੇ ਖੜ੍ਹੀ ਹੋਈ ਤਾਂ ਉਹ ਸਿੱਧਾ ਹੋ ਕੇ ਬੈਠ ਗਿਆ, ਆਪਣੇ ਦਿਮਾਗ 'ਚ ਆਏ ਬੰਦੇ ਬਾਰੇ ਛੇਤੀ ਛੇਤੀ ਸੋਚਣ ਲੱਗਿਆ। ਉਹਨੇ ਬਚਿੱਤਰ ਨੂੰ ਸਿਆਣ ਤਾਂ ਦੂਰੋਂ ਹੀ ਲਿਆ ਸੀ, ਪਰ ਉਹ ਇਹ ਸੋਚ ਰਿਹਾ ਸੀ ਵੀ ਇਹ ਮਹੰਤ ਰਾਮਦਾਸ ਦਾ ਚੇਲਾ ਆਇਆ ਕਿਵੇਂ ਹੈ। ਬਚਿੱਤਰ ਦਾਸ ਗੱਦੀ 'ਤੇ ਆ ਕੇ ਬੈਠਾ ਤਾਂ ਉਹਨੇ ਆਖਿਆ, ਆਓ ਬਾਬਾ ਜੀ। ਫਿਰ ਅਫਸੋਸ ਕੀਤਾ, ਬਾਬਿਆਂ ਦਾ ਤਾਂ ਬੜਾ ਮਾੜਾ ਹੋਇਆ। ਹਾਂਜੀ ਉਹ ਤਾਂ ਹੈ ਜੀ, ਮਾੜਾ ਤਾਂ ਹੋਇਆ, ਉਮਰ ਵੀ ਖਾਸੀ ਹੋ ਗਈ ਸੀ। ਕਿੰਨੀ ਉਮਰ ਸੀ ਬਾਬਾ ਰਾਮਦਾਸ ਦੀ? ਕੀਮਤੀ ਲਾਲ ਨੇ ਸੁਭਾਈ ਕੀ ਗੱਲ ਤੋਰੀ, 100 ਸਾਲ ਪੂਰਾ ਕਰਕੇ ਗਏ ਆ ਜੀ। ਵਾਹ ਵੀ ਵਾਹ, ਫਿਰ ਤਾਂ ਕਰਨੀ ਵਾਲੇ ਸੀ ਜੀ, ਕਿੰਨੀ ਆਰਜ਼ਾ ਭੋਗੀ ਦੇਖੋ ਜੀ। ਹਾਂਜੀ ਕਦੋਂ ਹੈ ਭੋਗ ਦੀ ਤਰੀਕ? 17 ਦਿਨਾਂ ਪਿੱਛੋਂ ਪੈਂਦਾ ਹੁੰਦਾ ਜੀ, ਤਰੀਕ ਹਾਲੇ ਰੱਖੀ ਨਹੀਂ ਜੀ, ਬਸ ਕੱਲ੍ਹ ਨੂੰ ਫਾਈਨਲ ਕਰ ਦੇਵਾਂਗੇ। 17 ਦਿਨਾਂ ਬਾਅਦ? ਹਲਾ ਜੀ, ਇਹ ਸਾਡੇ ਸਾਧੂ ਮਹਾਤਮਾ ਦਾ ਇਉਂ ਹੀ ਹੁੰਦਾ ਜੀ, ਫਿਰ ਤਾਂ ਖੁੱਲ੍ਹਾ ਟਾਈਮ ਲੈਂਦੇ ਹੋ। ਕੀਮਤੀ ਲਾਲ ਫਿੱਕਾ ਫਿੱਕਾ ਹੱਸਣ ਲੱਗਿਆ। ਬਚਿੱਤਰ ਚਾਹੁੰਦਾ ਸੀ ਉਹਦੀ ਆਪਣੀ ਖਾਸ ਗੱਲ ਛੇਤੀ ਸ਼ੁਰੂ ਹੋਵੇ, ਉਹ ਆਪਣੀਆਂ 3 FDs ਨਾਲ ਲਈ ਫਿਰਦਾ ਸੀ। ਉਹਨੇ ਇਹ ਜੱਸੀ ਨੂੰ ਨਹੀਂ ਦਿਖਾਈਆਂ ਸੀ, ਜੱਸੀ ਗੱਲ ਛੇੜਦਾ ਤਾਂ ਉਹ ਦਿਖਾ ਵੀ ਸਕਦਾ ਸੀ, ਪਰ ਉਹਨੇ ਪਹਿਲਾਂ ਹੀ ਚਿੱਟਾ ਜਵਾਬ ਦੇ ਦਿੱਤਾ, FDs ਫਿਰ ਕੀ ਦਿਖਾਉਂਦਾ ਉਹਨੂੰ। ਉਹਨੇ ਹੁਣ ਕੀਮਤੀ ਨਾਲ ਸਿੱਧੀ ਗੱਲ ਕੀਤੀ, ਲਾਲਾ ਜੀ ਇਹ ਮੇਰੇ ਕੋਲ 3 FDs ਨੇ, ਇਹ 3-3 ਲੱਖ ਦੀਆਂ ਨੇ, ਅੱਜ ਦੀ ਘੜੀ ਮੇਰੇ ਕੋਲ ਧੇਲਾ ਨਹੀਂ, ਭੋਗ 'ਤੇ ਬਹੁਤ ਲੱਗ ਜਾਣਾ, ਮੈਨੂੰ ਤੁਸੀਂ 1 ਲੱਖ ਦਿਓ, FDs ਤੁੜਾ ਕੇ ਭੋਗ ਤੋਂ ਬਾਅਦ ਇਹ 1 ਲੱਖ ਮੈਂ ਤੁਹਾਨੂੰ ਮੋੜ ਦੂੰਗਾ। ਤੂੰ ਹੁਣ ਕਿਉਂ ਨਹੀਂ ਤੁੜਾ ਲੈਂਦਾ FDs? ਇਹ ਡੇਰੇ ਦਾ ਮਹੰਤ ਤੁੜਾ ਸਕਦਾ, ਮਹੰਤ ਮੈਂ ਭੋਗ ਵਾਲੇ ਦਿਨ ਬਣੂੰਗਾ, ਸਮਝੇ ਨਾ। ਕੀਮਤੀ ਲਾਲ ਨੇ 3 FDs ਉਹਦੇ ਹੱਥੋਂ ਫੜ ਕੇ ਪੜ੍ਹੀਆਂ, ਮੁਸਕਰਾਇਆ, ਇਹ ਤਾਂ ਠੀਕ ਨੇ, ਫਿਰ ਪੈਸੇ ਲੈ ਜਾ, ਧਰਮ ਵਾਲਾ ਕੰਮ ਹੈ ਮੇਰਾ, ਪਰ ਕੋਈ ਚੀਜ਼ ਰੱਖ ਜਾ।
ਚੀਜ਼ ਕਿਵੇਂ ਜੀ? 1 ਲੱਖ ਮੰਗਦਾ ਨਾ ਤੂੰ? ਹਾਂਜੀ, 2 ਲੱਖ ਦੀ ਕੋਈ ਚੀਜ਼ ਗਹਿਣੇ ਧਰ ਜਾ, ਸੋਨਾ ਹੋਵੇ, ਇਹ ਤੇ ਨੇਵੜੀਆਂ ਨੇ, ਜਾਂ ਕਾਰ ਖੜੀ ਹੈ ਤੇਰੀ, ਨਵੀਂ ਕਢਾਈ ਲੱਗਦੀ ਹੈ। ਹਾਂਜੀ, ਬਾਬਿਆਂ ਨੇ 2 ਮਹੀਨੇ ਪਹਿਲਾਂ ਹੀ ਖਰੀਦੀ ਸੀ, 2.5 ਲੱਖ ਦੀ ਆਪਦੇ ਵਾਸਤੇ, ਪਰ ਕੀ ਪਤਾ ਸੀ ਵਰਤਣੀ ਮਿਲੂਗੀ ਜਾਂ ਨਹੀਂ। ਇਹ ਦੇਖ ਲੈ, ਹੁਣ ਤੂੰ ਆਪਦਾ ਪੜਿਆ ਵਿਚਾਰ ਵੀ ਭਾਈ ਬਚਿੱਤਰ ਦਾਸ। FDਆਂ ਜੇ ਬਾਣੀਏ ਨੂੰ ਦੇ ਦਿੱਤੀਆਂ ਫਿਰ ਇਹ ਨਿਕਲਣਗੀਆਂ ਕਿਵੇਂ? ਲੱਖ ਲਏ ਬਿਨਾਂ ਇਹਨੇ ਮੋੜਨੀਆਂ ਨੇ, ਕਾਰ ਸੰਤਾਂ ਦੀ ਨਿਸ਼ਾਨੀ ਹੈ, ਨਾਲੇ ਕਾਰ ਬਿਨਾਂ ਇਹਨਾਂ ਦਿਨਾਂ 'ਚ ਪਲ ਵੀ ਨਹੀਂ ਸਰਨਾ। ਲੋਕ ਪੁੱਛਣ ਲੱਗ ਪੈਣਗੇ ਕਾਰ ਕਿੱਥੇ ਆ ਬਾਬਿਆਂ ਦੀ। ਰਹੀ ਗੱਲ ਸੋਨੇ ਦੀ, ਸੋਨਾ ਕਿੱਥੇ ਡੇਰੇ 'ਚ? ਬਾਬਾ ਰਾਮਦਾਸ ਕੋਲ ਵੀ ਕਦੇ ਸੋਨਾ ਨਹੀਂ ਦੇਖਿਆ। ਬਚਿੱਤਰ ਦਾਸ ਦੇ ਦਿਮਾਗ 'ਚ ਸਾਰੀਆਂ ਗੱਲਾਂ ਫਿਲਮ ਵਾਂਗ ਘੁੰਮ ਗਈਆਂ। ਉਹ ਕੀਮਤੀ ਲਾਲ ਦੀ ਗੱਦੀ ਉੱਤੋਂ ਝਟਕੇ ਨਾਲ ਉੱਠਿਆ, ਕਹਿੰਦਾ ਮੈਂ ਸੋਚ ਕੇ ਦੱਸਦਾ ਜੀ, ਫੇਰ ਆਉਣਾ। ਆਥਣ ਖਾਸਾ ਉੱਤਰ ਆਇਆ ਸੀ, ਧੁੰਦ ਵੀ ਵੱਧ ਰਹੀ ਸੀ। ਉਹ ਨਿਰਾਸ਼ ਤੇ ਬੇਹੱਦ ਉਦਾਸ ਹੋ ਕੇ ਡੇਰੇ ਆ ਗਿਆ। ਕੁਟੀਆ 'ਚ ਪਹਿਲਾਂ ਹੀ ਥੰਮਣ ਵਾਲੇ ਦੀ ਨਗਰ ਪੰਚਾਇਤ ਇਕੱਠੀ ਹੋਈ ਬੈਠੀ ਸੀ। ਨਵਚੇਤਨ ਸਿੰਘ ਤੇ 4-5 ਪੰਚਾਇਤ ਮੈਂਬਰ ਉਹ ਬਚਿੱਤਰ ਦਾਸ ਨੂੰ ਹੀ ਉਡੀਕ ਰਹੇ ਸੀ। ਡੇਰੇ ਦੇ ਦੂਜੇ ਬੰਦਿਆਂ ਨੇ ਉਹਨਾਂ ਨੂੰ ਦੱਸਿਆ ਸੀ ਕਿ ਬਚਿੱਤਰ ਦੁਪਹਿਰ ਦਾ ਕਾਰ ਲੈ ਕੇ ਕਿਧਰੇ ਗਿਆ ਹੋਇਆ, ਬਸ ਮੁੜਨ ਹੀ ਵਾਲਾ ਹੈ। ਇੱਕ ਪੰਚਾਇਤ ਮੈਂਬਰ ਆਖ ਰਿਹਾ ਸੀ ਵੀ ਕਾਰ ਤਾਂ ਉਹਦੀ ਪਿੰਡ ਫਿਰਦੀ ਸੀ, ਉਹਨੇ ਆਪ ਦੇਖੀ ਹੈ, ਹੈਰਾਨ ਸੀ ਫਿਰ ਬਚਿੱਤਰ ਦਾਸ ਗਿਆ ਕਿੱਧਰ। ਸਭ ਦਾ ਇਹੀ ਲੇਪਣ ਸੀ ਕਿ ਉਹ ਮੰਡੀ ਰੋਡੂ ਛਾ ਗਿਆ ਜਾਂ ਵੱਧ ਤੋਂ ਵੱਧ ਬਰਨਾਲੇ ਚਲਾ ਗਿਆ ਹੋਊਗਾ। ਬਾਬਾ ਰਾਮਦਾਸ ਦਾ ਆਸਣ ਉਵੇਂ ਹੀ ਲੱਗਿਆ ਹੋਇਆ ਸੀ, ਕੰਧ ਦੀਆਂ 2 ਖੂੰਟੀਆਂ ਉੱਤੇ ਉਹਨਾਂ ਦੇ ਸਿਰ ਤੇੜ ਦੇ ਬਸਤਰ ਉਵੇਂ ਦੇ ਉਵੇਂ ਲਟਕ ਰਹੇ ਸੀ। 1 ਕਿੱਲੇ 'ਤੇ ਮੋਰਾਂ ਦੇ ਖੰਭਾਂ ਦਾ ਮੁੱਠਾ ਸੀ, ਆਸਣ ਦੇ ਲੱਗੀ ਅੱਗੇ ਦਰੀ ਵਿਛੀ ਹੋਈ ਸੀ, ਉੱਤੇ ਚਿੱਟੀਆਂ ਚਾਦਰਾਂ, 4-5 ਵੱਡੇ ਸਿਰਾਣੇ। ਪੰਚਾਇਤ ਇਹਨਾਂ ਸਿਰਾਣਿਆਂ ਦੀਆਂ ਢੋਆਂ ਲਾ ਕੇ ਬੈਠੀ ਸੀ। ਬਚਿੱਤਰ ਦਾਸ ਇੱਕ ਪਾਸੇ ਜੇ ਹੋ ਕੇ ਬੈਠ ਗਿਆ, ਕੁਟੀਆ ਅੰਦਰ ਟਿਊਬ ਦਾ ਚਿੱਟਾ ਚਾਨਣ ਸੀ। ਪੰਚਾਇਤ ਨੇ ਦੇਖਿਆ ਬਚਿੱਤਰ ਦਾਸ ਦਾ ਚਿਹਰਾ ਉਤਰਿਆ ਹੋਇਆ। 1 ਸੇਵਕ ਪਾਣੀ ਦਾ ਗਲਾਸ ਲੈ ਕੇ ਆਇਆ, ਬਚਿੱਤਰ ਸਾਰਾ ਗਲਾਸ ਪੀ ਗਿਆ ਜਿਵੇਂ ਬਹੁਤ ਤਿਹਾਇਆ ਹੋਵੇ। ਉਹ ਸਾਰੇ ਉਹਦੇ ਮੂੰਹ ਵੱਲ ਝਾਕ ਰਹੇ ਸੀ, ਸਾਨੂੰ ਪਤਾ ਜਿਹੜੇ ਕੰਮ 'ਚ ਤੂੰ ਫਿਰਦਾ, ਇਸੇ ਗੱਲ ਕਰਕੇ ਅਸੀਂ ਆਏ ਹਾਂ ਤੇਰੇ ਕੋਲ, ਕਦੋਂ ਦੇ ਤੈਨੂੰ ਡੀਕੀ ਜਾਂਦੇ ਹਾਂ। ਨਵਚੇਤਨ ਨੇ ਉਹਦੇ ਮੋਢੇ 'ਤੇ ਹੱਥ ਧਰਿਆ। ਪਾਣੀ ਪੀ ਕੇ ਬਚਿੱਤਰ ਨੂੰ ਸੌਖਾ ਸਾਹ ਆਇਆ ਸੀ। ਉਹ ਨਵਚੇਤਨ ਦੀ ਗੱਲ ਸੁਣ ਕੇ ਉਹਦੇ ਵੱਲ ਸਿਰਫ ਝਾਕਿਆ। ਉਹਨੂੰ ਲੱਗ ਰਿਹਾ ਸੀ ਉਹਨਾਂ ਨੂੰ ਉਹਦੀ ਚਿੰਤਾ ਦਾ ਅਹਿਸਾਸ ਨਹੀਂ ਹੈ, ਉਹ ਕੋਈ ਹੋਰ ਗੱਲ ਕਰਨਗੇ ਜਿਹਦੇ ਨਾਲ ਉਹਦੀ ਤਸੱਲੀ ਨਹੀਂ ਹੋਏਗੀ। ਉਹ ਬੋਲਿਆ, ਫਿਰ ਤੁਹਾਨੂੰ ਕੀ ਪਤਾ ਮੈਂ ਕਿਹੜੇ ਕੰਮ 'ਚ ਫਿਰਦਾ? ਨਵਚੇਤਨ ਨੇ ਜਵਾਬ ਦਿੱਤਾ, ਭੋਗ 'ਤੇ ਜਿੰਨਾ ਵੀ ਖਰਚ ਹੋਊਗਾ ਅਸੀਂ ਕਰਾਂਗੇ, ਇਹ ਪੰਚਾਇਤ ਦਾ ਫੈਸਲਾ ਬਸ। ਬਚਿੱਤਰ ਨੇ ਸਿਰ ਦਾ ਪਟਕਾ ਲਾ ਕੇ ਮੱਥਾ ਪੂੰਝਿਆ, ਉਹਦਾ ਚਿਹਰਾ ਬੇਮੌਸਮੀ ਫੁੱਲ ਵਾਂਗ ਖਿੜਨ ਲੱਗਿਆ। ਉਹ ਮਿੰਨਾ ਮਿੰਨਾ ਮੁਸਕਰਾ ਰਿਹਾ ਸੀ, ਕਹਿੰਦਾ ਫਿਰ ਰੌਲਾ ਕਾਹਦਾ ਹੈ? ਮੈਨੂੰ ਤਾਂ ਇਹੀ ਵੱਡਾ ਫਿਕਰ ਸੀ, ਕਿੰਨੇ ਵੀ ਸਾਧੂ ਸੰਤ ਆਉਣਗੇ, ਅੰਨ ਪਾਣੀ ਛਕਣਗੇ, ਦੋਵੇਂ ਪਿੰਡਾਂ ਦੇ ਸਾਰੇ ਲੋਕ, ਕਿੱਧਰੋਂ ਵੀ ਕੋਈ ਸੇਵਕ ਆਵੇ, ਹੋਰ ਉਤਲਾ ਸਾਰਾ ਖਰਚ ਪਿੰਡ ਦੀ ਪੰਚਾਇਤ ਕਰੂਗੀ। ਕਿਤੋਂ ਵੀ ਕਰੀਏ, ਤੂੰ ਸੰਸਾ ਨਾ ਕਰੇ, ਅੱਜ ਤੋਂ ਸਿੱਧੀਆਂ ਨਸਾਲ ਕੇ ਸੌਂ ਜਾ। ਇੱਕ ਸਿਆਣੀ ਉਮਰ ਦੇ ਪੰਚਾਇਤ ਮੈਂਬਰ ਨੇ ਹਿੱਕ ਥਾਪੜੀ। ਹੋਰ ਗੱਲਾਂ ਕਰਦੇ ਫਿਰ ਉਹ ਲੌਂਗ ਲੈਚੀਆਂ ਵਾਲੀ ਤਿੱਖੀ ਚਾਹ ਵੀ ਪੀ ਰਹੇ ਸੀ। ਭੋਗ ਦਾ ਥਕੇਵਾਂ ਲਾਉਣ ਲਈ 2 ਦਿਨਾਂ ਬਾਅਦ ਉਹ ਹਰਿਦੁਆਰ ਨੂੰ ਚਲੇ ਗਏ। ਬਚਿੱਤਰ ਦਾਸ ਵਾਲੀ ਕਾਰ ਸੀ ਉਹਨਾਂ ਕੋਲ, ਸਰਪੰਚ ਨਵਚੇਤਨ ਦੇ ਨਾਲ 3 ਮੁੰਡੇ ਹੋਰ ਸੀ, ਨੇਕ ਦਲਿਤ ਹੇਮ ਬਾਣੀਆਂ, ਮੱਗਰ ਮਾਸਟਰ ਦਾ ਛੋਟਾ ਮੁੰਡਾ ਤੀਰਥ। ਤੀਰਥ ਨੂੰ ਮਾਸਟਰ ਮੱਗਰ ਸਿੰਘ ਨੇ ਖਾਸਾ ਪੜ੍ਹਾਇਆ ਸੀ, ਪੜ੍ਹਨ 'ਚੋਂ ਵੀ ਉਸੀ ਵੀ ਹੁਸ਼ਿਆਰ, ਪਰ ਜੋ ਮੱਗਰ ਚਾਹੁੰਦਾ ਸੀ ਤੀਰਥ ਉਹ ਨਾ ਬਣ ਸਕਿਆ। ਉਹ ਚਾਹੁੰਦਾ ਸੀ ਉਹਦਾ ਮੁੰਡਾ ਡਾਕਟਰ ਬਣੇ ਜਾਂ ਫਿਰ ਇੰਜੀਨੀਅਰ। ਅਸਲ 'ਚ ਦੋਵੇਂ ਵਾਰੀ ਪਿੰਡ ਦੇ ਹੀ ਮਾਸਟਰ ਤਾਰਨ ਸਿੰਘ ਦੀ ਬੇੜੀ ਬਹਿ ਗਈ। ਪਿੰਡ ਦੇ ਇਸ ਪ੍ਰਾਇਮਰੀ ਟੀਚਰ ਕੋਲ ਪਿੰਡ ਦਾ ਡਾਕਖਾਨਾ ਵੀ ਸੀ।
ਡਾਕਟਰੀ ਦੇ ਟੈਸਟ ਵੇਲੇ ਤਾਰਨ ਸਿੰਘ ਨੇ ਮੁੰਡੇ ਦਾ ਲਿਫਾਫਾ ਉਸ ਦਿਨ ਦਿੱਤਾ ਜਿਸ ਦਿਨ ਟੈਸਟ ਸੀ। ਟੈਸਟ ਦੇਣ ਵੱਲੋਂ ਰਹਿ ਗਿਆ ਮੁੰਡਾ, ਇਵੇਂ ਜਿਵੇਂ ਇੰਜੀਨੀਅਰਿੰਗ ਵਿੱਚ ਜਾਣ ਤੋਂ ਰੁਕ ਗਿਆ ਸੀ, ਇਵੇਂ ਜਿਵੇਂ ਉਹ ਉਦੋਂ ਕੀਤਾ ਤਾਰਨ ਨੇ। ਤਾਰਨ ਸਿੰਘ ਮੱਘਰ ਸਿੰਘ ਕੇ ਖਾਨਦਾਨ 'ਚੋਂ ਹੀ ਸੀ, ਉਹ ਨਹੀਂ ਚਾਹੁੰਦਾ ਸੀ ਮੱਘਰ ਦਾ ਮੁੰਡਾ ਤਰੱਕੀ ਕਰੇ। ਸ਼ਰੀਕ ਜੱਟ ਸੀ, ਸ਼ਰੀਕ ਨੇ ਤਾਂ ਮਾੜੀ ਕਰਨੀ ਹੋਈ। ਹਾਰ ਕੇ BSC ਤੋਂ ਬਾਅਦ BED ਕੀਤੀ ਤੀਰਥ ਨੇ, ਸਕੂਲ ਮਾਸਟਰ ਵੀ ਉਹ ਨਾ ਬਣ ਸਕਿਆ ਤਾਂ MSc ਦਾ ਕੰਡੈਂਸਡ ਕੋਰਸ ਕਰ ਲਿਆ। ਹੁਣ ਉਹ ਵਿਹਲਾ ਸੀ, ਨੌਕਰੀ ਕੋਈ ਮਿਲਦੀ ਨਹੀਂ ਸੀ। ਖੇਤੀ ਦੇ ਕੰਮ 'ਚ ਮੱਘਰ ਉਹਨੂੰ ਪਾਉਣਾ ਨਹੀਂ ਚਾਹੁੰਦਾ ਸੀ। ਮਾਸਟਰ ਤਾਰਨ ਸਿੰਘ ਨੂੰ ਬਦਦੁਆਵਾਂ ਦਿੰਦਾ ਰਹਿੰਦਾ। ਮੱਘਰ ਮਾਸਟਰ ਆਖਦਾ, ਤਾਰਨ ਮਾਸਟਰ ਦੇ ਪੁੱਤ ਮਰ ਗਏ, ਨਹੀਂ ਅੱਜ ਨੂੰ ਮੇਰਾ ਮੁੰਡਾ ਡਾਕਟਰ ਜਾਂ ਇੰਜੀਨੀਅਰ ਲੱਗਿਆ ਹੁੰਦਾ। ਬਾਬਾ ਰਾਮਦਾਸ ਦੇ ਫੁੱਲ ਤੀਜੇ ਦਿਨ ਚੁਗੇ ਗਏ। ਖੱਦਰ ਦੇ ਕੱਪੜੇ 'ਚ ਵਲੇਟ ਕੇ ਉਹਨਾਂ ਨੂੰ ਡੇਰੇ ਦੇ ਇੱਕ ਪਿੱਪਲ ਉੱਤੇ ਉੱਚੇ ਡਾਂਡ ਨਾਲ ਬੰਨ੍ਹ ਦਿੱਤਾ ਗਿਆ ਸੀ। ਫੁੱਲਾਂ 'ਚ ਕੋਈ ਮਿੱਠਾ ਜਾਂ ਖਾਣ ਵਾਲੀ ਚੀਜ਼ ਨਹੀਂ ਰੱਖੀ ਸੀ, ਨਹੀਂ ਤਾਂ ਕਾਂਟੋ ਫਰੋਲ ਲੈਂਦੀ ਹੈ। ਫਿਰ ਪੈਸੇ ਵੀ ਨਹੀਂ ਪਾਏ ਸੀ, ਨਹੀਂ ਤਾਂ ਕਿਸੇ ਚੋਰ ਦਾ ਸਣੇ ਫੁੱਲਾਂ ਦੇ ਕੱਪੜੇ ਨੂੰ ਖੋਲ੍ਹ ਕੇ ਲੈ ਜਾਣ ਦਾ ਡਰ ਸੀ। ਸੇਵਕ ਲੋਕ ਨਿੱਤ ਸੰਧਿਆ ਉੱਠ ਕੇ ਨਿਗਾਹ ਮਾਰ ਲੈਂਦੇ। ਹੁਣ ਭੋਗ ਤੋਂ 2 ਦਿਨ ਬਾਅਦ ਉਹ ਫੁੱਲ ਲੈ ਕੇ 5 ਜਣੇ ਹਰਿਦੁਆਰ ਗਏ ਸੀ। ਹਰਿਦੁਆਰ ਦੇ ਨੇੜੇ ਸੀ ਕਿ ਬਚਿੱਤਰ ਦਾਸ ਨੇ ਦੱਸਿਆ, ਕੰਖਲ ਆਉਣ ਵਾਲਾ ਹੈ, ਇੱਥੇ ਆਪਾਂ ਬਾਬਿਆਂ ਦੇ ਫੁੱਲ ਜਲ ਪ੍ਰਵਾਹ ਕਰਨੇ ਨੇ। ਕੰਖਲ ਨੂੰ ਕੀ ਆ ਯਾਰ, ਦਰਿਆ 'ਚ ਕਿਤੇ ਵੀ ਸਿੱਟਦੇ ਫੁੱਲਾਂ ਨੂੰ, ਹੇਮ ਨੇ ਕਿਹਾ ਤੇ ਉਹ ਸਾਰੇ ਖਿਣ ਖਿਣ ਕਰਕੇ ਹੱਸਣ ਲੱਗ ਗਏ। ਹਰਿਦੁਆਰ ਆਉਣ ਦੀ ਵੀ ਕੀ ਲੋੜ ਸੀ ਭੈੜਿਓ, ਹਰੀਗੜ੍ਹ ਵਾਲੀ ਨਹਿਰ 'ਚ ਪਾ ਦਿੰਦੇ, ਰਾਮਦਾਸ ਦੀਆਂ ਹੱਡੀਆਂ ਆਪੇ ਜਲ ਪ੍ਰਵਾਹ ਹੋ ਜਾਂਦਾ। ਇਸ ਵਾਰ ਹੇਮ ਹੋਰ ਉੱਚਾ ਬੋਲਿਆ, ਉਚਾਰੇ ਖਿੜਖਿੜਾ ਕੇ ਹੱਸ ਪਏ। ਮੰਨ ਲਈ ਤੇਰੀ ਗੱਲ ਹੇਮਰਾਜ, ਪਾਣੀ ਸਾਰੇ ਇੱਕੋ ਹੀ ਹੁੰਦਾ, ਪਰ ਕੰਖਲ ਅਸਥੀਆਂ ਜਲ ਪ੍ਰਵਾਹ ਕਰਨ ਦਾ ਖਾਸ ਮਹੱਤਵ ਹੈ, ਜਿਵੇਂ ਗ੍ਰੰਥਾਂ 'ਚ ਲਿਖਿਆ ਹੋਇਆ। ਬਚਿੱਤਰ ਦਾਸ ਨੇ ਗੰਭੀਰ ਹੋ ਕੇ ਆਖਿਆ। ਆਪਣੀ ਗੱਲ ਜ਼ੋਰ ਦੇ ਕੇ ਆਖਣ ਲਈ ਉਹਨੇ ਕਾਰ ਹੌਲੀ ਕਰ ਲਈ। ਮੈਂ ਕਿਹਾ, ਬਈ ਉਹਨੂੰ ਵੀ ਹਰੀ ਲੱਗਦਾ, ਇਹਨੂੰ ਵੀ ਹਰੀ ਲੱਗਦਾ, ਉਹ ਹਰਿਦੁਆਰ, ਇਹ ਹਰੀਗੜ੍ਹ, ਹੇਮ ਮਜ਼ਾਕ ਦੇ ਰੋਂ 'ਚ ਸੀ। ਵਾਹ ਸੇਠਾ ਤੇਰੇ, ਨਵਚੇਤਨ ਨੇ ਉਹਨੂੰ ਸ਼ਾਬਾਸ਼ ਦਿੱਤੀ। ਇੱਦਾਂ ਹੀ ਹੱਸਦੇ ਖੇਡਦੇ ਉਹ ਕੰਖਲ ਜਾ ਪਹੁੰਚੇ। ਰੀਤੀ ਅਨੁਸਾਰ ਬਾਬਾ ਰਾਮਦਾਸ ਦੇ ਫੁੱਲ ਜਲ ਪ੍ਰਵਾਹ ਕੀਤੇ ਗਏ। ਫਿਰ ਉਹ ਹਰਕੀ ਪੌੜੀ ਗਏ, ਸਭ ਨੇ ਇਸ਼ਨਾਨ ਕੀਤਾ, ਆਪਣੇ ਪਿੰਡ ਦਾ ਪੰਡਿਤ ਲੱਭ ਕੇ ਪੁੰਨ ਦਾਨ ਕੀਤਾ। ਪੰਡਿਤਾਂ ਦੀ ਬਹੀ 'ਚ ਬਾਬਾ ਰਾਮਦਾਸ ਦਾ ਵਿਵਰਨ ਲਿਖਵਾਇਆ। ਫੁੱਲ ਜਲ ਪ੍ਰਵਾਹ ਕਰਨ ਆਏ ਮਹੰਤ ਬਚਿੱਤਰ ਦਾਸ ਦੇ ਨਾਲ ਨਵਚੇਤਨ ਸਿੰਘ, ਤੀਰਥ ਸਿੰਘ, ਨੇਕ ਸਿੰਘ ਅਤੇ ਹੇਮਰਾਜ ਦਾ ਨਾਮ ਵੀ ਲਿਖਿਆ ਗਿਆ। ਆਥਣ ਨੂੰ ਰਿਸ਼ੀਕੇਸ਼ ਪਹੁੰਚ ਗਏ। ਉੱਥੇ ਇੱਕ ਧਰਮਸ਼ਾਲਾ 'ਚ ਰਾਤ ਕੱਟੀ। ਇਹ ਧਰਮਸ਼ਾਲਾ ਬਰਨਾਲੇ ਦੇ ਕਿਸੇ ਸੇਠ ਨੇ ਬਣਵਾਈ ਸੀ। ਕਮਰੇ ਦਾ ਮਾਮੂਲੀ ਕਿਰਾਇਆ ਲਿਆ ਜਾਂਦਾ। ਉਹ 5 ਇੱਕੋ ਕਮਰੇ 'ਚ ਦਰੀਆਂ ਵਿਛਾ ਕੇ ਪੈ ਗਏ। ਦਰੀਆਂ ਉੱਤੇ ਗਦੈਲੇ ਸੀ, ਉੱਤੇ ਨੂੰ ਨਿੱਘੀਆਂ ਰਜਾਈਆਂ। ਰੋਟੀ ਉੱਤੇ ਕਿਸੇ ਹੋਟਲ ਤੋਂ ਖਾ ਆਏ। ਰੋਟੀ ਤੋਂ ਬਾਅਦ ਦੁੱਧ ਪੀਤਾ, ਤੱਤਾ ਤੱਤਾ ਦੁੱਧ ਪੀ ਕੇ ਉਹਨਾਂ ਦਾ ਪਾਲਾ ਉੱਤਰ ਗਿਆ। ਉਹ ਛੇਤੀ ਕਮਰੇ ਦੀਆਂ ਰਜਾਈਆਂ 'ਚ ਆ ਘੁੱਸੇ। 5 ਜਾਣੇ ਨੌਜਵਾਨ ਸੀ, ਥਕਾਨ ਉਹਨਾਂ ਦੇ ਨੇੜੇ ਤੇੜੇ ਵੀ ਕਿਧਰੇ ਨਹੀਂ ਸੀ। ਰਜਾਈਆਂ 'ਚ ਬੈਠ ਕੇ ਉਹ ਗੱਲਾਂ ਕਰਨ ਲੱਗੇ। ਲੈ ਵੀ ਬਾਬਾ ਰਾਮਦਾਸ, ਸੁਰਗਾਂ ਨੂੰ ਜਾਈ, ਅੱਜ ਤੇਰੀਆਂ ਹੱਡੀਆਂ ਗੰਗਾ ਭੇਟ ਕਰ ਚੱਲੇ। ਨਵਚੇਤਨ ਨੇ ਉਬਾਸੀ ਲਈ। ਹੁਣੇ ਵਾਸੀਆਂ, ਥੱਕ ਗਿਆ ਸਰਪੰਚਾ ਕੁਛ, ਹੇਮ ਹੱਸ ਕੇ ਪੁੱਛਣ ਲੱਗਾ। ਨਹੀਂ ਕਰੋ ਗੱਲ, ਹਾਲੇ ਨੀਂਦ ਕਿੱਥੇ, ਨਵਚੇਤਨ ਮੂੰਹ ਤੋਂ ਦੀ ਹੱਥ ਫੇਰਨ ਲੱਗਿਆ। ਬਾਬਾ ਰਾਮਦਾਸ ਸੁਰਗਾਂ ਨੂੰ ਜਾਂਦਾ ਤਾਂ ਦਿੰਦਾ ਨਹੀਂ, ਨਵਚੇਤਨ ਬੋਲਿਆ। ਉਹਦੀ ਗੱਲ ਸੁਣ ਕੇ 4 ਜਣੇ ਸਿੱਧੇ ਹੋ ਕੇ ਹੀ ਨਹੀਂ ਬੈਠੇ, ਉਹਨਾਂ ਦੇ ਕੰਨ ਵੀ ਪੂਰੀ ਤਰ੍ਹਾਂ ਖੜ੍ਹੇ ਹੋ ਗਏ। ਕਿਉਂ ਬਈ, ਹੇਮ ਬੋਲਿਆ।
ਬਚਿੱਤਰ ਦਾਸ ਉਤਸੁਕ ਨਿਗਾਹਾਂ ਨਾਲ ਸਿਰਫ ਝਾਕ ਰਿਹਾ ਸੀ। ਡੇਰਾ ਧਰਮ ਦੀ ਥਾਂ ਹੁੰਦਾ ਹੈ, ਹੁੰਦਾ ਕਿ ਨਹੀਂ? ਲੋਕ ਧਰਮ ਸਮਝ ਕੇ ਚੜਾਵਾ ਚੜਾਉਂਦੇ ਆ, ਉਹਨਾਂ ਦੀ ਨਿਸ਼ਚਾ ਹੁੰਦੀ ਹੈ, ਵਿਸ਼ਵਾਸ ਹੁੰਦਾ ਹੈ। ਚੜਾਵਾ ਚੜਾਉਣ ਨਾਲ ਉਹਨਾਂ ਦੇ ਮਨ ਦਾ ਸੰਸਾਰ ਨਿਵਿਰਤ ਹੋ ਜਾਂਦਾ ਹੈ। ਨਵਚੇਤਨ ਸਿਆਣੇ ਬੁੜਿਆ ਵਾਂਗ ਬੋਲਿਆ ਸੀ, ਠੀਕ ਹੈ ਹੇਮ, ਫਿਰ ਬੋਲਿਆ। ਨੇਕ ਤੇ ਤੀਰਥ ਨਵਚੇਤਨ ਨੂੰ ਸਿਰਫ ਸੁਣ ਰਹੇ ਸੀ, ਉਹਨਾਂ ਦੀਆਂ ਹਥੇਲੀਆਂ ਠੋਡੀਆਂ ਉੱਤੇ ਆ ਟਿੱਕੀਆਂ। ਇਹ ਚੜਾਵਾ ਫਿਰ ਪੁੰਨ ਦੀ ਥਾਂ 'ਤੇ ਲੱਗਣਾ ਚਾਹੀਦਾ ਸੀ, ਡੇਰੇ ਦਾ ਪੈਸਾ ਸੀ ਇਹ ਸਭ। ਕਿੰਨਾ ਚੜ੍ਹਦਾ ਸੀ ਚੜਾਵਾ, ਲੋਕ ਚੁੱਪ ਕੀਤੇ ਪਤਾ ਨਹੀਂ ਕਿੰਨੇ ਦੇ ਜਾਂਦੇ। ਹਾਂ ਇਹ ਤਾਂ ਸੱਚੀ ਗੱਲ ਹੈ, ਹੇਮ ਦਾ ਹੁੰਗਾਰਾ ਸੀ। ਦੁੱਲੇ ਦੀ ਢਾਬ ਦਾ ਸਾਰਾ ਚੜਾਵਾ ਹਮੀਰਗੜ੍ਹ ਪਹੁੰਚਦਾ ਰਿਹਾ, ਭਤੀਜਾ ਪਾਲਿਆ, ਬਸ ਇੱਕ ਬਾਬਾ ਰਾਮਦਾਸ ਨੇ ਡੇਰੇ ਦਾ ਕੀ ਕੀਤਾ? ਨੇਕ ਤੇ ਤੀਰਥ ਦੋਵਾਂ ਨੇ ਇਕੱਠੇ ਸਿਰ ਹਿਲਾਏ, ਨਾ ਐਵੇਂ ਦਿਖਾਵਾ ਕੀਤਾ। ਉਹ ਇੱਕ ਵੱਡਾ ਹਾਲ ਬਣਵਾ ਤਾ, ਪੰਜ ਚਾਰ ਕਮਰੇ ਹੋਰ, ਬਸ ਹੇਮ ਦਾ ਮਜ਼ਾਕੀਆ ਲਹਿਜਾ ਖਤਮ ਸੀ। ਬਚਿੱਤਰ ਦਾਸ ਹਾਲੇ ਵੀ ਸਿਰਫ ਝਾਕ ਰਿਹਾ ਸੀ, ਉਹਦੇ ਮੂੰਹ 'ਚ ਬੋਲ ਨਹੀਂ ਸੀ। ਕਿਉਂ ਬਚਿੱਤਰ ਦਾਸ? ਹੇਮ ਨੇ ਕਿਹਾ। ਹਾਂਜੀ, ਉਹ ਜਿਵੇਂ ਸੁੱਤਾ ਪਿਆ ਬੋਲਿਆ ਹੋਵੇ। ਬਾਬਾ ਰਾਮਦਾਸ ਕੀ ਕੁਛ ਛੱਡ ਗਿਆ ਤੇਰੇ ਕੋਲ? ਹੇਮ ਨੇ ਪੁੱਛਿਆ। 3 FDs ਨੇ, 3 3 3 ਲੱਖ ਦੀਆਂ। ਬਸ 70 ਸਾਲਾਂ ਤੋਂ ਆਹੀ ਬੱਚਤ ਸੀ ਡੇਰੇ ਦੀ? ਹੇਮ ਦੀ ਹੈਰਾਨੀ। ਇੱਕ ਭਾਈ ਕੋਠੀ ਹੈ ਮੰਡੀ ਰੋਡੂ ਸ਼ਾਹ ਵਾਲੀ, ਉਹ ਵੀ ਹੈ ਡੇਰੇ ਦੀ। ਤੀਰਥ ਬੋਲਿਆ, ਕਿਉਂ ਭਾਈ, ਕਿਉਂ ਬਈ ਬਚਿੱਤਰ ਦਾਸ, ਕੋਠੀ ਡੇਰੇ ਦੀ ਹੈ? ਹੇਮ ਨੇ ਪੁੱਛਿਆ। ਕਹਿ ਨਹੀਂ ਸਕਦੇ, ਡੇਰੀ ਦੀ ਹੋਊਗੀ ਪਰ ਕਾਗਜ਼ ਪੱਤਰ ਕੋਈ ਨਹੀਂ ਮਿਲਿਆ ਡੇਰੇ 'ਚ। ਬਚਿੱਤਰ ਦਾਸ ਨੇ ਜਵਾਬ ਦਿੱਤਾ। ਇੱਦਾਂ ਹੀ ਬਾਬਾ ਰਾਮਦਾਸ ਦੀਆਂ ਹੋਰ ਗੱਲਾਂ ਕਰਦੇ ਕਰਦੇ ਉਹ ਚੁੱਪ ਹੋਣ ਲੱਗੇ। ਸਭ ਤੋਂ ਪਹਿਲਾਂ ਬਚਿੱਤਰ ਦਾਸ ਨੇ ਘਰਾੜਾ ਮਾਰਿਆ। ਆਪਣਾ ਸਮਾਨ ਰਿਸ਼ੀਕੇਸ਼ ਵਾਲੀ ਧਰਮਸ਼ਾਲਾ 'ਚ ਹੀ ਛੱਡ ਕੇ ਜੰਦਾ ਲਾ ਕੇ ਉਹ ਗਾਂ ਨੂੰ ਨਿਕਲ ਗਏ। ਸਾਰਾ ਦਿਨ ਪਹਾੜਾਂ ਦੀ ਸੈਰ ਕੀਤੀ ਪਰ ਰਿਸ਼ੀਕੇਸ਼ ਤੋਂ ਨੇੜੇ ਨੇੜੇ ਹੀ ਰਹੇ। ਆਥਣ ਨੂੰ ਫਿਰ ਆਪਣੇ ਉਸ ਕਮਰੇ 'ਚ ਆ ਪਏ। ਅੱਜ ਉਹ ਖਾਸਾ ਥੱਕੇ ਹੋਏ ਸੀ, ਪੈਂਦੇ ਹੀ ਸੌਂ ਗਏ। ਅਗਲੇ ਦਿਨ ਪਿੰਡ ਨੂੰ ਚੱਲ ਪਏ। ਆਉਂਦੇ ਹੋਏ ਵੀ ਉਹ ਚਾਰੇ ਬਾਬਾ ਰਾਮਦਾਸ ਦੀਆਂ ਗੱਲਾਂ ਕਰਦੇ ਰਹੇ। ਬਾਬਾ ਬਚਿੱਤਰ ਦਾਸ ਸਿਰਫ ਹੁੰਗਾਰਾ ਭਰਦਾ, ਇਹ ਤਾਂ ਉਹੀ ਜਾਣਦਾ ਸੀ ਕਿ ਬਾਬਾ ਰਾਮਦਾਸ ਬਾਰੇ ਕੀਤੀਆਂ ਜਾ ਰਹੀਆਂ ਗੱਲਾਂ ਉਹਨੂੰ ਚੰਗੀਆਂ ਲੱਗਦੀਆਂ ਸੀ ਜਾਂ ਬੁਰੀਆਂ। ਦੁੱਲੇ ਦੀ ਢਾਬ ਆ ਕੇ ਬਚਿੱਤਰ ਦਾਸ ਨੇ ਇੱਕ ਦਿਨ ਪੂਰਾ ਆਰਾਮ ਕੀਤਾ। ਉਸ ਦਿਨ ਦਵਾਈਆਂ ਵੀ ਨਹੀਂ ਦਿੱਤੀਆਂ। ਉਹ ਜਦੋਂ ਹਰਿਦੁਆਰ ਵੱਲ ਗਏ ਸੀ, ਪਿੱਛੋਂ ਦਵਾਈਆਂ ਲੈਣ ਵਾਲੇ ਆ ਕੇ ਮੁੜਦੇ ਰਹੇ। ਬਾਬਾ ਰਾਮਦਾਸ ਦੇ ਮਰਨ ਤੋਂ ਲੈ ਕੇ ਭੋਗ ਤੱਕ ਤਾਂ ਉਹ ਆਥਣ ਸਵੇਰ ਦਵਾਈਆਂ ਦਿੰਦਾ ਰਿਹਾ ਸੀ, ਥੋੜ੍ਹਾ ਚਿਰ ਹੀ ਬੈਠਦਾ, ਕਿਸੇ ਕਿਸੇ ਨੂੰ ਖਾਲੀ ਮੋੜ ਦਿੰਦਾ, ਆਖਦਾ ਤੁਹਾਡੇ ਵਾਲੀ ਦਵਾਈ ਮੁੱਕੀ ਹੋਈ ਹੈ, ਸ਼ਹਿਰ 'ਚ ਆਇਆ ਨਹੀਂ ਗਿਆ। ਹਰਿਦੁਆਰੋਂ ਆ ਕੇ ਉਹਨੇ ਆਰਾਮ ਤਾਂ ਕੀਤਾ ਪਰ ਬੇਚੈਨ ਰਿਹਾ। ਉਹਦੇ ਚਿੱਤ ਨੂੰ ਖੁਦਕੁਤੀ ਲੱਗੀ ਹੋਈ ਸੀ ਕਿ ਮੰਡੀ ਵਾਲੀ ਕੋਠੀ ਦਾ ਪਤਾ ਨਹੀਂ ਕੀ ਬਣੇਗਾ। ਉਹਦਾ ਕਾਗਜ਼ ਪੱਤਰ ਤਾਂ ਕੋਈ ਹੈ ਨਹੀਂ, ਇੰਨੇ ਦਿਨਾਂ ਤੋਂ ਮੰਡੀ ਜਾਇਆ ਨਹੀਂ ਗਿਆ, ਮਗਰੋਂ ਹੋਰ ਹੀ ਕੋਈ ਭਾਣਾ ਨਾ ਵਰਤ ਗਿਆ ਹੋਵੇ। ਅਗਲੇ ਦਿਨ ਸਦਿਆਂ ਹੀ ਉਹ ਕਾਰ ਲੈ ਕੇ ਮੰਡੀ ਨੂੰ ਤੁਰ ਗਿਆ। ਜਾਂਦਾ ਹੋਇਆ ਦੂਜੇ ਸੇਵਕਾਂ ਨੂੰ ਦੱਸ ਗਿਆ, ਹੁਣੇ ਆਉਂਦਾ, ਕੋਈ ਮਰੀਜ਼ ਆਵੇ ਤਾਂ ਬਿਠਾ ਲਿਓ। ਬਚਿੱਤਰ ਦਾਸ ਮੰਡੀ ਜਾ ਕੇ ਸਿੱਧਾ ਪਹਿਲਾਂ ਬਾਬਿਆਂ ਦੀ ਕੋਠੀ ਗਿਆ। ਕਾਰ ਪਰੇ ਖੜੀ ਕਰਕੇ ਕੋਠੀ ਦੇ ਬਾਰ ਮੂਹਰੇ ਹੋਇਆ ਤਾਂ ਉਹਨੂੰ ਬੜੀ ਗਲਾਨੀ ਆਈ। ਸੜਕ ਉੱਤੇ ਕੁੱਤੇ ਹੱਡੀਆਂ ਨੂੰ ਚਿੰਬੜੇ ਹੋਏ ਸੀ, ਲੱਗਦਾ ਨਹੀਂ ਸੀ ਇਹ ਮੀਟ ਦੀਆਂ ਹੱਡੀਆਂ ਇਸੇ ਕੋਠੀ ਅੰਦਰੋਂ ਬਾਹਰ ਸੁੱਟੀਆਂ ਗਈਆਂ ਹੋਣਗੀਆਂ। ਸੱਜੇ ਖੱਬੇ ਜਾਂ ਸਾਹਮਣੇ ਵਾਲੇ ਘਰ ਵੀ ਕੋਈ ਸੁੱਟ ਸਕਦਾ, ਪਰ ਆਲੇ ਦੁਆਲੇ ਸਾਰੇ ਘਰ ਤਾਂ ਬਾਣੀਆਂ ਦੇ ਸੀ। ਬਚਿੱਤਰ ਦਾਸ ਨੇ ਸੋਚਿਆ, ਬਾਣੀਏ ਉਹ ਸ਼ਰੇਆਮ ਤਾਂ ਘਰ 'ਚ ਮੀਟ ਖਾਣ ਲੱਗੇ ਨਹੀਂ। ਉਹਨੇ ਕੋਠੀ ਦਾ ਬਾਰ ਖੜਕਾਇਆ, ਅੰਦਰਲਾ ਕੁੰਡਾ ਲੱਗਿਆ ਸੀ। ਬਾਬਾ ਰਾਮਦਾਸ ਵੇਲੇ ਇਸ ਕੋਠੀ ਦੀ ਸਾਂਭ ਸੰਭਾਲ ਅਲਬੇਲ ਕੋਲ ਸੀ, ਅਲਬੇਲ ਹੀ ਉਹਨੂੰ ਵਰਤਦਾ ਸੀ। ਉਹਦੀਆਂ ਸਾਮੀਆਂ ਪਿੰਡ ਦੇ ਜੱਟ ਇੱਥੇ ਆ ਕੇ ਹੀ ਦੁਪਹਿਰਾਂ ਢਾਲਦੇ, ਵਿਸ਼ਰਾਮ ਕਰਦੇ। ਅਲਬੇਲ ਦੀ ਆਪਣੀ ਕੋਠੀ ਦਾ ਵਾਧੂ ਸਮਾਨ ਵੀ ਇਸ ਕੋਠੀ 'ਚ ਪਿਆ ਰਹਿੰਦਾ।
ਇੱਕ ਤਰ੍ਹਾਂ ਨਾਲ ਬੇਲ ਦਾ ਹੀ ਕਬਜ਼ਾ ਸੀ ਇਸ ਕੋਠੀ ਉੱਤੇ। ਅੰਦਰਲਾ ਕੁੰਡਾ ਲੱਗਿਆ ਦੇਖ ਕੇ ਬਚਿੱਤਰ ਦਾਸ ਨੇ ਸਮਝਿਆ ਅੰਦਰ ਕੋਈ ਅਲਬੇਲ ਦਾ ਬੰਦਾ ਹੋਏਗਾ, ਰਾਤ ਕੱਟੀ ਹੋਏਗੀ। ਇੱਕ ਬੰਦੇ ਨੇ ਕਾਫ਼ੀ ਦੇਰ ਬਾਅਦ ਅੰਦਰਲਾ ਕੁੰਡਾ ਖੋਲ੍ਹਿਆ। ਬਾਬਾ ਬਚਿੱਤਰ ਦਾਸ ਨੂੰ ਬਾਹਰ ਖੜ੍ਹਾ ਦੇਖ ਕੇ ਉਸ ਬੰਦੇ ਦੀਆਂ ਅੱਖਾਂ ਟੱਡੀਆਂ ਗਈਆਂ। ਉਹ ਅੰਦਰਲੇ ਕਮਰੇ 'ਚ ਬੈਠੇ ਦੂਜੇ ਬੰਦਿਆਂ ਵੱਲ ਸੂਚਨਾ ਵਾਚਕ ਨਿਗਾਹਾਂ ਵੱਲ ਝਾਕਿਆ। ਅੰਦਰਲੇ ਕਮਰੇ 'ਚ ਜੋਰਾ ਸਿੰਘ ਸੀ, ਉਹਦੇ ਨਾਲ ਬੈਠੇ ਤਿੰਨ ਬੰਦੇ ਵੀ ਥੰਮਣ ਵਾਲੇ ਤੋਂ ਹੀ ਸੀ। ਬਚਿੱਤਰ ਦਾਸ ਇੱਧਰ ਉੱਧਰ ਝਾਕ ਕੇ ਹੈਰਾਨ ਹੋਇਆ। ਇਸੇ ਕਮਰੇ 'ਚ ਬਾਬਾ ਰਾਮਦਾਸ ਦਾ ਆਸਣ ਸੀ, ਇੱਥੇ ਇੱਕ ਲੋਹੇ ਦੀ ਪੇਟੀ ਪਈ ਸੀ ਜਿਸ 'ਚ ਬਾਬਿਆਂ ਦਾ ਲੀੜਾ ਕੱਪੜਾ ਸੀ। ਇਸ ਕਮਰੇ 'ਚ ਹੁਣ ਪੁਰਾਣਾ ਕੁਝ ਵੀ ਨਹੀਂ ਸੀ। ਚਾਰ ਪੰਜ ਮੰਜੇ ਡਹੇ ਸੀ ਜਿਨ੍ਹਾਂ 'ਤੇ ਅਜੇ ਤੱਕ ਵੀ ਰਜਾਈ ਗਦੈਲੇ ਵਿਛੇ ਹੋਏ ਸੀ। ਉਹਨਾਂ ਬੰਦਿਆਂ ਨੇ ਇੱਥੇ ਰਾਤ ਕੱਟੀ ਹੋਏਗੀ। ਮੰਜਿਆਂ ਵਿੱਚ ਘਰ ਇੱਕ ਛੋਟਾ ਮੇਜ਼ ਸੀ ਜਿਸ 'ਤੇ ਅਣ ਧੋਤੇ ਕੱਚ ਦੇ ਗਲਾਸ ਸੀ, ਲਿਬੜੇ ਹੋਏ ਚਮਚ ਸੀ, ਦੋ ਤਿੰਨ ਕੌਲੀਆਂ ਸੀ ਅਤੇ ਸਟੀਲ ਦਾ ਤੁਕ ਸੀ ਜੋ ਅੰਦਰੋਂ ਮਸਾਲੇ ਦਾ ਲਿਬੜਿਆ ਹੋਇਆ ਸੀ। ਜਦੋਂ ਕਮਰੇ 'ਚ ਵੜਿਆ ਤਾਂ ਸ਼ਰਾਬ ਦੀ ਬਦਬੂ ਉਹਦੀਆਂ ਨਾਸਾਂ ਨੂੰ ਚੜ ਗਈ। ਜੋਰਾ ਸਿੰਘ ਨੇ ਬਾਬਾ ਬਚਿੱਤਰ ਦਾਸ ਨੂੰ ਮੰਜੇ 'ਤੇ ਬੈਠਣ ਲਈ ਕਿਹਾ। ਉਹ ਬੈਠ ਵੀ ਗਿਆ ਅਤੇ ਪੁੱਛਿਆ, ਜੋਰਾ ਸਿੰਘ ਭਾਈ ਅੱਜ ਇੱਥੇ ਕਿਵੇਂ? ਰਾਤ ਇੱਥੇ ਕੱਟੀ ਸੀ। ਹਾਂ ਬਾਬਾ ਜੀ, ਹੁਣ ਇਹ ਕੋਠੀ ਆਪਣੀ ਹੈ, ਆਪਾਂ ਮੁੱਲ ਲੈ ਲਈ ਸੀ ਇਹ। ਜੋਰੇ ਨੇ ਭੋਰਾ ਵੀ ਸੰਗ ਨਹੀਂ ਮੰਨੀ, ਤੜਾਕ ਕਰਦਾ ਸਿੱਧਾ ਜਵਾਬ ਦੇ ਦਿੱਤਾ। ਅਸਲ 'ਚ ਗੱਲ ਇਹ ਸੀ, ਬਾਬਾ ਰਾਮਦਾਸ ਦੇ ਭੋਗ ਤੋਂ ਪਹਿਲਾਂ ਉਹਨਾਂ ਦੀ ਵਸੀਅਤ ਅਨੁਸਾਰ ਰੋਡੂ ਸ਼ਾਹ ਮੰਡੀ ਵਾਲੀ ਇਹ ਕੋਠੀ ਹਮੀਰਗੜ੍ਹ ਵਾਲੇ ਉਹਨਾਂ ਦੇ ਭਤੀਜੇ ਸੁਖਦਿਆਲ ਸਿੰਘ ਦੇ ਨਾਂ ਚੜ੍ਹ ਗਈ ਸੀ। ਇਹ ਸਾਰਾ ਕੰਮ ਅਲਬੇਲ ਨੇ ਸੁਖਦਿਆਲ ਨਾਲ ਤੁਰ ਫਿਰ ਕੇ ਕਰਵਾਇਆ ਸੀ। ਬਾਬਾ ਰਾਮਦਾਸ ਦੀ ਮੌਤ ਦਾ ਸਰਟੀਫਿਕੇਟ ਲੈ ਕੇ ਉਹਨਾਂ ਨੇ ਰੋਡੂ ਸ਼ਾਹ ਅਤੇ ਤਹਿਸੀਲਦਾਰ ਨੂੰ ਵੰਡਿਆ ਸੀ ਅਤੇ ਕੋਠੀ ਦੀ ਰਜਿਸਟਰੀ ਸੁਖਦਿਆਲ ਸਿੰਘ ਦੇ ਨਾਂ ਹੋ ਗਈ। ਇੱਕ ਦੋ ਦਿਨਾਂ 'ਚ ਹੀ ਫਿਰ ਉਹਨਾਂ ਨੇ ਗਾਹਕ ਲੱਭਿਆ। ਗਾਹਕ ਅਲਬੇਲ ਦਾ ਆਪਣਾ ਬੰਦਾ ਸੀ, ਜੋਰਾ ਸਿੰਘ। ਜੋਰਾ ਸਿੰਘ ਨੇ 7 ਲੱਖ ਤਹਿਸੀਲਦਾਰ ਦੀ ਕਚਹਿਰੀ ਜਾ ਕੇ ਖਰਾ ਕਰਤਾ ਅਤੇ ਕੋਠੀ ਦੀ ਰਜਿਸਟਰੀ ਜੋਰਾ ਸਿੰਘ ਦੇ ਨਾਂ ਹੋ ਗਈ। ਹੁਣ ਇਹ ਕੋਠੀ ਜੋਰਾ ਸਿੰਘ ਦੀ ਆਪੇ ਸੀ। ਉਦੋਂ ਤੋਂ ਹੀ ਜੋਰਾ ਸਿੰਘ ਨਿੱਤ ਉਸ ਕੋਠੀ 'ਚ ਪੈਂਦਾ ਸੌਂਦਾ, ਆਪਣੇ ਨਾਲ 4 ਹੋਰ ਮਸ਼ਟੰਡੇ ਰੱਖਦਾ। ਉਹ ਨਿੱਤ ਆਥਣ ਨੂੰ ਦਾਰੂ ਪੀਂਦੇ ਉੱਥੇ ਹੀ ਪੈ ਜਾਂਦੇ। ਅਲਬੇਲ ਦਾ ਕਾਫ਼ੀ ਸਮਾਨ ਪਹਿਲਾਂ ਹੀ ਉਸ ਕੋਠੀ 'ਚ ਧਰਿਆ ਸੀ। ਜੋਰੇ ਦੀ ਕੋਠੀ ਹੋਣ ਕਰਕੇ ਹੁਣ ਹੋਰ ਲੱਕਾ ਤੁਕਾ ਲਿਆ ਰੱਖਿਆ। ਬਾਬਾ ਬਚਿੱਤਰ ਦਾਸ ਕੰਨ ਝਾੜ ਕੇ ਦੁੱਲੇ ਦੀ ਢਾਬ ਨੂੰ ਤੁਰ ਗਿਆ। ਅੰਗ 7 ਜਦੋਂ ਤੋਂ ਦਿਆਲੋ ਨੂੰ ਜੋਰੇ ਨੇ ਪੈਸੇ ਦੇਣ ਤੋਂ ਨਾਂਹ ਕੀਤੀ ਸੀ, ਸੰਤਾ ਉਦੋਂ ਤੋਂ ਹੀ ਬਹੁਤ ਉਦਾਸ ਸੀ। ਉਹਨੂੰ ਛੋਟੇ ਭਰਾ ਨਾਲ ਹਸਦ ਹੋਇਆ, ਮੈਂ ਇਹਨੂੰ ਘਰ 'ਚ ਬੈਠ ਕੇ ਅੰਗ ਪਾਲਿਆ, ਕੰਮਾਂ ਤੋਂ ਵਿਹਲਾ ਰੱਖਿਆ, ਐਸ਼ਾਂ ਕੀਤੀਆਂ ਇਹਨੇ, ਅੱਜ ਰਾਜਾ ਬਣਿਆ ਬੈਠਾ ਪਟਿਆਲੇ ਵਾਲਾ, ਫੀਮਾ ਵੇਚ ਵੇਚ ਹਰਾਮ ਦੀ ਕਮਾਈ 'ਚੋਂ ਕਿਲੇ ਉਸਾਰੀ ਬੈਠਾ, ਮੰਡੀ ਜਾ ਕੇ ਡੇਰੇ ਵਾਲੀ ਕੋਠੀ ਵੀ ਲੈ ਲਈ, ਸਾਰੇ ਪਾਪ ਦੇ ਸੌਦੇ ਨੇ, ਇਹਦਾ ਭਲਾ ਨਹੀਂ ਹੋਣਾ। ਫਿਰ ਉਹ ਤੁਰਨ ਲੱਗਿਆ, ਜੇ ਤਾਂ ਮੇਰੇ ਵਾਂਗੂ ਖੇਤਾਂ 'ਚ ਖੁੱਚਾਂ ਤੁੜਾਈਆਂ ਹੁੰਦੀਆਂ ਫਿਰ ਤਾਂ ਲੱਗਦਾ ਪਤਾ, ਮਹਿਲਾਂ ਵਾਲੀ ਨੂੰ ਅੱਡ ਸਾਹ ਨਹੀਂ ਆਉਂਦਾ, ਫੂੰ ਫੂੰ ਕਰਦੀ ਫਿਰੂ, ਇੱਕ ਇਹ ਹੈ ਦਿਆਲੋ ਬਿਰਬਿਰ ਕਰਦੀ ਫਿਰਦੀ ਹੈ। ਸੰਤੇ ਦਾ ਕਿਧਰੇ ਵੀ ਹੱਥ ਨਹੀਂ ਪੈਂਦਾ ਸੀ। ਉੱਧਰ ਕਸਤੂਰੀ ਦੀ ਹੱਟ ਦਾ ਸੌਦਾ ਵਧੀ ਜਾ ਰਿਹਾ ਸੀ, ਹਰ ਫਸਲ ਉੱਤੇ ਜਿੰਨਾ ਮਰਜ਼ੀ ਮੋੜ ਲਓ, ਰਕਮ ਖੜੀ ਦੀ ਖੜੀ। ਉਹ ਕਚੀਚੀ ਜੀ ਵੱਟ ਕੇ ਫੈਸਲਾ ਕਰਦਾ ਕਿ ਐਤਕੀ ਕਣਕ ਵੇਚ ਕੇ ਕਸਤੂਰੀ ਦਾ ਸਾਰਾ ਲਾਹ ਦੇਣਾ, ਮੁੜ ਕੇ ਘਰਦਿਆਂ ਉੱਤੇ ਪਾਬੰਦੀ ਲਾ ਦੇਣੀ ਹੈ ਕਿ ਅੱਗੇ ਤੋਂ ਨਗਦ ਪੈਸਿਆਂ ਦਾ ਸੌਦਾ ਲੈ ਕੇ ਆਇਆ ਕਰੋ। ਪਰ ਉਹਦਾ ਫੈਸਲਾ ਨਾਲ ਦੀ ਨਾਲ ਖੁਰਦਾ ਜਾਪਿਆ। ਉਹਨੇ ਤਿੱਖਾ ਸੋਚਿਆ, ਨਗਦ ਪੈਸਾ ਸਾਲਾ ਕਿੱਥੋਂ ਆਊਗਾ, ਇੱਥੇ ਕਿਹੜਾ ਘਰ 'ਚ ਕੋਈ ਸਰਕਾਰੀ ਮੁਲਾਜ਼ਮ ਹੈ ਜਿਹਦੀ ਤਨਖਾਹ ਪੈਂਦੀ ਹੋਵੇ, ਇੱਥੇ ਤਾਂ ਹਾੜੀ ਸਾਉਣੀ ਵੀ ਪੈਸੇ ਦੇਖਣ ਨੂੰ ਨਹੀਂ ਮਿਲਦੇ, ਆੜਤੀਏ ਦੇ ਹੀ ਸਾਰਾ ਕੱਟ ਕਟਾ ਹੋ ਜਾਂਦਾ।
ਉਹਨਾਂ ਦਿਨਾਂ 'ਚ ਹੀ ਕਰਨੈਲ ਦੇ ਛੋਟੇ ਸਾਲੇ ਦਾ ਵਿਆਹ ਆ ਗਿਆ। ਵਿਆਹ ਦੀ ਗੰਢ ਕੀ ਆਈ, ਬਹੂ ਨੂੰ ਚਾਹ ਚੜ ਗਿਆ। ਜਵਾਕ ਚੀਕਾਂ ਮਾਰਦੇ ਫਿਰਦੇ ਸੀ, ਆਹਾ ਜੀ ਮਾਮੇ ਦਾ ਵਿਆਹ ਦੇਖਾਂਗੇ। ਪਰ ਦਿਆਲੂ ਸੁੰਨ ਹੋ ਕੇ ਰਹਿ ਗਈ, ਉਹਦੇ ਲਈ ਜਿਵੇਂ ਕਿਸੇ ਮਰੇ ਦੀ ਸੁਣਾਉਣੀ ਆਈ ਹੋਵੇ। ਇਹ ਸਾਰਾ ਜਵਾਕ ਜੱਲਾ ਜਾਏਗਾ ਤਾਂ ਕੁਝ ਬਣ ਕੇ ਹੀ ਜਾਊਗਾ, ਇੰਨਾ ਪੈਸਾ ਹੁਣ ਕਿੱਥੋਂ ਆਊਗਾ। ਨਿਰਣੀ ਸੰਨ ਹੈ, ਵਿਆਹ ਕਰਨਾ ਸੀ ਤਾਂ ਗਾਂ ਵਿਸਾਖੀ ਪਿੱਛੋਂ ਮਰ ਲੈਂਦੇ। ਇੱਕ ਸਵੇਰ ਦਿਆਲੂ ਨੇ ਸੰਤੇ ਨੂੰ ਗਲਾਸ ਫੜਾਉਣ ਤੋਂ ਬਾਅਦ ਫੀਮ ਦਾ ਮਾਵਾ ਦਿੱਤਾ ਅਤੇ ਗੱਲ ਛੇੜੀ। ਕੀ ਸੋਚਿਆ ਫਿਰ ਕਾਹਦਾ, ਚਾਹ ਦੀ ਘੁੱਟ ਭਰਦਿਆਂ ਉਹਨੇ ਐਵੇਂ ਜੇ ਪੁੱਛਿਆ। ਕੇਲੇ ਦੀ ਬਹੂ ਜਿੱਦ ਫੜੀ ਬੈਠੀ ਹੈ ਕਿ ਮੈਂ ਬਹੂ ਮੁੰਡੇ ਨੂੰ ਵਧੀਆ ਕੱਪੜੇ ਲੈ ਕੇ ਜਾਣੇ ਨੇ। ਅੱਛਾ, ਕੱਪੜੇ ਤਾਂ ਫਿਰ ਕੇਲੇ ਦੇ ਜਵਾਕ ਵੀ ਨਵੇਂ ਪਾ ਲੈਣਗੇ, ਕੇਲਾ ਅਤੇ ਕੇਲੇ ਦੀ ਬਹੂ ਵੀ ਨਵੇਂ ਕੱਪੜੇ ਲਊਗੀ ਜਦੋਂ ਵਿਆਹ ਹੈ। ਫਿਰ ਇਹ ਤਾਂ ਕੱਪੜਿਆਂ ਮੂੰਹੇ ਦੀ ਧੂਸ ਨਿਕਲ ਜੂ ਆਪਣਾ। ਕਹਿੰਦੀ ਬਹੂ ਨੂੰ ਟੂਮ ਵੀ ਹੋਵੇ ਕੋਈ, ਇੰਨਾ ਕੱਪੜਾ ਤਾਂ ਬਾਣੀਏ ਨੇ ਉਧਾਰ ਨਹੀਂ ਦੇਣਾ, ਨਕਦ ਭਾਲੂਗਾ ਕੁਛ ਨਾ ਕੁਛ। ਪਹਿਲਾਂ ਵੀ ਉਹਦਾ ਨਾਮਾ ਸਿਰ ਖੜਾ, ਪਤਾ ਨਹੀਂ ਕਿੰਨੇ ਹਜ਼ਾਰ ਹੋ ਪੜਵਾ ਪੜਵਾ ਲਿਆਈ ਜਾਂਦੇ ਆ, ਕਦੇ ਹਿਸਾਬ ਕੀਤਾ ਉਹਦੇ ਨਾਲ? ਸੰਤੇ ਨੂੰ ਦਿਆਲੂ ਉੱਤੇ ਖਿੱਚ ਚੜਨ ਲੱਗੀ। ਰੌਣਕੀ ਬਾਣੀਆਂ ਦਾ ਇੱਕ ਮੁੰਡਾ ਨੌਹਰ ਰੂਡੂ ਸ਼ਾਹ ਮੰਡੀ ਕੱਪੜੇ ਦੀ ਦੁਕਾਨ ਕਰਦਾ ਸੀ। ਸੰਤੇ ਕਿ ਉਹਦੇ ਕੋਲੋਂ ਹਮੇਸ਼ਾ ਕੱਪੜਾ ਲੀੜਾ ਲਿਆਉਂਦੇ, ਉਧਾਰ ਹੀ ਲਿਆਉਂਦੇ। ਜੱਟਾਂ ਕੋਲ ਨਕਦ ਪੈਸੇ ਕਦੋਂ ਹੁੰਦੇ ਆ, ਹਾੜੀ ਸੋਹਣੀ ਬਥੇਰਾ ਨਿਬੇੜਦੇ ਰਹਿੰਦੇ ਪਰ ਰਕਮ ਖੜੀ ਦੀ ਖੜੀ ਰਹਿੰਦੀ। ਸੰਤਾ ਕਈ ਦਿਨ ਸੋਚਦਾ ਰਿਹਾ ਵੀ ਪੈਸਿਆਂ ਦਾ ਕੀ ਕੀਤਾ ਜਾਏ। ਕਰਨੈਲ ਦੇ ਸਾਲੇ ਦਾ ਵਿਆਹ ਨੇੜੇ ਆ ਰਿਹਾ ਸੀ। ਕਰਨੈਲ ਆਖ ਰਿਹਾ ਸੀ ਉਹਨੇ 1,000 ਰੁਪਇਆ ਨਿਉਂਦਾ ਵੀ ਪਾਉਣਾ। ਪ੍ਰਾਹੁਣੇ ਕਿਤੇ ਨਿਉਂਦਾ ਪਾਉਂਦੇ ਹੁੰਦੇ ਨੇ, ਤੇਰਾ ਨਿਉਂਦਾ ਕਾਹਦਾ ਬਈ? ਸੰਤੇ ਨੇ ਉਹਨੂੰ ਗੁੱਸੇ 'ਚ ਆਖਿਆ। ਤਿੰਨ ਜਵਾਕਾਂ ਦਾ ਪਿਓ ਹਾਂ ਮੈਂ, 15 ਸਾਲ ਹੋ ਗਏ ਵਿਆਹ ਨੂੰ, ਹੁਣ ਮੈਂ ਫੁੱਫੜ ਹਾਂ, ਪ੍ਰਾਹੁਣਾ ਨਹੀਂ। ਕਰਨੈਲ ਨੇ ਹੱਸ ਕੇ ਜਵਾਬ ਦਿੱਤਾ। ਫੁੱਫੜ ਪ੍ਰਾਹੁਣਾ ਨਹੀਂ ਹੁੰਦਾ, ਫੁੱਫੜ ਵੀ ਜਮਾਈ ਹੁੰਦਾ ਹੈ ਜਿੰਨਾ ਚਿਰ ਸੱਸ ਸਹੁਰਾ ਬੈਠੇ ਹੋਣ, ਤੇਰੇ ਸੱਸ ਸਹੁਰਾ ਕਾਇਮ ਨੇ ਭਾਈ। ਸੰਤਾ ਚੰਗੇ ਰੌਣ 'ਚ ਆ ਰਿਹਾ ਸੀ। ਨਿਉਂਦੇ ਨਾਲ ਅਗਲੇ ਦੀ ਮਦਦ ਹੋ ਜਾਂਦੀ ਹੈ ਬਾਪੂ, ਹੋਰ ਕੀ ਹੈ। ਮਦਦ ਕਰਨ ਨੂੰ ਆਪਾਂ ਕਿੱਧਰ ਲਈ ਬਿਰਲੇ ਹਾਂ, ਨੰਗ ਭੁੱਖ ਨਾਲ ਘੁਲਦੇ ਹਾਂ, ਆਪਾਂ ਕੀ ਕਰ ਸਕਾਂਗੇ ਮਦਦ? ਸੰਤਾ ਮੁਸਕੜੀਆਂ ਹੱਸ ਕੇ ਬੋਲਿਆ। ਬਸ ਬਾਪੂ, ਤੂੰ ਮੈਨੂੰ 5,000 ਲਿਆ ਦੇ, ਚਾਹੇ ਕਾਲੇ ਚੋਰ ਤੋਂ ਲਿਆ ਦੇ, ਉਹਨਾਂ ਦਾ ਆਖਰੀ ਵਿਆਹ ਹੈ, ਅਸੀਂ ਕੁਛ ਬਣ ਕੇ ਜਾਣਾ। ਕਰਨੈਲ ਨੇ ਸੰਤੇ ਦੀਆਂ ਅੱਖਾਂ 'ਚ ਅੱਖਾਂ ਗੱਡ ਕੇ ਆਖਿਆ। ਸੰਤਾ ਉਹਦੀ ਗੱਲ ਸੁਣ ਕੇ ਅਚੰਬਤ ਰਹਿ ਗਿਆ। ਉਹਨੂੰ ਤਾਂ ਖਿਆਲ ਸੀ ਉਹ 1,000-2,000 ਲੈ ਕੇ ਜਾਣਗੇ ਅਤੇ ਬਾਕੀ ਲੀੜਾ ਕੱਪੜਾ। ਬੋਲਿਆ, 5,000 ਨਾ ਕਿਤੇ ਹੋਰ, ਤੁਹਾਨੂੰ 1,000-1,500 ਮੁੱਕਦਾ ਨਹੀਂ। ਫਿਰ ਕਹਿਣ ਲੱਗਿਆ, ਇੰਨਾ ਤਾਂ ਨਕਦ ਲਿਜਾਉਂਗੇ, ਕੱਪੜਾ ਲੀੜਾ ਜਿਹੜਾ ਆਪਦਾ ਸਮਾਉਂਗੇ ਅਤੇ ਉਹਨਾਂ ਨੂੰ ਲਿਜਾਉਂਗੇ, ਉਹਦਾ ਵੀ ਬਹੁਤ ਪੈਸਾ ਹੋ ਜਾਣਾ। ਫਿਰ ਬੁੜ ਗਿਆ, ਇੰਨੀ ਰਿਪੋਰਟ ਕਿੱਥੋਂ ਆਊ, ਸੋਚ ਕੇ ਤਾਂ ਦੇਖ, ਸਾਨੂੰ ਨਹੀਂ ਪਤਾ ਤੇਰੀ ਰਿਪੋਰਟ ਦਾ ਬਾਪੂ, ਦਿਨ ਰਾਤ ਘੱਟਾ ਢੋਨੇ ਆ, 2 ਦਿਨ ਐਸ਼ ਦਾ ਵਿਆਹ ਵੇਖਾਵਾਂਗੇ, ਤੂੰ ਕਿਤੋਂ ਕਰ, ਮੈਂ ਜੋ ਕਹਿਤਾ। ਸੰਤੇ ਨੂੰ ਆਪਣੇ ਦਿਨ ਯਾਦ ਆਉਣ ਲੱਗੇ, ਜਵਾਨੀ ਪੈਰੇ ਉਹ ਵੀ ਕਿੰਨਾ ਬਣ ਠਣ ਕੇ ਸਹੁਰੀ ਜਾਇਆ ਕਰਦਾ ਸੀ। ਦਿਆਲੂ ਨਵੇਂ ਕੱਪੜੇ ਪਾ ਕੇ ਪੈਰਾਂ 'ਚ ਗਰਗਾ ਵੀ ਖੜਕਾਉਂਦੀ ਹੈ, ਇਉਂ ਤੁਰਦੀ ਜਿਵੇਂ ਘੋੜੀ ਪੀੜੀ ਹੋਵੇ। ਇੱਕ ਵਾਰ ਇਉਂ ਹੀ ਉਹ ਵੀ ਸਹੁਰਿਆਂ ਦੇ ਵਿਆਹ ਗਿਆ ਸੀ, ਕਿੰਨਾ ਖਰਚ ਕਰਕੇ ਆਇਆ ਸੀ। ਜੈਲਾ ਕੈਲਾ ਉਦੋਂ ਛੋਟੇ ਛੋਟੇ ਸੀ, ਬੱਕਰੀ ਦੇ ਮੇਮਣਿਆਂ ਵਾਂਗ ਛਾਲਾਂ ਮਾਰਦੇ ਫਿਰਦੇ ਸੀ। ਅਕੇਰਾ ਤਾਂ ਬੱਲੇ ਬੱਲੇ ਹੋ ਗਈ ਸੀ ਥੰਮਣ ਵਾਲੇ ਪ੍ਰਾਹੁਣੇ ਦੀ। ਉਹਦੀ ਸੋਚ ਫਿਰ ਉਦਾਸੀ ਫੜਨ ਲੱਗੀ। ਉਦੋਂ ਤਾਂ ਕੱਪੜਾ ਲੀੜਾ ਕਿੰਨਾ ਸਸਤਾ ਸੀ, ਸ਼ਗਨਾਂ ਦੇ ਰੁਪਈਏ ਵੱਧ ਤੋਂ ਵੱਧ 5 ਹੁੰਦੇ। 11 ਰੁਪਈਏ ਸ਼ਗਨ ਦੇਣ ਵਾਲੇ ਨੂੰ ਮਹਾਰਾਜਾ ਪਟਿਆਲਾ ਸਮਝਿਆ ਜਾਂਦਾ। ਬੱਸਾਂ ਦੇ ਕਿਰਾਏ ਕਿੰਨੇ ਥੋੜ੍ਹੇ ਸੀ, ਦਾਰੂ ਦੀ ਬੋਤਲ 10 ਰੁਪਇਆਂ ਦੀ ਹੁੰਦੀ।
ਇਹ ਇੱਕ ਫਸਲ ਵੇਚ ਵੱਟ ਕੇ ਸਾਰੀ ਕਬੀਲਦਾਰੀ ਸੰਢੀ ਜਾਂਦੀ ਉਹ ਕਿੰਨੇ ਭਲੇ ਦਿਨ ਸੀ। ਕਰਨੈਲ ਨੂੰ ਘਰ ਲੈਣ ਦੇ ਆਪਦਾ ਚਿੱਤਰਾ ਜੀ, ਗਾਹਾਂ ਨੂੰ ਕਬੀਲਦਾਰੀ, ਉਹਨਾਂ ਦੀ ਗਾਲੀ ਪੈਣੀ ਹੈ ਮੁੰਡਿਆਂ ਦੀ, ਆਪਦਾ ਪੜ੍ਹਿਆ ਵਿਚਾਰਨ ਕਰਦੇ ਨੇ, ਇੰਨਾ ਖਰਚ ਕਰ ਲੈਣ। ਸੰਤਾ ਹਾਰ ਮੰਨਦਾ ਜਾਪਿਆ। ਘਰ 'ਚ ਕਰਨੈਲ ਦੇ ਸਹੁਰਿਆਂ ਦੇ ਵਿਆਹ ਦੀ ਚਰਚਾ ਹੁੰਦੀ ਤਾਂ ਜੈਲਾ ਅਤੇ ਉਹਦੀ ਬਹੂ ਚੁੱਪ ਕਰਕੇ ਸੁਣਦੇ ਰਹਿੰਦੇ, ਕੋਈ ਵਿਰੋਧ ਨਾ ਕਰਦੇ, ਕੁਛ ਬੋਲਦੇ ਨਹੀਂ ਸੀ। ਉਹ ਸੋਚਦੇ ਕਦੇ ਉਹਨਾਂ ਦਾ ਦਿਨ ਵੀ ਆਊਗਾ, ਭਦੌੜ ਕੋਈ ਵਿਆਹ ਹੋਇਆ ਤਾਂ ਉਹ ਵੀ ਇਵੇਂ ਜਿਵੇਂ ਬਣ ਠਣ ਕੇ ਜਾਣਗੇ, ਇਦੋਂ ਵੀ ਵੱਧ ਖਰਚਾ ਕਰਕੇ ਆਉਣਗੇ, ਆਪਣੇ ਮਨ ਦੀਆਂ ਭੱਲਾਂ ਲਾ ਲੈਣਗੇ। ਹੁਣ ਉਹ ਜੋ ਉਹਨਾਂ ਬਾਰੇ ਕੋਈ 5-3 ਕਰਦੇ ਹੈ ਤਾਂ ਉਹ ਆਖਣਗੇ ਖੁਸ਼ੀ ਦੇ ਮੌਕੇ ਸਾਨੂੰ ਜਰਦੇ ਨਹੀਂ, ਮਰਦੇ ਹੈ। ਸੰਤੇ ਨੇ ਇੱਕ ਦਿਨ ਦਿਆਲੂ ਨਾਲ ਸਲਾਹ ਕੀਤੀ ਕਿ ਹੋਰ ਤਾਂ ਕਿਧਰੇ ਹੱਥ ਨਹੀਂ ਪੈਂਦਾ, ਉੱਦਾਂ ਕਿੱਲਾ ਜ਼ਮੀਨ ਦਾ ਕੀਮਤੀ ਆੜ੍ਹਤੀਏ ਕੋਲ ਗਹਿਣੇ ਕਰ ਦਿੰਦੇ ਹੈ ਅਤੇ ਪੈਸੇ ਲੈ ਆਉਂਦੇ ਹੈ, ਅੱਧੇ ਕਿੱਲੇ 'ਤੇ ਉਹ 20,000 ਦੇ ਦੇਵੇਗਾ, 20,000 ਨਾਲ ਸਾਰੇ ਧੋਣੇ ਧੋਤੇ ਜਾਣਗੇ। ਇਹਨਾਂ ਵਿੱਚੋਂ ਹੀ ਉਹ ਦੋਵੇਂ ਦੁਕਾਨਾਂ ਦਾ ਜੂੜ ਵੀ ਵੱਢ ਦੇਣਗੇ, ਕਸਤੂਰੀ ਅਤੇ ਨੌਰ ਦਾ ਸਾਰਾ ਨਿਬੜ ਜਾਏਗਾ। ਸਵੇਰੇ ਸਵੇਰੇ ਉਹਨੇ ਫੀਮ ਥੋੜ੍ਹੀ ਜਿਹੀ ਵੱਧ ਖਾਧੀ ਤਾਂ ਕਿ ਕਰੜਾ ਦਿਲ ਕਰਕੇ ਉਹ ਰੋਡੂ ਸ਼ਾਹ ਜਾਵੇ ਅਤੇ ਬਾਣੀਏ ਨਾਲ ਪੈਰ ਰੱਖ ਕੇ ਗੱਲ ਕਰੇ। ਕੀਮਤੀ ਲਾਲ ਤੜਕੇ ਤੜਕੇ ਗੱਦੀ 'ਤੇ ਵੱਡੇ ਸਿਰਾਣੇ ਦੀ ਢੋਅ ਲਾਈ ਬੈਠਾ ਸੀ, ਥੱਲੇ ਫਰਸ਼ ਉੱਤੇ ਦਰੀ ਵਿਛੀ ਸੀ, ਉੱਤੇ ਚਿੱਟੀਆਂ ਚਾਦਰਾਂ ਸੀ। ਕੀਮਤੀ ਲਾਲ ਕੰਬਲ ਦੀ ਬੁੱਕਲ ਮਾਰੀ ਬੈਠਾ ਸੀ। ਸਿਰ ਉੱਤੇ ਇੱਕ ਘਸਮੈਲਾ ਜਿਹਾ ਮਫਲਰ ਬੰਨਿਆ, ਉਹ ਮਸਾਂ ਹੀ ਇੱਕ ਹੱਥ ਕੰਬਲ ਤੋਂ ਬਾਹਰ ਕੱਢਦਾ, ਗੁੜ ਗੁੜ ਕਰਕੇ ਹੁੱਕੇ ਦੀ ਘੁੱਟ ਭਰਦਾ। ਹੁੱਕੇ ਦੀ ਘੁੱਟ ਵਿੱਚੋਂ ਤੰਬਾਕੂ ਦਾ ਧੂੰਆਂ ਬਹੁਤ ਘੱਟ ਆਉਂਦਾ ਸੀ। ਉਸ ਦਿਨ ਸਰਦੀ ਬਹੁਤ ਸੀ, ਹਰ ਕਿਸੇ ਦੇ ਮੂੰਹ 'ਚੋਂ ਧੂੰਏ ਜਿਹੀਆਂ ਹੀ ਭਾਫਾਂ ਨਿਕਲਦੀਆਂ। ਕੀਮਤੀ ਲਾਲ ਦੇ ਮੂੰਹ 'ਚੋਂ ਪਾਲੇ ਦੀਆਂ ਭਾਫਾਂ ਵੀ ਨਿਕਲਦੀਆਂ ਹੋਣਗੀਆਂ, ਕੋਈ ਪਤਾ ਨਹੀਂ ਲੱਗਦਾ ਸੀ। ਉਹਦੇ ਮੂੰਹ 'ਚੋਂ ਹੁੱਕੇ ਦਾ ਧੂੰਆਂ ਬਹੁਤਾ ਨਿਕਲਦਾ ਜਾਂ ਪਾਲੇ ਦੀਆਂ ਭਾਫਾਂ ਬਹੁਤੀਆਂ। ਆ ਬਈ ਸੰਤ ਸਿਆਂ ਬੈਠ, ਕੀਮਤੀ ਲਾਲ ਨੇ ਘੁੱਟ ਭਰ ਕੇ ਹੁੱਕੇ ਦੀ ਨੜੀ ਪਰਾਂ ਪਵਾਤੀ। ਸੰਤੇ ਨੇ 4 ਖਾਨੇ ਦਾ ਮੈਲਾ ਕੋਟ ਪਾ ਰੱਖਿਆ ਸੀ, ਉੱਤੇ ਨੂੰ ਘਸੇ ਪੁਰਾਣੇ ਕੰਬਲ ਦੀ ਬੁੱਕਲ ਮਾਰੀ ਸੀ। ਗੱਦੀ ਕੋਲ ਬੈਠ ਕੇ ਉਹ ਆਪਣੀ ਦਾੜੀ ਖੁਰਕਣ ਲੱਗਿਆ। ਅੱਜ ਕਿੱਧਰ ਸਵੇਰੇ ਸਵੇਰੇ? ਕੀਮਤੀ ਲਾਲ ਨੇ ਉਹਦੇ ਵੱਲ ਥੋੜ੍ਹਾ ਸਰਕ ਕੇ ਮੋਹ ਜਿਹੇ ਨਾਲ ਪੁੱਛਿਆ। ਜਿਵੇਂ ਕਹਿੰਦੇ ਹੁੰਦੇ ਨੇ ਆਖੇ, ਬਾਹਮਣ ਬਿਨਾਂ ਗੱਤ ਨਹੀਂ, ਸ਼ਾਹ ਬਿਨਾਂ ਪੱਤ ਨਹੀਂ, ਬਸ ਆਪੇ ਹੀ ਜਾਣ ਲੈ ਤੂੰ। ਸੰਤ ਨਿੱਕਾ ਨਿੱਕਾ ਹੱਸਣ ਲੱਗ ਪਿਆ। ਕੀ ਭੀੜ ਪੈ ਗਈ ਹੁਣ? ਵੱਡੇ ਮੁੰਡੇ ਕਰਨੈਲ ਦੇ ਸਾਲੇ ਦਾ ਵਿਆਹ ਹੈ, ਤੂੰ ਸਮਝ 10,000 ਦਾ ਖਰਚ ਹੈ। ਨਿਰਨੀ ਸੰਨ ਹੈ, ਘਰੇ ਇੱਕ ਦੁਆਨੀ ਨਹੀਂ, ਅੜਿਆ ਗੱਡਾ ਕੱਢ ਹੁਣ, ਇਹ ਵੀ ਤੂੰ ਹੀ ਕੱਢੇਗਾ। ਸੰਤਾ ਸਿਆ, ਪੈਸਾ ਤੇਰੇ ਕੰਨੀ ਪਹਿਲਾਂ ਹੀ ਬਹੁਤ ਹੋਇਆ ਪਿਆ। ਕਿੰਨਾ ਹੋ ਗਿਆ? ਇਹ ਤਾਂ ਮੁਨੀਮ ਦੱਸੂ, ਹਲੇ ਆਇਆ ਨਹੀਂ, ਪਰ ਮੇਰਾ ਅੰਦਾਜ਼ਾ ਹੈ ਵਿਆਜ ਲਾ ਕੇ ਐਤਕੀ ਦੀ ਫਸਲ ਤੱਕ 2.5 ਲੱਖ ਨੇੜੇ ਪਹੁੰਚੂ। ਹੁਣ ਤੂੰ ਹਿਸਾਬ ਲਾ। ਕੀਮਤੀ ਨੇ ਆਪਣਾ ਕੰਬਲ ਮੋਢਿਆਂ ਤੋਂ ਥੱਲੇ ਤੱਕ ਸਰਕਾ ਲਿਆ। ਉਹ ਸੰਤੇ ਵੱਲ ਗਰਦਨ ਝੁਕਾ ਕੇ ਬੋਲ ਰਿਹਾ ਸੀ, ਸਾਡੇ ਕੋਲ ਤੇਰੀ ਕੋਈ ਚੀਜ਼ ਗਹਿਣੇ ਨਹੀਂ, ਨਾ ਕੋਈ ਜ਼ਮੀਨ, ਨਾ ਟੂਮਟਲ, ਨਾ ਹੋਰ ਕੁਛ। ਤੇਰੀ ਮਾਤਬਰੀ 'ਤੇ ਤੁਹਾਨੂੰ ਰਕਮ ਦੇਈ ਗਏ, ਠੀਕ ਹੈ। ਹੁਣ ਤੈਨੂੰ ਹੋਰ ਪੈਸਾ ਦੇਣ ਦੀ ਅੱਬਲ ਤਾਂ ਹੱਕ ਨਹੀਂ, ਜੇ ਟਲਦਾ ਨਹੀਂ ਤੂੰ ਜ਼ਮੀਨ ਕਰਾਉਣੀ ਪਊ, ਗਹਿਣੇ ਥੋੜ੍ਹੀ ਘਣੀ। ਕੀਮਤੀ ਲਾਲ ਨੇ ਆਪਣਾ ਕੰਬਲ ਫਿਰ ਸਿਰ ਉੱਤੋਂ ਦੀ ਕਰ ਲਿਆ। ਜਿੱਥੇ ਹੋਰ ਉੱਥੇ ਹੋਰ, ਪਹਿਲਾਂ ਵਾਲੇ ਨਾਮੇ 'ਚ ਹੋਰ ਜੋੜ ਲੈ 20,000। ਨਾ ਇਹ ਝੂਠੀ ਗੱਲ ਆ, ਐਵੇਂ ਕਹਿ ਦਿਆਂ ਮੈਂ ਤੈਨੂੰ। ਦੇਖ ਸਾਰਖਰੀ ਸੁਣ ਲੈ, ਤੇਰੇ ਘਰ ਕਾਰਜ ਹੈ, ਵਿਆਹ ਹੈ ਮੁੰਡੇ ਦੇ ਸਾਲੇ ਦਾ, ਸਰਦਾ ਨਹੀਂ ਤਾਂ ਹੀ ਆਖਿਆ, ਆਸ ਲੈ ਕੇ ਆਇਆ। ਇਹੋ ਕਰ ਵੀ 3 ਕਿੱਲੇ ਜ਼ਮੀਨ ਗਹਿਣੇ ਲਿਖਾ ਦੇ,
ਹੋਰ ਲੈ ਜਾ, 20-30 ਹਜ਼ਾਰ ਹੁਣੇ ਆ ਜਾਂਦਾ ਮੁਨੀਮ, ਲਿਖਤ ਕਰ ਲੈਂਦੇ ਹਾਂ। ਪਹਿਲਾਂ ਵਾਲੀ ਸਾਰੀ ਰਕਮ ਹੁਣ ਦਾ ਦਿੱਤਾ ਵੀ ਸਾਰਾ ਪੈਸਾ 3 ਕਿੱਲੇ ਜ਼ਮੀਨ 'ਤੇ ਆ ਜੂ, ਉਹ ਵਿਆਜ ਪੈਣੋ ਹਟ ਜੂ, ਵਿਆਜ ਪੈਣਾ ਤਾਂ ਹਟ ਜੂ, 3 ਕਿੱਲੇ ਦੀ ਫਸਲ ਵੀ ਦੇਖ, ਫਸਲ ਤਾਂ ਵਿਆਜ ਦੇ ਉੱਤੋਂ ਦੀ ਜਾਊ। ਫਿਰ ਸੰਤਾ ਪਾਸਾ ਪਰ ਬਦਲ ਕੇ ਬੋਲਿਆ, ਮੇਰੇ ਕੋਲ ਤਾਂ ਜ਼ਮੀਨ ਹੀ ਸਾਰੀ 6 ਕਿੱਲੇ ਆ, ਤੈਨੂੰ 3 ਦੇ ਕੇ ਮੇਰੇ ਕੋਲ ਤਾਂ ਫਿਰ ਅੱਧੀ ਰਹਿ ਜੂਗੀ ਨਾ, ਮੇਰਾ ਐਡਾ ਟਿੱਬਰ ਮੈਂ ਖਾਊਂਗੀ। ਉਹ ਭਾਈ ਆਪਦੀ ਗਰਜ਼ ਦੇਖਿਆ ਕਰੋ, ਫਿਰ ਪੈਸੇ ਝਾੜਾਂ ਨੂੰ ਤਾਂ ਲੱਗਦੇ ਨੇ, ਬਈ ਸੁੱਖੇ ਦੇ ਪੱਤਿਆਂ ਨੂੰ ਸੂਤ ਲਿਆਉਣੇ ਨੇ, ਗਰਜ਼ਾਂ ਘਟਾਓ ਆਪਦੀਆਂ। ਹੁਣ ਵਿਆਹ 'ਤੇ 10 ਹਜ਼ਾਰ ਕਹਿੰਦਾ ਹੈ, 5 ਨਾਲ ਵੀ ਸਰ ਸਕਦਾ। ਉਹ ਮੁੰਡਾ ਬਹੂ ਨਾਸੀ ਧੂੰਆਂ ਦੇਈ ਬੈਠੇ ਹੈ, ਕਿੱਧਰ ਜਾਵਾਂ ਮੈਂ, ਕਬੀਲਦਾਰੀ ਕੋਲ ਲੈਣ ਦੇਣ ਮੇਰੇ ਸਿਰ ਹੈ, ਮੁੰਡੇ ਨੇ ਤਾਂ ਜਵਾਨ ਹਿਲਾਤੀ ਬਸ। ਸੰਤੇ ਨੇ ਬੋਲ 'ਚ ਤਾਹਾਂ ਹੀ ਤਾਹਾਂ ਸੀ, ਚੱਲ ਤੂੰ ਐਂ ਕਰ ਲਾ ਫਿਰ, ਤੂੰ 20 ਹਜ਼ਾਰ ਮੰਗਦਾ ਨਾ, 20 ਹਜ਼ਾਰ ਲੈ ਜਾ, ਹੋਰ ਲੈ ਜਾ, ਪਰ 1 ਕਿੱਲਾ ਜ਼ਮੀਨ ਦੇ, ਆਪਾਂ ਲਿਖਤ ਕਰ ਲੈਂਦੇ ਹਾਂ, ਅਸ਼ਟਾਮ ਹੋ ਜੂ, ਸਾਰੀ ਲਿਖਤ ਪੜ੍ਹਤ, ਤੂੰ ਮੈਨੂੰ ਇਸ ਵਿੱਚ ਇਸ 1 ਕਿੱਲੇ ਦੀ ਪੈਦਾਵਾਰ ਦਿੰਦਾ ਰਹੀਂ, ਮੈਂ ਹੋਰ ਕਿਸੇ ਨੂੰ ਇਹ ਹਿੱਸੇ 'ਤੇ ਨਹੀਂ ਦਿੰਦਾ। ਚੱਲ ਨਿਬੇੜ ਫਿਰ, ਦਿੱਤੀ 1 ਕਿੱਲਾ, ਫਸਲ ਲਈ ਜਾਈਂ 20 ਹਜ਼ਾਰ ਅੱਜ ਹੀ ਦੇ ਦੇ। ਸਬਰ ਕਰ ਸਬਰ ਕਰ, ਮੁਨੀਮ ਆਉਣ ਵਾਲਾ, ਤੂੰ ਮੰਡੀ 'ਚ ਗੇੜਾ ਦੇ ਆ, 2 ਬੰਦੇ ਲੈ ਕੇ ਆ ਆਪਣੇ ਪਿੰਡ ਦੇ, ਗਵਾਹੀ ਪਵਾ ਲਾਂਗੇ, ਚੰਗੀ ਰਹਿੰਦੀ ਹੈ, ਹੋਰ ਕੀ, ਲਿਖਤ ਹੁਣ ਕਰ ਲੈਂਦੇ ਹਾਂ, ਪੈਸੇ ਦੁਪਹਿਰ ਤੋਂ ਪਿੱਛੋਂ ਮਿਲ ਜਾਣਗੇ, ਕੋਲ ਤਾਂ ਹੁੰਦੇ ਨੇ, ਤੂੰ ਸਿਆਣਾ ਹੈ, ਕਿੱਧਰੋਂ ਪ੍ਰਬੰਧ ਕਰਾਂਗੇ। ਕੀਮਤੀ ਲਾਲ ਨੇ ਟਿਕਾ ਕੇ ਸਾਰੀ ਗੱਲ ਆਖੀ, ਸੰਤਾ ਉੱਠ ਕੇ ਤੁਰ ਪਿਆ। ਉਹ 2 ਘੰਟਿਆਂ ਬਾਅਦ ਮੁੜਿਆ, ਉਹਦੇ ਨਾਲ 2 ਬੰਦੇ ਪਿੰਡ ਦੇ ਸੀ, ਅਸ਼ਟਾਮ ਦਾ ਕਾਗਜ਼ ਕੀਮਤੀ ਲਾਲ ਕੋਲ ਦੁਕਾਨ 'ਚ ਸੀ, ਅਜਿਹੇ ਕਾਗਜ਼ ਉਹ ਪਹਿਲਾਂ ਹੀ ਕਚਹਿਰੀਓਂ ਲਿਆ ਰੱਖਦਾ, ਲੋੜ ਪੈਂਦੀ ਰਹਿੰਦੀ ਸੀ, ਲਿਖਤ ਹੋ ਗਈ। ਸੰਤੇ ਨੇ ਜਦੋਂ ਅਸ਼ਟਾਮ ਉੱਤੇ ਆਪਣਾ ਅੰਗੂਠਾ ਲਾਇਆ, ਉਹਦਾ ਹੱਥ ਬੁਰੀ ਤਰ੍ਹਾਂ ਕੰਬ ਰਿਹਾ ਸੀ। ਅੰਗੂਠਾ ਲਾਉਣ ਬਾਅਦ ਉਹਦੇ ਮੂੰਹ 'ਚੋਂ 1 ਪਤਲੀ ਲਾਰ ਡਿੱਗੀ, ਜਿਹੜੀ ਉਹਦੇ ਕੰਬਦੇ ਹੱਥਾਂ ਨੂੰ ਗਿੱਲਾ ਕਰ ਗਈ। ਗਵਾਹੀ ਪਾਉਣ ਆਏ ਬੰਦੇ ਸੰਤੇ ਦੇ ਉਦਾਸ ਚਿਹਰੇ ਵੱਲ ਬਾਰ ਬਾਰ ਝਾਕਦੇ ਅਤੇ ਤਰਸ ਕਰਦੇ। ਕੀਮਤੀ ਲਾਲ ਦਾ ਮੁੰਡਾ 11-12 ਵਜੇ ਬੈਂਕ ਗਿਆ ਅਤੇ ਰਕਮ ਕਢਵਾ ਲਿਆ ਆ। ਮੁਨੀਮ ਨੇ 10-10 ਹਜ਼ਾਰ ਦੀਆਂ 2 ਗੁੱਟੀਆਂ ਨੋਟ ਗਿਣ ਕੇ ਸੰਤੇ ਨੂੰ ਫੜਾਤੀਆਂ। ਪੈਸੇ ਮਿਲਣ ਦੀ ਉਹਦੇ ਚਿਹਰੇ 'ਤੇ ਕੋਈ ਖੁਸ਼ੀ ਨਹੀਂ ਸੀ। ਕੀਮਤੀ ਲਾਲ ਨੂੰ ਰਾਮ ਰਾਮ ਆਖ ਕੇ ਉਹਦੀ ਦੁਕਾਨ 'ਚੋਂ ਬਾਹਰ ਹੋ ਗਿਆ। ਅੰਗ 8 ਕੀਮਤੀ ਲਾਲ ਤੋਂ 20 ਹਜ਼ਾਰ ਫੜ ਕੇ ਪਹਿਲਾਂ ਸਿੱਧਾ ਉਹ ਨੌਰ ਚੰਦ ਦੀ ਦੁਕਾਨ 'ਤੇ ਗਿਆ। ਨੌਰ ਦੁਕਾਨ ਉੱਤੇ ਬੈਠਾ ਇੱਕ ਮੱਖੀ ਨਾਲ ਸੰਘਰਸ਼ ਕਰ ਰਿਹਾ ਸੀ। ਉਹਦੀ ਦੁਕਾਨ 'ਤੇ 2 ਨੌਕਰ ਮੁੰਡੇ ਪਰੇ ਸੋਫੇ 'ਤੇ ਗੱਪਾਂ ਮਾਰ ਰਹੇ ਸੀ। ਮੱਖੀ ਨੌਰ ਚੰਦ ਦੇ ਨੱਕ 'ਤੇ ਆ ਬੈਠਦੀ, ਕੁਝ ਪਲ ਤਾਂ ਉਹਨੂੰ ਬੈਠੀ ਰਹਿਣ ਦਿੰਦਾ, ਫਿਰ ਨੱਕ ਕੋਲ ਲਿਜਾ ਕੇ ਹੱਥਾਂ ਦੀ ਤਾੜੀ ਮਾਰਦਾ। ਉਹਨੂੰ ਪੱਕਾ ਯਕੀਨ ਹੁੰਦਾ ਕਿ ਇਸ ਵਾਰ ਤਾਂ ਜ਼ਰੂਰ ਮੱਖੀ ਮਾਰੀ ਗਈ ਹੈ, ਪਰ ਉਹ ਹੱਥਾਂ ਦੀਆਂ ਦੋਵੇਂ ਹਥੇਲੀਆਂ ਦੇਖਦਾ, ਮੱਖੀ ਮਰੀ ਹੋਈ ਦਾ ਵਜੂਦ ਕਿਧਰੇ ਵੀ ਨਹੀਂ ਦਿਸਦਾ ਸੀ। ਅਗਲੇ ਪਲ ਉਹ ਫਿਰ ਉਹਦੇ ਨੱਕ 'ਤੇ ਕਾਇਮ ਦਾਇਮ ਬੈਠੀ ਹੁੰਦੀ। ਸੰਤੇ ਨੂੰ ਆਇਆ ਦੇਖ ਕੇ ਨੌਰ ਚੰਦ ਖੁਸ਼ ਹੋਇਆ। ਉਸ ਦਿਨ ਸਵੇਰ ਦਾ ਕੋਈ ਗਾਹਕ ਨਹੀਂ ਆਇਆ ਹੋਵੇਗਾ, ਇਹਨਾਂ ਦਿਨਾਂ 'ਚ ਜੱਟਾਂ ਕੋਲ ਪੈਸੇ ਕਿੱਥੇ ਹੁੰਦੇ ਆ, ਕੱਪੜਾ ਖਰੀਦਣ ਆਉਣ ਜਿਹੜਾ ਵੀ ਕੋਈ ਕਦੇ ਆਉਂਦਾ ਉਧਾਰ ਵਾਲਾ ਗਾਹਕ ਹੁੰਦਾ। ਨੌਰ ਚੰਦ ਉਧਾਰ ਵਾਲੇ ਗਾਹਕ ਦਾ ਵੀ ਓਨਾ ਹੀ ਸਵਾਗਤ ਕਰਦਾ, ਹੋਰ ਨਹੀਂ ਤਾਂ ਦੁਕਾਨ ਦਾ ਕਾਰੋਬਾਰ ਤਾਂ ਚੱਲਦਾ ਰਹਿੰਦਾ ਸੀ। ਇਹਨਾਂ ਦਿਨਾਂ 'ਚ ਨੌਰ ਚੰਦ ਹੱਸ ਕੇ ਸ਼ਿਕਾਇਤ ਕਰਦਾ, ਮੰਦਾ ਚੱਲ ਰਿਹਾ ਭਾਈ, ਬਸ ਇਉਂ ਸਮਝੋ ਵੀ ਨੌਕਰਾਂ ਦੀ ਤਨਖਾਹ ਪਈ ਜਾਂਦੀ ਆ ਮੁਫ਼ਤ ਦੀ, ਆਹ ਵੀ ਸੰਤਾ ਸਿਆਂ ਕਿੱਧਰ ਚੱਕਰ ਮਾਰਿਆ ਮੰਡੀ ਦਾ। ਸੰਤਾ ਜਿਵੇਂ ਕੋਈ ਧਨਾੜ ਜੱਟ ਹੋਵੇ, ਕਹਿੰਦਾ ਸੇਠ ਦੇਖ ਕੀ ਹਿਸਾਬ ਕਿਤਾਬ ਆਪਣਾ। ਨੌਰ ਚੰਦ ਨੂੰ ਉਹਦੀ ਗੱਲ ਸੁਣੀ ਨਹੀਂ, ਪੁੱਛਣ ਲੱਗਿਆ ਕੀ ਆਖਿਆ, ਨਾਮਾ ਦੱਸ ਕਿੰਨਾ ਹੈ, ਸੰਤਾ ਕੁਝ ਉੱਚਾ ਬੋਲਿਆ।
ਦੋਵੇਂ ਨੌਕਰ ਮੁੰਡੇ ਨਾਰਚੰਦ ਦੇ ਕੋਲ ਆ ਖੜੇ। ਨਾਰਚੰਦ ਨੇ ਅੱਖਾਂ ਚੌੜੀਆਂ ਕੀਤੀਆਂ ਤੇ ਹੈਰਾਨ ਹੋਇਆ, ਬੋਲਿਆ, ਨਾਵਾਂ ਪੁੱਛਣਾ ਹੈ ਕਿ ਨਹੀਂ ਬਈ? ਵਾਹ ਸੇਠਾ ਤੇਰੇ, ਦੇ ਕੇ ਜਾਊਂ। ਐ ਤੂੰ ਕੀ ਸਮਝਦਾ ਮੈਨੂੰ? ਆਪਾਂ ਕੋਈ ਨੰਗ ਜੱਟ ਥੋੜੇ ਆ। ਸੰਤੇ ਦੇ ਬੋਲ 'ਚ ਖਾਸੀ ਬਰਕਤ ਸੀ। ਮੁੰਡੇ ਨੂੰ ਆ ਕੇ ਨੌਰਚੰਦ ਨੇ ਬਹੀ ਮੰਗਾਈ, ਸੰਤਾ ਸਿੰਘ ਪਿੰਡ ਥੰਮਣ ਵਾਲੇ ਦਾ ਖਾਤਾ ਦੇਖਿਆ, ਜੋੜ ਲਾਇਆ ਪਿਆ ਸੀ। ਦੱਸਿਆ ਤਾਂ ਸੰਤੇ ਦੀਆਂ ਅੱਖਾਂ ਦੇ ਡੇਲੇ ਸਥਿਰ ਰਹਿ ਗਏ। ਕੁੱਲ ਜੋੜ 7,688 ਰੁਪਏ ਸੀ। ਸੰਤੇ ਨੇ ਆਪਣੇ ਪੁਰਾਣੇ ਧਰਾਣੇ ਕੋਟ ਦੀ ਅੰਦਰਲੀ ਜੇਬ ਦਾ ਬਕਸੂਆ ਖੋਲ੍ਹਿਆ, ਇੱਕ ਗੁੱਟੀ ਕੱਢ ਕੇ ਨੌਰਚੰਦ ਵੱਲ ਕੀਤੀ। ਦੂਜੀ ਗੁੱਟੀ ਬਕਸੂਆ ਲਾ ਕੇ ਉਹਦੀ ਦੂਜੀ ਅੰਦਰਲੀ ਜੇਬ ਸੀ। ਨੌਰਚੰਦ ਨੂੰ ਜਿਵੇਂ ਸੁਪਨਾ ਆ ਗਿਆ ਹੋਵੇ, ਇੰਨੀ ਨਿਰਣੀ ਸੰਨ 'ਚ ਜੱਟ ਕਦੋਂ ਨਿਬੜਦਾ ਹੈ? ਉਹਨੇ ਪੁੱਛਿਆ, ਪਹਿਲਾਂ ਇਹ ਦੱਸ ਸੰਤਾ ਸਿਆ, ਇਹ ਗੁੱਟੀ ਕਿੱਥੋਂ ਡਿੱਗੀ ਪਈ? ਥਿਆਈ ਹੈ ਜਾਂ ਠੱਗੀ ਮਾਰੀ ਹੈ ਕੋਈ? ਇਹਨਾਂ ਦਿਨਾਂ 'ਚ ਤਾਂ ਬੰਦਾ ਮਾਰ ਕੇ ਪੈਸਾ ਨਹੀਂ ਮਿਲਦਾ, ਤੂੰ ਕਿੱਥੋਂ ਲਿਆਇਆ ਇੰਨੇ ਨੋਟ? ਐਂ ਕਰ, ਇਹਦੇ 'ਚੋਂ 5,000 ਤੂੰ ਜਮ੍ਹਾਂ ਕਰ ਲੈ ਆਪਦਾ, ਬਾਕੀ ਫਿਰ ਹਾੜੀ ਨੂੰ ਦੇਖਾਂਗੇ। ਨੇੜੇ ਹੀ ਹੈ ਹਾੜੀ, ਹਾੜੀ 'ਚ ਕੀ ਗੋਡੇ ਰਹਿ ਗਏ? ਨੌਰਚੰਦ ਨੇ ਸਾਰੀ ਗੁੱਟੀ ਗਿਣੀ, ਫਿਰ ਗਿਣ ਕੇ ਅੱਧੇ ਨੋਟ ਸੰਤੇ ਨੂੰ ਰਬੜ 'ਚ ਬੰਨ ਕੇ ਫੜਾ ਦਿੱਤੇ। ਬਹੀ 'ਤੇ 2,688 ਦੀ ਬਾਕੀ ਕੱਢਤੀ। ਨੌਰਚੰਦ ਲਈ ਇਸ ਰੁੱਤ ਦੀ ਸਭ ਤੋਂ ਵੱਡੀ ਕਮਾਈ ਸੀ, ਸਭ ਤੋਂ ਵੱਡੀ ਉਗਰਾਹੀ ਸੀ। ਅਜੇ ਵੀ ਜਿਵੇਂ ਉਹਨੂੰ ਕੋਈ ਸੁਪਨਾ ਆ ਰਿਹਾ ਹੋਵੇ। ਮੁੰਡੇ ਨੂੰ ਕਹਿ ਕੇ ਉਹਨੇ ਸੰਤਾ ਸਿੰਘ ਲਈ ਚਾਹ ਦਾ ਗਲਾਸ ਮੰਗਾਇਆ। ਚਾਹ ਪੀ ਰਿਹਾ ਉਹ ਚੁੱਪ ਸੀ ਅਤੇ ਛੇਤੀ ਪਿੰਡ ਪਹੁੰਚ ਜਾਣ ਬਾਰੇ ਸੋਚ ਰਿਹਾ ਸੀ। ਹੋਰ ਦੱਸ, ਕੁੜਤੇ ਦਾ ਕੱਪੜਾ ਦਿਖਾਈਏ? ਨਾ, ਕੁੜਤੇ ਤਾਂ ਹੈਗੇ ਆ, ਬਸ ਕੱਪੜਾ ਕੋਈ ਨਹੀਂ ਲੈਣਾ। ਕੰਬਲ ਲੈ ਜਾ। ਕੀ ਆਹ ਦਲਤਾਂ ਵਾਲਾ ਲਈ ਫਿਰਦਾ ਸੜਿਆ ਹੋਇਆ ਬੋਦਾ ਪੂਰਾ? ਅਸਲੀ ਕੰਬਲ ਨੇ ਧਾਰੀਵਾਲ ਦੇ। ਨੌਰਚੰਦ ਨੇ ਮੁੰਡੇ ਨੂੰ ਇਸ਼ਾਰਾ ਕੀਤਾ। ਮੁੰਡਾ ਪਲਾਂਛਣਾ ਅੰਦਰ ਹੀ ਕੰਬਲਾਂ ਦਾ ਥੱਬਾ ਭਰ ਕੇ ਲੈ ਆਇਆ। ਨੌਰਚੰਦ ਅੱਗੇ ਢੇਰੀ ਲਾ ਦਿੱਤੇ। ਦੇਖ, ਰਜਾਈ ਲੈਣ ਦੀ ਲੋੜ ਨਹੀਂ, ਉੱਤੇ ਲਓ ਚਾਹੇ ਥੱਲੇ ਵਿਛਾ ਲਓ। ਉਹਨੇ ਕੰਬਲ ਖੋਲ੍ਹ ਕੇ ਸੰਤੇ ਦੇ ਪੱਟਾਂ 'ਤੇ ਫੈਲਾ ਦਿੱਤੇ। ਸੰਤੇ ਨੂੰ ਜਿਵੇਂ ਨਿੱਘ ਚੜ੍ਹਨ ਲੱਗਿਆ ਹੋਵੇ। ਉਹਨੂੰ ਆਪਣੇ ਪਾਟੇ ਪੁਰਾਣੇ ਕੰਬਲ ਤੋਂ ਵਾਕਈ ਕੱਚੇ ਆਣ ਆਈ। ਮੁੱਲ ਪੁੱਛਿਆ। ਨੌਰਚੰਦ ਨੇ ਜਵਾਬ ਦਿੱਤਾ, ਮੁੱਲ ਪੁੱਛਣ ਦੀ ਲੋੜ ਨਹੀਂ, ਲੱਗੇ ਮੁੱਲ ਹੀ ਲਾ ਦੇਵਾਂਗੇ। ਲਿਆ ਬਿੱਲ ਦਿਖਾ ਓਏ ਮੁੰਡਿਆ। ਨੌਕਰ ਨੌਰਚੰਦ ਨੇ ਬਿੱਲ ਦਿਖਾਇਆ, ਪਰ ਸੰਤਾ ਤਾਂ ਅਨਪੜ੍ਹ ਸੀ। 900 ਰੁਪਏ ਸੁਣ ਕੇ ਸੰਤੇ ਨੇ ਕੰਬਲ ਪੱਟਾਂ ਤੋਂ ਪਰੇ ਕਰਤਾ। ਕੀ ਗੱਲ, ਬੰਨਦੇ ਆ ਇੱਕ ਨਾ? ਸੰਤਾ ਉੱਠਣ ਲੱਗਿਆ। ਹੋਰ ਸੇਵਾ? ਨੌਰਚੰਦ ਨੇ ਹੱਥ ਜੋੜੇ। ਸੰਤੇ ਨੇ ਦੁਕਾਨ ਵੱਲ ਇੱਧਰ ਉੱਧਰ ਨਿਗਾਹ ਮਾਰੀ। ਫਰਸ਼ ਤੋਂ ਛੱਤਣ ਤੱਕ ਕੱਪੜੇ ਹੀ ਕੱਪੜੇ, ਅਲਮਾਰੀਆਂ ਭਰੀਆਂ ਪਈਆਂ ਸੀ। ਉਹਦਾ ਚਿੱਤ ਕੀਤਾ ਉਹ ਸਿਰ ਦੀ ਪੱਗ ਲੈ ਲਵੇ। ਨੌਰਚੰਦ ਦੀ ਨਜ਼ਰ ਬੜੇ ਗੌਹ ਨਾਲ ਉਹਦੇ ਚਿਹਰੇ 'ਤੇ ਘੁੰਮ ਰਹੀ ਸੀ ਲਗਾਤਾਰ। ਚੰਗਾ ਸਾਫਾ ਦਿਖਾ ਕੋਈ। ਸਾਫਾ ਕੀ, ਪਗੜੀ ਜਾਂ ਦੁਪੱਟਾ? ਸੰਤੇ ਨੇ ਸਿਰ ਵੱਲ ਹੱਥ ਕੀਤਾ। ਪੱਗ ਰੂਬੀਆ ਜਾਂ ਮਲਮਲ? ਨੌਰਚੰਦ ਨੇ ਪੁੱਛਿਆ। ਉਹ ਬਸ ਸਿਰ 'ਤੇ ਬੰਨਣ ਵਾਲੀ ਕੋਈ ਹੋਵੇ। ਰੂਬੀਆ ਦੇ ਹੋਏ, ਮਲਮਲ ਨੂੰ ਮਾਵਾ ਦਵਾਉਣ ਦੀ ਦਾ ਜੱਬ ਰਹਿੰਦਾ। ਹਾਂ, ਉਹੀ, ਮਾਵਾ ਨਾ ਦਵਾਉਣਾ ਪਏ। ਨੌਰਚੰਦ ਨੇ ਮਿਣ ਕੇ 5 ਮੀਟਰ ਪਾੜਤੀ। ਮੁੰਡੇ ਨੂੰ ਤੈਅ ਕਰਕੇ ਦੇਣ ਲਈ ਆਖਿਆ, ਮੁੰਡਿਆਂ ਵਾਲਾ ਸਮੋਸਾ ਦੇ ਇੱਕ। ਸੰਤੇ ਨੇ ਜਿਵੇਂ ਯਾਦ ਆਇਆ ਹੋਵੇ, ਚਾਰ ਖਾਨਾ ਫੜਾ ਹੋਏ ਵਧੀਆ ਜਿਹਾ। ਨੌਰਚੰਦ ਖੁਸ਼ ਸੀ ਵੀ ਕੁਛ ਤਾਂ ਹੋਰ ਲਿਜਾ ਰਿਹਾ ਹੈ, ਤੇੜ ਬੰਨਣ ਨੂੰ ਚੰਗਾ ਰਹਿੰਦਾ ਇਹ। ਨਹਾ ਕੇ ਪਿੰਡਾਂ ਪੁੰਜਣ ਨੂੰ ਵੀ, ਸਿਰ ਨੂੰ ਬੰਨ ਕੇ ਬੰਨ ਲੈ ਚਾਹੇ ਮੋਢਿਆਂ 'ਤੇ ਲਈ, ਫਿਰ ਸਾਰਾ ਕੰਮ ਦਿੰਦਾ ਸਮੋਸਾ। ਅੱਗੇ ਤਾਂ ਖੱਦਰ ਹੁੰਦਾ, ਹੁਣ ਚਾਰ ਖਾਨੇ ਠੀਕ ਹੈ। ਸੰਤਾ ਖੁੱਲ੍ਹ ਰਿਹਾ ਸੀ। ਪਗੜੀ ਉਹਨੇ 2 ਮੀਟਰ ਦੁਪੱਟੇ ਲੜ ਬੰਨੀ, ਉੱਠ ਖੜਾ, ਕਹਿੰਦਾ ਮੁੰਡੇ ਦੇ ਸਾਲੇ ਦਾ ਵਿਆਹ ਹੈ। ਅੱਛਾ ਅੱਛਾ, ਧੰਨ ਭਾਗ ਧੰਨ ਭਾਗ। ਨੌਰਚੰਦ ਰੋਜ਼ ਨਾਮਚੇ 'ਚ
ਸੰਤੇ ਦਾ ਨਾਂ ਲਿਖ ਰਿਹਾ ਸੀ। ਸੰਤੇ ਨੇ ਇਹ ਨਹੀਂ ਪੁੱਛਿਆ ਵੀ ਪਗੜੀ ਅਤੇ ਦੁਪੱਟੇ ਦੇ ਕਿੰਨੇ ਪੈਸੇ ਹੋ ਗਏ। ਫਿਰ ਨੌਰ ਨੇ ਪੁੱਛਿਆ ਕਿਹੜੇ ਮੁੰਡੇ ਦੇ ਸਾਲੇ ਦਾ ਵਿਆਹ, ਜੈਲੇ ਦਾ ਜਾਂ ਕੈਲੇ ਦੇ ਸਾਲੇ ਦਾ? ਕਰਨੈਲ ਦੇ ਸਾਲੇ ਦਾ। 20 ਦਿਨ ਰਹਿ ਗਏ ਬਸ, ਦਿਆਲੋ ਅਤੇ ਬਹੂ ਆਉਣਗੀਆਂ, ਕੱਪੜਾ ਲੈ ਕੇ ਜਾਣਗੀਆਂ, ਜਿਹੜਾ ਕਹਿਣਗੀਆਂ ਦੇ ਦੀ, ਭਾਅ ਠੀਕ ਲਾਈ, ਐਵੇਂ ਨਾ ਪੱਥਾ ਪਾ ਦੀ। ਉਹ ਅੱਗੇ ਕਦੇ ਲਾਇਆ ਤੈਨੂੰ ਵੱਧ ਭਾਅ? ਰੇਟ ਆਪਣੀ ਦੁਕਾਨ ਦਾ ਸਾਰਿਆਂ ਤੋਂ ਘੱਟ ਹੁੰਦਾ, ਰੋਡੂ ਸ਼ਾਹ ਸਾਰੇ 'ਚ ਦੇਖ ਲੈ ਬੇਸ਼ੱਕ ਦੀ। ਫਿਰ ਨੌਰਚੰਦ ਹੱਸਣ ਲੱਗ ਪਿਆ। ਸੰਤਾ ਸਿਆ ਤੂੰ ਕੋਈ ਨਵਾਂ ਗਾਹਕ ਹੈ ਸਾਡਾ, ਇੰਨੇ ਸਾਲ ਦਾ ਵਾਹ ਹੈ ਆਪਣਾ, ਕਦੇ ਸ਼ਿਕਾਇਤ ਨਹੀਂ ਆਊਗੀ। ਚੰਗਾ, ਆਉਣਗੀਆਂ ਉਹ। ਪਗੜੀ ਵਾਲਾ ਦੁਪੱਟਾ ਮੋਢੇ ਲਟਕਾਉਂਦਾ ਸੰਤਾ ਦੁਕਾਨ ਦੀਆਂ ਪੌੜੀਆਂ ਉਤਰ ਗਿਆ ਸੀ। ਦੁਕਾਨ ਤੋਂ ਬਾਹਰ ਆ ਕੇ ਉਹਨੇ ਅਸਮਾਨ ਵੱਲ ਦੇਖਿਆ। ਦਿਨ ਥੋੜ੍ਹਾ ਹੀ ਰਹਿੰਦਾ ਲੱਗਦਾ ਸੀ। ਉਹਨੇ ਅੰਦਾਜ਼ਾ ਲਾਇਆ ਥੰਮਣ ਵਾਲੇ ਨੂੰ ਜਾਣ ਵਾਲੀ ਕੋਈ ਨਾ ਕੋਈ ਮਿੰਨੀ ਬੱਸ ਮਿਲ ਜਾਏਗੀ, ਟੈਂਪੂ ਵੀ ਕੋਈ ਖੜਾ ਹੋਏਗਾ। ਰਾਹ 'ਚ ਸੜਕ 'ਤੇ ਇੱਕ ਰਿਉੜੀਆਂ ਪਤਾਸਿਆਂ ਦੀ ਦੁਕਾਨ 'ਚੋਂ ਗੁੜ ਕੜਨ ਦੀ ਮਿੱਠੀ ਅਤੇ ਤਿੱਖੀ ਵਾਸ਼ਨਾ ਆ ਰਹੀ ਸੀ। ਉਹਨੇ 1 ਕਿਲੋ ਗੁੜ ਦੀਆਂ ਰਿਉੜੀਆਂ ਅਤੇ 1/2 ਕਿਲੋ ਕਚਕ ਤਲਵਾ ਲਈ। ਉਹਦੇ ਦਿਲ ਨੇ ਉਛਾਲ ਖਾਧਾ ਸੀ। ਮੰਡੀ ਆਏ ਹਾਂ, ਜਵਾਕਾਂ ਨੂੰ ਕੁਛ ਲੈ ਆਏ ਤਾਂ ਚੱਲੀਏ। ਉਹਨੇ ਜੇਬ ਦਾ ਇੱਕ ਬਕਸੂਆ ਖੋਲ੍ਹਿਆ, 100 ਦਾ ਇੱਕ ਨੋਟ ਕੱਢ ਕੇ ਬੜੇ ਮਾਣ ਨਾਲ ਦੁਕਾਨਦਾਰ ਨੂੰ ਫੜਾ ਦਿੱਤਾ। ਬਾਕੀ ਨੋਟ ਦੁਕਾਨਦਾਰ ਨੇ ਮੋੜ ਤੇ, ਨੋਟ ਉਹਨੇ ਬਕਸੂਏ ਵਾਲੀ ਜੇਬ 'ਚ ਨਹੀਂ ਪਾਏ, ਕੁੜਤੇ ਦੀ ਜੇਬ 'ਚ ਪਾ ਲਏ। ਜਦੋਂ ਪਿੰਡੋਂ ਆਇਆ ਸੀ ਉਹਦੀ ਜੇਬ 'ਚ 5-10 ਰੁਪਏ ਸੀ। ਹੁਣ ਤਾਂ ਉਹ ਸ਼ਾਹ ਸੀ, ਹੁਣ ਤਾਂ ਉਹਦੀਆਂ ਜੇਬਾਂ 'ਚ ਨੋਟ ਹੀ ਨੋਟ ਸੀ। ਦੁਪੱਟੇ ਦੇ ਦੂਜੇ ਲੜ ਰਿਉੜੀਆਂ ਅਤੇ ਗੱਚਕ ਵਾਲਾ ਲਿਫਾਫਾ ਬੰਨ ਕੇ ਉਹ ਕਾਹਲ ਨਾਲ ਮਿੰਨੀ ਬੱਸਾਂ ਦੇ ਅੱਡੇ ਵੱਲ ਤੁਰਨ ਲੱਗਿਆ। ਸ਼ਰਾਬ ਦਾ ਠੇਕਾ ਅੱਡੇ ਵਿੱਚ ਸੀ, ਉਹਨੇ ਦੇਸੀ ਸ਼ਰਾਬ ਦਾ ਇੱਕ ਅਧੀਆ ਵੀ ਛੇਤੀ ਦੇ ਕੇ ਲੈ ਲਿਆ। ਪਗੜੀ ਵਾਲੇ ਪਾਸੇ ਗੰਢ ਵਿੱਚ ਦੇ ਲਿਆ। ਉਹਨੇ ਦਿਲ ਕਰੜਾ ਕੀਤਾ ਸੀ, ਅੱਜ ਪੀਵਾਂਗੇ, ਨਾ ਪੀਤੀ ਤਾਂ ਨੀਂਦ ਨਹੀਂ ਆਉਣੀ। ਮਿੰਨੀ ਬੱਸ ਤਿਆਰ ਖੜ੍ਹੀ ਸੀ, ਕੋਈ ਸੀਟ ਖਾਲੀ ਨਹੀਂ ਸੀ। ਉਹ ਇੱਕ ਨੌਜਵਾਨ ਦਾ ਪਾਸਾ ਮਰਵਾ ਕੇ ਥੋੜ੍ਹੀ ਜਿਹੀ ਥਾਂ 'ਤੇ ਬੈਠ ਗਿਆ। ਅਸੀਸ ਦਿੱਤੀ, ਬਸ ਜਿਉਂਦਾ ਰਹਿ, ਸ਼ਾਬਾਸ਼। ਪਿੰਡ ਉਤਰ ਕੇ ਉਹ ਘਰ ਨੂੰ ਨਹੀਂ ਗਿਆ। ਖਾਸ ਆਥਣ ਸੀ, ਕਸਤੂਰੀ ਦੀ ਹੱਟ ਵੱਲ ਹੋ ਲਿਆ। ਸੋਚਿਆ ਇਹਦਾ ਵੀ ਨਿਬੇੜੀ ਚੱਲੀਏ, ਐਵੇਂ ਭਾਰ ਚੱਕੀ ਫਿਰਦੇ ਹਾਂ। ਮੰਡੀ ਜਾ ਕੇ ਆਇਆ ਲੱਗਦਾ। ਗਾਹਕਾਂ ਵਿੱਚ ਘਿਰੇ ਬੈਠੇ ਕਸਤੂਰੀ ਨੇ ਉਹਨੂੰ ਬੁਲਾਇਆ। ਹੋਰ ਕਸਤੂਰੀ ਲਾ ਲਾ ਕੰਮ ਜੇ ਸੀ, 1-2 ਉੱਥੇ ਦਿਨ ਛਿਪ ਗਿਆ। ਸੰਤਾ ਉਹਦੇ ਕੋਲ ਜੇ ਹੋ ਕੇ ਬੈਠ ਗਿਆ। ਸਮੋਸੇ ਦੇ ਦੋਵੇਂ ਲੜ ਬੁੱਕਲ 'ਚ ਰੱਖ ਲਏ। ਕਸਤੂਰੀ ਉਹਦੇ ਸੌਦੇ ਵੱਲ ਝਾਕਿਆ, ਪੁੱਛਿਆ ਕੀ ਖਰੀਦ ਲਿਆਂਦਾ ਮੰਡੀਓ? ਇਹ ਤਾਂ ਐਵੇਂ ਇੱਕ ਸਾਫ ਹੈ, ਬਾਕੀ ਰਿਉੜੀਆਂ ਪਤਾਸੇ ਸਮਝ ਜਵਾਕਾਂ ਲਈ। ਸੇਵਾ ਦੱਸ, ਕਸਤੂਰੀ ਨੇ ਸੋਚਿਆ ਇਹ ਕੋਈ ਨਿੱਕੀ ਮੋਟੀ ਚੀਜ਼ ਲੈ ਕੇ ਜਾਏਗਾ, ਪਰ ਸੰਤੇ ਦੇ ਬੋਲ ਸੁਣ ਕੇ ਉਹਦੀ ਤੱਕੜੀ ਥੰਮ ਗਈ। ਸੰਤਾ ਕਹਿੰਦਾ ਆਪਣਾ ਨਾਵਾਂ ਦੇਖ ਕਸਤੂਰੀ ਲਾਲ। ਨਾਵਾਂ ਉਦੋਂ ਪੁੱਛੀ ਜਦੋਂ ਕੋਈ ਹਿਸਾਬ ਕਿਤਾਬ ਨਿਬੇੜਨਾ ਹੋਇਆ, ਹੁਣ ਇਹ ਨਾਵਾਂ ਪੁੱਛ ਕੇ ਕੀ ਕਰਨਾ? ਹਾਲੇ ਤਾਂ ਫਸਲ ਦੂਰ ਖੜੀ ਆ। ਨਹੀਂ, ਫਸਲ ਤਾਂ ਆ ਗਈ, ਅੱਜ ਤੈਨੂੰ ਥੋੜ੍ਹੇ ਘਣੇ ਦੇ ਕੇ ਜਾਊਂਗਾ। ਕਸਤੂਰੀ ਲਾਲ ਦੀਆਂ ਅੱਖਾਂ ਚਿਰਾਗਾਂ ਵਾਂਗ ਬਲਣ ਲੱਗੀਆਂ। ਬੋਲਿਆ, ਅੱਛਾ ਤਾਂ ਜਰਾਂਦ ਕਰ ਥੋੜ੍ਹਾ ਚਿਰ, ਮੈਂ ਆਹ 2-4 ਜਵਾਕ ਤੋਰ ਦਿਆਂ। ਨਾਲ ਦੀ ਨਾਲ ਉਹਨੇ ਨੌਕਰ ਮੁੰਡੇ ਨੂੰ ਕਿਹਾ ਵੀ ਉਹ ਪੁਰਾਣਾ ਖਾਤਾ ਕੱਢ ਕੇ ਲਿਆਵੇ। ਜਦੋਂ ਸਾਰੇ ਗਾਹਕ ਸੌਦਾ ਲੈ ਕੇ ਤੁਰ ਗਏ ਤਾਂ ਬਹੀ ਫਰੋਲ ਕੇ ਕਸਤੂਰੀ ਨੇ ਸੰਤਾ ਸਿੰਘ ਦਾ ਖਾਤਾ ਦੇਖਿਆ। ਬੋਲਿਆ, 6,000 ਤੋਂ ਉੱਤੇ ਨੇ ਕੁਛ ਰੁਪਏ, 2-4 ਐਟਮਾਂ ਹੋਰ ਵੀ ਲਿਖਣ ਵਾਲੀਆਂ ਰਹਿੰਦੀਆਂ ਹੋਣਗੀਆਂ। ਸੰਤੇ ਨੇ ਮਨ 'ਚ ਵੱਡੀ ਬਹੂ ਨੂੰ 1-2 ਕਰਾਰੀਆਂ ਦੀਆਂ ਗਾਲਾਂ ਕੱਢੀਆਂ। ਦਿਆਲੋ ਉੱਤੇ ਪੂਰਾ ਖਿਜਿਆ, ਗੁਣ-ਗੁਣ ਕੀਤੀ, ਕੁਛ ਨਾ ਕੁਛ ਮੰਗਵਾਉਂਦੀਆਂ ਹੀ ਰਹਿਣਗੀਆਂ ਭੈਣ ਗੜਾਵੇ ਦੀਆਂ, ਜਵਾਕ ਭੇਜ ਕੇ। ਉਹ ਬੜਵਾਏ ਬੋਲਿਆ, ਸੋਹਣੀ ਨੂੰ ਯਾਰ ਕਸਤੂਰੀ, ਮੈਂ ਸਾਰਾ ਨਿਬੇੜ ਕੇ ਗਿਆ, ਥੋੜ੍ਹੇ ਘਣੇ ਪੈਸੇ ਹੀ ਰਹਿੰਦੇ ਹੋਣਗੇ। ਇਹ 4-5 ਮਹੀਨਿਆਂ 'ਚ ਹੀ ਕਾਹਦੇ ਹੋ ਗਏ ਇੰਨੇ? ਸੁੱਖ ਨਾਲ ਐਡਾ ਟੱਬਰ ਹੈ, ਸਰਦਾਰ ਹੈ, ਦਿਵਾਲੀ ਦੇ ਸੌਦੇ ਤੋਂ ਫਿਰ ਸ਼ੁਰੂ ਹੋ ਗਿਆ ਸੀ। ਦੱਸਾਂ ਕੀ ਗਿਆ? ਕਸਤੂਰੀ ਨੇ ਐਟਮਾਂ ਪੜ੍ਹਨੀਆਂ ਸ਼ੁਰੂ ਕਰਤੀਆਂ, ਨਾਲ ਦੀ ਨਾਲ ਪੈਸੇ ਵੀ ਦੱਸੀ ਜਾ ਰਿਹਾ ਸੀ।
ਪੰਜ ਸੱਤ ਸੌਦੇ ਹੀ ਗਿਣਾਏ ਕਿ ਸੰਤਾ ਕਹਿੰਦਾ ਬਸ ਛੱਡ ਯਾਰ, ਤੂੰ ਕੋਈ ਝੂਠ ਤਾਂ ਨਹੀਂ ਲਿਖਿਆ, ਜੇ ਲੈ ਕੇ ਗਏ ਤਾਂ ਹੀ ਇੱਥੇ ਲਿਖਿਆ ਹੋਇਆ ਹੈ। ਸੰਤੇ ਨੇ ਆਪਣੇ ਕੋਟ ਦੀ ਅੰਦਰਲੀ ਦੂਜੀ ਜੇਬ ਦਾ ਬਕਸੂਆ ਖੋਲ੍ਹਿਆ, 10,000 ਦੀ ਗੁੱਟੀ ਕਸਤੂਰੀ ਦੀਆਂ ਅੱਖਾਂ ਮੂਹਰੇ ਕਰਤੀ, ਕਹਿੰਦਾ ਇਹਦੇ 'ਚ ਅੱਧੇ ਰੱਖ ਲੈ। ਕਸਤੂਰੀ ਨੇ 5,000 ਗਿਣ ਕੇ ਸੰਤੇ ਨੂੰ ਵਾਪਸ ਮੋੜਤਾ, 5,000 ਗਿਣ ਕੇ ਆਪਣੇ ਗੱਲੇ 'ਚ ਸੁੱਟ ਲਿਆ। ਸੰਤੇ ਦੇ ਖਾਤੇ 'ਚ ਲਿਖਤਾ ਕਿ 5,000 ਆ ਗਿਆ, ਤਰੀਕ ਪਾਤੀ, ਬਾਕੀ ਨਹੀਂ ਕੱਢੀ ਕਿਉਂਕਿ ਆਈਟਮਾਂ ਲਿਖਣੀਆਂ ਅਜੇ ਰਹਿੰਦੀਆਂ ਸੀ। ਸੰਤੇ ਨੂੰ ਕੀਮਤੀ ਲਾਲ ਦੀ ਦੁਕਾਨ 'ਤੇ ਲੱਗਿਆ ਸੀ ਜਿਵੇਂ 1 ਕਿੱਲਾ ਜ਼ਮੀਨ ਗਹਿਣੇ ਦੇ ਕੇ ਉਹਨੇ ਆਪਣਾ ਕਾਲਜਾ ਵੱਢ ਕੇ ਦੇ ਦਿੱਤਾ ਹੋਵੇ। ਜ਼ਮੀਨ ਜੱਟ ਦਾ ਕਾਲਜਾ ਹੀ ਤਾਂ ਹੁੰਦੀ ਹੈ। ਫਿਰ ਨੌਰ ਚੰਦ ਦੇ ਜਿਹੜੇ 5,000 ਦਿੱਤਾ ਉਹ ਵੀ ਜਿਵੇਂ ਕਾਲਜਾ ਵੱਢ ਕੇ ਉਹ ਦੇ ਆਇਆ, ਹੁਣ ਇੱਥੇ ਕਸਤੂਰੀ ਦੀ ਦੁਕਾਨ ਵਿੱਚ ਵੀ ਉਹਦਾ ਕਾਲਜਾ ਵੱਢ ਕੇ ਦਿੱਤਾ। ਸਾਬਣ ਦੀ ਟਿੱਕੀ ਦੇ ਕੋਈ ਚੰਗੀ ਜੀ ਪਿੰਡੇ ਨਹਾਉਣ ਵਾਲੀ, ਸੰਤੇ ਨੇ ਖੜ੍ਹਾ ਹੋ ਕੇ ਦਿਲ ਦਾ ਗੁਬਾਰ ਰੋਕਿਆ। ਨੌਕਰ ਮੁੰਡੇ ਨੇ 3 ਕਿਸਮ ਦੀਆਂ ਸਾਬਣਾਂ ਲਿਆ ਕੇ ਰੱਖ ਦਿੱਤੀਆਂ। ਕਸਤੂਰੀ ਕਹਿੰਦਾ ਦੇਖ ਕਿਹੜੀ ਲੈਣੀ ਹੈ, ਇਹ 15 ਦੀ ਹੈ, ਆ 20 ਦੀ ਹੈ, 24 ਦੀ, ਆ 24 ਵਾਲੀ ਦੇ ਫਿਰ, ਨਿੱਕਾ ਕਿਉਂ ਕੱਤਣਾ। ਸੰਤੇ ਨੇ ਹੌਸਲਾ ਦਿਖਾਇਆ, ਘਰ ਜਾ ਕੇ ਪਹਿਲਾਂ ਆਪਣੀ ਬੈਠਕ 'ਚ ਗਿਆ। ਇਹ ਜੋਰੇ ਵਾਲੇ ਹਿੱਸੇ ਦੀ ਬੈਠਕ ਸੀ, ਮੰਜੇ ਉੱਤੇ ਸਿੱਧਾ ਸਤੌਲ ਪੈ ਕੇ ਛੱਤ ਵੱਲ ਝਾਕਣ ਲੱਗਿਆ। ਬਿਜਲੀ ਦਾ ਬੱਲਬ ਉਹਨੇ ਜਗਾ ਲਿਆ ਸੀ, ਉਹ ਕਮਰੇ ਦੀ ਛੱਤ ਵੱਲ ਲਗਾਤਾਰ ਝਾਕੀ ਜਾ ਰਿਹਾ ਸੀ, ਪਤਾ ਨਹੀਂ ਕੀ ਸੋਚ ਰਿਹਾ ਹੋਵੇਗਾ। ਫਿਰ ਉੱਠਿਆ, ਬਿਜਲੀ ਦਾ ਬੱਲਬ ਬੁਝਾ ਦਿੱਤਾ, ਮਲਕ ਦੇ ਕੇ ਬੈਠਕ 'ਚੋਂ ਬਾਹਰ ਹੋਇਆ ਅਤੇ ਟੂਟੀ ਤੋਂ ਪਾਣੀ ਦੀ ਗੜਵੀ ਭਰ ਲਿਆਇਆ। ਕੱਚ ਦਾ ਗਲਾਸ ਬੈਠਕ ਦੀ ਅਲਮਾਰੀ 'ਚ ਪਿਆ ਸੀ, ਸਮੋਸੇ ਲੜੋਂ ਅਧੀਆ ਕੱਢਿਆ, ਗਲਾਸ ਗਲਗਸਾ ਕਰ ਲਿਆ, ਫਿਰ ਪਾਣੀ ਨਾਲ ਭਰ ਕੇ ਉਹਨੇ ਇੱਕ ਘੁੱਟ ਭਰੀ। ਸ਼ਰਾਬ ਉਹਨੂੰ ਕੌੜੀ ਲੱਗੀ, ਉਹਨੇ ਅੱਖਾਂ ਮੀਟ ਕੇ ਸਿਰ ਇੱਧਰ ਉੱਧਰ ਫੇਰਿਆ, ਗਲਾਸ ਮੇਜ਼ 'ਤੇ ਧਰਤਾ। ਗਲੀ ਦੀ ਲਾਈਟ ਦਾ ਮੱਧਮ ਜਿਹਾ ਚਾਨਣ ਬੈਠਕ ਅੰਦਰ ਆ ਰਿਹਾ ਸੀ। ਇੱਕ ਘੁੱਟ ਹੋਰ ਲੈ ਕੇ ਉਹ ਬੈਠਕ 'ਚ ਇੱਧਰ ਉੱਧਰ ਗੇੜੇ ਕੱਢਣ ਲੱਗਿਆ। ਇਸ ਵਾਰ ਦਾਰੂ ਘੱਟ ਕੌੜੀ ਸੀ, 2 ਗੇੜੇ ਹੀ ਦਿੱਤੇ ਕਿ ਉਹਨੇ ਗਲਾਸ ਨੂੰ ਜਾ ਹੱਥ ਪਾਇਆ ਅਤੇ ਚਰੜ ਚਰੜ ਕਰਕੇ ਗਲਾਸ ਖਾਲੀ ਕਰਤਾ। ਮੰਜੇ ਉੱਤੇ ਫਿਰ ਲਿਟ ਗਿਆ। ਉਹ ਸੋਚਣ ਲੱਗਿਆ, ਉਹਦੀ ਕਬੀਲਦਾਰੀ ਚਾਹੇ ਕਿੰਨੀ ਵੀ ਖਿੰਡ ਗਈ ਸੀ, ਪਰ ਉਹਨੇ ਜ਼ਮੀਨ ਕਦੇ ਵੀ ਗਹਿਣੇ ਨਹੀਂ ਧਰੀ ਸੀ। ਅੱਜ 1 ਕਿੱਲਾ ਲਿਖਵਾ ਕੇ ਉਹ ਕੋਈ ਪਾਪ ਕਰ ਆਇਆ, ਪਿਓ ਦਾਦੇ ਦੀ ਜਾਇਦਾਦ ਬੇਗਾਨੇ ਹੱਥ ਫੜਾ ਆਇਆ, ਉਹ ਕਿੰਨਾ ਨਿਕੰਮਾ, ਚਾਹੇ 1 ਸਾਲ ਕਿਸੇ ਨੂੰ ਪਤਾ ਨਹੀਂ ਲੱਗੇਗਾ ਵੀ ਇਹ 1 ਕਿੱਲਾ ਗਹਿਣੇ ਹੈ। ਕੀਮਤੀ ਲਾਲ ਨੂੰ ਤਾਂ ਫਸਲ ਦਾ ਹਿੱਸਾ ਹੀ ਜਾਇਆ ਕਰੂ, ਪਰ ਉਹਨੂੰ ਆਪ ਨੂੰ ਤਾਂ ਪਤਾ ਹੈ ਕਿ 1 ਕਿੱਲਾ ਹੁਣ ਕੀਮਤੀ ਲਾਲ ਦਾ ਹੈ। ਉਹ ਜਦੋਂ ਮਰਜ਼ੀ ਜ਼ਮੀਨ ਕਿਸੇ ਹੋਰ ਜੱਟ ਨੂੰ ਹਿੱਸੇ 'ਤੇ ਦੇ ਸਕੇਗਾ, ਸਾਰੀ ਉਮਰ ਘੱਟਾ ਢੋਂਦਾ ਮਰ ਗਿਆ, ਫਿੱਟੇ ਮੂੰਹ ਜਿਹੀ ਕਮਾਈ ਦਾ। ਜਦੋਂ ਕਰਨੈਲ ਜੰਮਿਆ ਸੀ ਉਹਨੂੰ ਕਿੰਨੀ ਖੁਸ਼ੀ ਹੋਈ ਸੀ, ਜਿਵੇਂ ਜੰਗ ਜਿੱਤ ਲਈ ਹੋਵੇ। ਕਿੱਡਾ ਵੱਡਾ ਹੌਸਲਾ ਸੀ, ਕਿੰਨਾ ਵਧੀਆ ਸਹਾਰਾ ਸੀ, ਇਹ ਮੁੰਡਾ ਵੱਡਾ ਹੋ ਕੇ ਘਰ ਦੀ ਕਬੀਲਦਾਰੀ ਸੰਭਾਲੂਗਾ, ਇੰਨੀ ਕਮਾਈ ਕਰੂਗਾ, ਘਰ ਦੇ ਸਾਰੇ ਰੋਣ ਧੋਣੇ ਧੋ ਕੇ ਰੱਖ ਦੂਗਾ। ਜਵਾਨੀ ਪਹਿਰੇ ਉਹਨੇ ਆਪ ਕਿੰਨਾ ਕੰਮ ਕੀਤਾ ਸੀ, ਜੋਰਾ ਤਾਂ ਸਾਲਾ ਪਹਿਲੇ ਦਿਨੋਂ ਲੰਡੇ ਚੋਰ ਉੱਤੇ ਰਹਿੰਦਾ ਸੀ, ਕਦੇ ਖੇਤ ਚਲਾ ਗਿਆ, ਕਦੇ ਨਾ ਗਿਆ, ਰੁੱਸ ਕੇ ਹੀ ਬੈਠ ਜਾਂਦਾ। 12 ਕਿੱਲੇ ਦੀ 12 ਕਿੱਲੇ ਉਹ ਇਕੱਲਾ ਕਰਦਾ, ਫਿਰ ਅੱਡ ਹੋ ਕੇ ਬਹਿ ਗਿਆ, ਵਿਆਹ ਕਰਵਾ ਲਿਆ, ਮੇਰੇ ਕੋਲ ਜ਼ਮੀਨ ਅੱਧੀ ਰਹਿ ਗਈ, ਪਰ ਕਬੀਲਦਾਰੀ ਓਡੋ ਕੈਡ ਸੀ। ਕਰਨੈਲ ਜੰਮੇ ਤਾਂ ਉਹਨੂੰ ਲੱਗਿਆ ਜਿਵੇਂ ਉਹਦਾ ਦੂਜਾ ਭਰਾ ਜੰਮ ਪਿਆ ਹੋਵੇ, ਪਰ ਉਹਦਾ ਵੱਡਾ ਹੋਏ ਤਾਂ ਉਹ ਦੋਵੇਂ ਕਬੀਲਦਾਰੀ ਨੂੰ ਵਾਹਣੀ ਪਾ ਲੈਣਗੇ, ਫਿਰ ਤਾਂ ਉਹ 2 ਹੋ ਗਏ। ਜੈਲਾ ਜੰਮਿਆ ਸੀ, ਜੈਲਾ ਜੰਮੇ ਤੋਂ ਉਹਨੂੰ ਲੱਗਿਆ ਜਿਵੇਂ ਉਹਦੇ 1 ਕਿੱਲੇ ਵੱਧ ਗਏ ਹੋਣ, ਹੁਣ ਦੋਵੇਂ ਭਰਾ ਦੱਬ ਕੇ ਵਾਹੀ ਕਰਨਗੇ, ਘਰ 'ਚ ਇੰਨੀ ਫਸਲ ਆਇਆ ਕਰੂ, ਉਹਨੂੰ ਆਪਣੇ ਮਾੜੇ ਦਿਨ ਭੁੱਲ ਜਾਣਗੇ। ਪਰ ਸੱਤਿਆਨਾਸ਼ ਕਬੀਲਦਾਰੀ ਦਾ, ਦੋਵੇਂ ਮੁੰਡੇ ਜਵਾਨ ਵੀ ਹੋ ਗਏ, ਵਿਆਹੇ ਵੀ ਗਏ, ਗਾਂ ਉਹਨਾਂ ਦੇ ਜਵਾਕ ਵੀ ਹੈ, ਮੁੰਡੇ ਦੋਵੇਂ ਸਲੱਗ ਹੈ, ਘਰੋਂ ਖੇਤ ਖੇਤੋਂ ਘਰ, ਕੋਈ ਐਬ ਵੈਲ ਨਹੀਂ।
ਦਿਨ ਰਾਤ ਕੰਮ ਕਰਦੇ ਆ, ਮਿਲ ਕੇ ਰਹਿੰਦੇ ਆ, ਕਦੇ ਲੜੇ ਝਗੜੇ ਨਹੀਂ। ਬਹੂਆਂ ਦੀ ਵੀ ਘਰ ਦੇ ਕੰਮਾਂ 'ਚ ਰੁੱਝੀਆਂ ਰਹਿੰਦੀਆਂ। ਕਦੇ ਸੱਸ ਨੂੰ ਮਾੜਾ ਲਫ਼ਜ਼ ਨਹੀਂ ਬੋਲਦੀਆਂ, ਸੱਸ ਨੂੰ ਕਿਸੇ ਕੰਮ ਤੋਂ ਜਵਾਬ ਨਹੀਂ ਦਿੰਦੀਆਂ। ਫਸਲ ਬਥੇਰੀ ਘਰ ਆ ਕੇ ਡਿੱਗਦੀ ਹੈ, ਪਰ ਕਬੀਲਦਾਰੀ ਫੇਰ ਵੀ ਕਿਉਂ ਸਾਲੀ ਖਿੰਡੀ ਖਿੰਡੀ ਰਹਿੰਦੀ ਆ। ਇਹਨਾਂ ਵਹਿਣਾਂ 'ਚ ਹੀ ਉਹ ਮੰਜੇ ਤੋਂ ਉੱਤੋਂ ਉੱਠਿਆ, ਗਲਾਸ ਫਿਰ ਗਲਕਸਾ ਕਰ ਲਿਆ, ਪਾਣੀ ਦੋ ਕੁੰਜਲਾਂ ਹੀ ਪਾਈਆਂ, ਗਲਾਸ ਮੂੰਹ ਨੂੰ ਲਾਇਆ, ਅੱਖਾਂ ਮੀਟ ਕੇ ਖਾਲੀ ਕਰਤਾ, ਰਜਾਈ ਗਦੈਲਾ ਵਿਛਾ ਲਿਆ, ਪੈ ਗਿਆ। ਰਜਾਈ ਦੇ ਪੱਲੇ ਨਾਲ ਮੂੰਹ ਢੱਕਿਆ, ਉਹਨੂੰ ਲੱਗਿਆ ਜਿਵੇਂ ਬਾਹਰਲੇ ਸਾਰੇ ਸੰਸਾਰ ਨਾਲ ਉਹਦਾ ਸੰਬੰਧ ਟੁੱਟ ਗਿਆ ਹੋਵੇ। ਪਰ ਕੀ ਕਰਦਾ ਉਹ, ਬਾਹਰਲਾ ਸੰਸਾਰ ਤਾਂ ਉਹਦੇ ਅੰਦਰ ਸੀ। ਥੋੜ੍ਹੀ ਦੇਰ ਬਾਅਦ ਹੀ ਉਹਦਾ ਸਿਰ ਖਾਸਾ ਭਾਰੀ ਹੋ ਗਿਆ, ਦਿਮਾਗ 'ਚ ਵੈਰਾਗ ਭਰਨ ਲੱਗਿਆ। ਇਹ ਹਾਦਸਾ ਉਹਦੀ ਜ਼ਿੰਦਗੀ 'ਚ ਪਹਿਲੀ ਵਾਰ ਹੋਇਆ ਸੀ, ਬੁਰਾ ਹਾਦਸਾ ਸੀ। ਉਹਨੂੰ ਆਪਣੀ ਮੌਤ ਸਾਹਮਣੇ ਖੜ੍ਹੀ ਦਿਸਣ ਲੱਗੀ। ਉਹਨੂੰ ਬੁਰੀ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਇੱਕ ਕਿੱਲਾ ਗਹਿਣਾ ਧਰ ਕੇ ਉਹਦੇ ਦੋਵੇਂ ਪੁੱਤਾਂ ਦੀ ਮੌਤ ਹੋ ਗਈ ਹੋਵੇ, ਜਾਂ ਉਹਨੇ ਆਪਣੀ ਤੀਵੀਂ ਦਿਆਲੋ ਕਿਸੇ ਨੂੰ ਵੇਚਦੀ ਹੋਵੇ। ਕਿੰਨਾ ਮਾੜਾ ਕੀਤਾ ਉਹਨੇ, ਉਹਦਾ ਮਨ ਬੁਰੀ ਤਰ੍ਹਾਂ ਉੱਛਲ ਪਿਆ। ਰਜਾਈ ਦਾ ਪੱਲਾ ਉਹਨੇ ਵਗਾਹ ਮਾਰਿਆ, ਉੱਠ ਕੇ ਬੱਲਬ ਜਗਾ ਲਿਆ। ਨਾਲ ਦੀ ਨਾਲ ਦਿਆਲੋ ਬੈਠਕ ਅੰਦਰ ਆਈ, ਬੋਲਣ ਲੱਗੀ, ਤੂੰ ਕਦੋਂ ਆ ਗਿਆ? ਮੈਂ ਤਾਂ ਡੀਕੀ ਜਾਂਦੀ ਹਾਂ ਤੈਨੂੰ ਵੀ ਹੁਣ ਆਇਆ ਹੁਣ ਆਇਆ। ਫਿਰ ਪੁੱਛਿਆ, ਇਹ ਤੂੰ ਬੱਲਬ ਕਿਉਂ ਬੁਝਾ ਰੱਖਿਆ ਸੀ? ਦਿਆਲੋ ਦੇ ਨਾਲ ਹੀ ਤਿੰਨੇ ਜਵਾਕ ਅੰਦਰ ਆ ਖੜੇ, ਸਭ ਨੇ ਦੇਖਿਆ ਸੰਤੇ ਦੀ ਅੱਖਾਂ 'ਚ ਪਾਣੀ ਆ, ਉਹਦੇ ਕੋਲੋਂ ਸਵਾਰ ਕੇ ਝਾਕਿਆ ਨਹੀਂ ਜਾ ਰਿਹਾ, ਨਾ ਹੀ ਉਹ ਕੁਝ ਬੋਲ ਰਿਹਾ, ਪਾਣੀ ਅੱਖਾਂ 'ਚੋਂ ਵਗ ਰਿਹਾ। ਇਹ ਕੀ ਤੂੰ ਰੋਨਾ ਹੈ? ਦਿਆਲੋ ਉਹਦੇ ਨੇੜੇ ਹੋਈ, ਸੰਤੇ ਦੀ ਧਾਰ ਨਿਕਲ ਗਈ। ਬੱਚੇ ਹੈਰਾਨ ਖੜ੍ਹੇ ਝਾਕ ਰਹੇ ਸੀ। ਬੱਚਿਆਂ ਨੂੰ ਸੰਤੇ ਨੇ ਬਾਹਰ ਭੇਜਣਾ ਚਾਹਿਆ, ਗੱਚਕ ਰਿਓੜੀਆਂ ਵਾਲਾ ਲਿਫਾਫਾ ਸਮੋਸੇ ਲੜੋਂ ਖੋਲ੍ਹ ਕੇ ਵੱਡੀ ਕੁੜੀ ਨੂੰ ਫੜਾ ਦਿੱਤਾ। ਰਿਓੜੀਆਂ ਗੱਚਕਾਂ ਲੈ ਕੇ ਉਹ ਤਿੰਨੇ ਮਾਂ ਵੱਲ ਭੱਜੇ। ਦਿਆਲੋ ਮੰਜੇ ਦੀ ਬਾਹੀ 'ਤੇ ਬੈਠ ਕੇ ਸੰਤੇ ਨੂੰ ਹੌਲੀ ਹੌਲੀ ਬੋਲ ਕੇ ਪੁੱਛਣ ਲੱਗੀ, ਕਿਉਂ ਅੱਜ ਕੀ ਹੋ ਗਿਆ ਤੈਨੂੰ, ਕੁਛ ਮੂੰਹੋਂ ਵੀ ਬੋਲ। ਉਹਨੇ ਕੋਈ ਜਵਾਬ ਨਹੀਂ ਦਿੱਤਾ। ਸਮੋਸੇ ਦੇ ਲੜ ਨਾਲ ਅੱਖਾਂ ਪੂੰਝੀਆਂ, ਕੋਟ ਦੀ ਅੰਦਰਲੀ ਜੇਬ ਤੋਂ ਬਕਸੂਆ ਲਾਇਆ, ਉਸ 'ਚੋਂ ਗਿਣ ਕੇ ਪਾਏ 5,000 ਦੇ ਨੋਟ ਕੱਢ ਕੇ ਦਿਆਲੋ ਨੂੰ ਫੜਾ ਦਿੱਤੇ। ਆਖਿਆ, ਇਹ ਕਰਨੈਲ ਨੂੰ ਦੇ ਦੇ, ਮੰਗਦਾ ਸੀ ਵਿਆਹ ਨੂੰ। ਕਿਸੇ ਦਿਨ ਮੰਡੀ ਜਾ ਕੇ ਲੀੜਾ ਕੱਪੜਾ ਵੀ ਲਿਆ, ਬਹੂ ਜਿਹੜਾ ਕਹਿੰਦੀ ਆ। ਦਿਆਲੋ ਨੇ ਰੁਪਈਆਂ ਦੀ ਗੁੱਟੀ ਫੜ ਕੇ ਪੁੱਛਿਆ, ਕਿਵੇਂ ਲਿਆਂਦੇ ਆ ਇਹ ਇੰਨੇ ਰੁਪਏ? ਸੰਤੇ ਨੇ ਫਿਰ ਧਾ ਮਾਰੀ, ਬੋਲਿਆ, ਇਹ ਕਾਹਨੂੰ ਪੁੱਛਦੀਆਂ, ਪਾਪੜੇ। ਦਿਆਲੋ ਨੂੰ ਕੋਈ ਪਤਾ ਨਹੀਂ ਲੱਗਿਆ ਉਹ ਇੰਨਾ ਕਿਉਂ ਰੋਂਦਾ। ਕਈ ਵਾਰ ਪੁੱਛਿਆ ਪਰ ਸੰਤੇ ਨੇ ਕੋਈ ਜਵਾਬ ਨਹੀਂ ਦਿੱਤਾ। ਵੱਡੀ ਕੁੜੀ ਰੋਟੀ ਲੈ ਕੇ ਆਈ, ਉਹਨੇ ਰੋਟੀ ਵੀ ਨਹੀਂ ਖਾਧੀ, ਰੋਂਦਾ ਰੋਂਦਾ ਹੀ ਸੌਂ ਗਿਆ। ਅੱਧੀ ਰਾਤ ਉਹਦਾ ਨਸ਼ਾ ਟੁੱਟਿਆ ਤਾਂ ਉਹਨੂੰ ਜਾਗ ਆ ਗਈ। ਦੂਜੇ ਮੰਜੇ ਉੱਤੇ ਦਿਆਲੋ ਘੂਕ ਸੁੱਤੀ ਪਈ ਸੀ। ਬਾਹਰ ਜਾ ਕੇ ਪਿਸ਼ਾਬ ਕਰ ਆਇਆ, ਦੇਖਿਆ ਗੜਵੀ 'ਚ ਪਾਣੀ ਹੈਗਾ ਸੀ, ਗਲਾਸ ਵੀ ਉੱਥੇ ਹੀ ਪਿਆ ਸੀ, ਅੱਧੀ ਅਲਮਾਰੀ 'ਚ ਸੀ, ਉਹਨੇ ਬੱਲਬ ਨਹੀਂ ਜਗਾਇਆ। ਗਲੀ ਦੀ ਲਾਈਟ ਦਾ ਮੱਧਮ ਚਾਨਣ ਕਮਰੇ 'ਚ ਆ ਰਿਹਾ ਸੀ। ਉਹਨੇ ਅੱਧਾ ਗਲਾਸ ਸ਼ਰਾਬ ਦਾ ਭਰਿਆ ਅਤੇ ਵਿੱਚ ਅੱਧਾ ਪਾਣੀ ਪਾ ਕੇ ਇੱਕੋ ਸਾਹ ਪੀ ਲਿਆ। ਮੰਜੇ ਉੱਤੇ ਪੈ ਕੇ ਉਹਨੂੰ ਹੌਲੀ ਹੌਲੀ ਨੀਂਦ ਆਉਣ ਲੱਗੀ। ਅੱਧਾ ਸੁੱਤਾ ਜਿਹਾ ਉਹ ਇਹ ਵਿਉਂਤਾ ਬਣਾ ਰਿਹਾ ਸੀ ਕਿ ਬਾਕੀ ਦੇ ਪੈਸਿਆਂ ਨਾਲ ਉਹ ਦੋ ਕੰਮ ਕਰੇਗਾ। ਇੱਕ ਤਾਂ ਪਸ਼ੂਆਂ ਵਾਲੀ ਖੁਰਲੀ ਢਹੀ ਪਈ ਹੈ, ਇਹ ਨਵੀਂ ਬਣਾ ਲਏਗਾ, ਅਤੇ ਦੂਜਾ ਬੈਠਕ ਦੇ ਤਖ਼ਤੇ ਨਵੇਂ ਲਗਾਏਗਾ। ਪਹਿਲਾਂ ਵਾਲੇ ਤਖ਼ਤਿਆਂ ਵਿੱਚ ਦੀ ਪਾਲਾ ਅੰਦਰ ਲੰਘ ਆਉਂਦਾ, ਉਂਝ ਵੀ ਢਿਲਕੇ ਢਿਲਕੇ ਰਹਿੰਦੇ ਹੈ। ਧੰਨਵਾਦ।